ਸੇਵਾ ਦੇ ਵਿੱਚ। ਸੋ ਰੇਡੀਓ ਚੰਨ ਪ੍ਰਦੇਸ਼ ਦਾ ਇਹ ਖਾਸ ਪ੍ਰੋਗਰਾਮ ਸਿੱਧੂ ਲਾਈਵ ਸ਼ੋਅ ਲੈ ਕੇ ਹਾਜ਼ਰ ਹਾਂ ਤੇ ਮੈਂ ਇੱਕ ਗੱਲ ਹੋਰ ਦੱਸ ਰਿਹਾ ਕਿ ਹੁਣ ਅਸੀਂ ਖਬਰਾਂ ਦੀ ਸਾਂਝ ਪਾਵਾਂਗੇ। ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧ ਮਦੋਨਾ ਦੇ ਵਾਸੀ ਪ੍ਰਵਾਸੀ ਸਾਨੂੰ ਸਾਥ ਸਹਿਯੋਗ ਭੇਜਦੇ ਆ। ਪਰਮਵੀਰ ਸਿੰਘ ਬਾਟ ਆਪਣੇ ਨਾਲ ਸ਼ਾਮਲ ਨੇ, ਗੱਲਬਾਤ ਕਰਦੇ ਹਾਂ ਬਾਟ ਸਾਹਿਬ ਨਾਲ। ਜੀ ਬਾਟ ਸਾਹਿਬ, ਸਵਾਗਤ, ਸਤਿ ਸ੍ਰੀ ਅਕਾਲ। ਜੀ ਬਾਟ ਸਾਹਿਬ, ਮੇਰੀ ਆਵਾਜ਼ ਪਹੁੰਚੀ ਤੁਹਾਡੇ ਤੱਕ? ਮੈਨੂੰ ਲੱਗਦਾ ਮੈਂ ਪਹੁੰਚਣ ਜੋਗਰੀ ਆਪ ਹੀ ਨਹੀਂ ਛੱਡੀ। ਇਹ ਵੀ ਕੰਮ ਮੁਕਾਈ ਦਿੰਦੇ ਹਾਂ, ਫੇਰ ਫਤਿਹ ਬੁਲਾਈ ਦਿੰਦੇ ਹਾਂ। ਸੋ ਪਰਮਵੀਰ ਸਿੰਘ ਬਾਟ ਸਾਹਿਬ ਦੇ ਨਾਲ ਆਪਾਂ ਪਾਲੀ ਸਾਂਝ। ਜੀ ਬਾਟ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ, ਮਿਹਰਬਾਨੀ ਸੁਖਨੈਬ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਕਰੀ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਬਾਟ ਸਾਹਿਬ। ਤੇ ਭਾਜਪਾ ਵਿਧਾਇਕ ਨੇ ਪਾਰਟੀ ਫਸਾਤੀ ਜੀ ਕਸੂਤੀ? ਸੁਖਨੈਬ ਜੀ, ਕਈ ਬੰਦੇ ਨਾ ਬੜੇ ਸੁਲੱਖਣੇ ਜਿਹਾ ਹੁੰਦੇ ਆ, ਜਿਨ੍ਹਾਂ ਤੋਂ ਆਸਾਂ ਹੀ ਬੜੀਆਂ ਹੁੰਦੀਆਂ, ਕਿਉਂਕਿ ਘਰਾਂ ਦੇ ਵਿੱਚ ਵੀ ਆਪਾਂ ਕਈ ਅਥਰੇ ਜਿਹਾ ਨਿਆਣੇ ਹੁੰਦੇ ਨਾ, ਕਿ ਜਦੋਂ ਵੀ ਉਹ ਕਿਤੋਂ ਬਾਹਰੋਂ ਆਉਣਗੇ ਜਾਂ ਕੋਈ ਬੰਦਾ ਉਹਨਾਂ ਦਾ ਨਾਂ ਲੈ ਕੇ ਬੁਲਾਊਗਾ ਤੇ ਇਹੀ ਘਰਦਿਆਂ ਲੱਗਦਾ ਤਾਂ ਇਹ ਤਾਂ ਅਲਾਮਾ ਹੀ ਲੈ ਕੇ ਆਉ, ਜਾਂ ਕਿਸੇ ਦੀ ਹੱਡੀ ਹੁੱਡੀ ਤੋੜ ਕੇ ਆਇਆ, ਜਾਂ ਤੁੜਵਾ ਕੇ ਆਇਆ, ਜਾਂ ਕਿਤੇ ਕੋਈ ਏਦਾਂ ਦਾ ਕੰਮ ਕਰਕੇ ਆਇਆ ਜਿਹਦੇ ਤੋਂ ਕਦੇ ਵੀ ਤੁਹਾਨੂੰ ਸ਼ਲਾਘਾ ਨਹੀਂ ਮਿਲੂਗੀ, ਜੇ ਮਿਲੂ ਤਾਂ ਠਾ ਠਾ ਕਰਕੇ ਉਲਾਂਭੇ ਆਉਣਗੇ। ਇਹ ਹਰ ਇੱਕ ਭਾਰਤ ਦੇ ਵਿੱਚ ਸਿਆਸੀ ਪਾਰਟੀ ਨੇ ਵੀ ਏਦਾਂ ਦੇ ਲੀਡਰ ਰੱਖਿਆ ਜਿਹਨਾਂ ਦੇ ਆਉਂਦੇ ਆ ਤਾਂ ਉਲਾਂਭੇ ਆਉਂਦੇ ਆ। ਭਾਰਤੀ ਜਨਤਾ ਪਾਰਟੀ ਦੇ ਕੋਲ ਵੀ ਏਦਾਂ ਦੇ ਚੰਦ ਹੈਗੇ ਆ। ਏਦਾਂ ਦਾ ਹੀ ਇੱਕ ਚੰਦ ਇਹਨਾਂ ਨੇ ਉਨਾਵ ਵਿਧਾਨ ਸਭਾ ਹਲਕੇ ਤੋਂ ਉੱਤਰ ਪ੍ਰਦੇਸ਼ ਦੇ ਵਿੱਚ ਰੱਖਿਆ ਹੋਇਆ ਤੇ ਨਾਂ ਉਹਦਾ ਕੁਲਦੀਪ ਸਿੰਘ ਸਿੰਗਰ। ਹੁਣ ਇਹ ਨਿਆਣੇ ਹੁੰਦੇ ਵੀ ਏਦਾਂ ਦੇ ਆ ਕਿ ਹੁੰਦੇ ਵੀ ਇੱਥੇ ਆਉਣੇ ਵੀ ਉਲਾਂਭੇ ਆ ਤੇ ਘਰੋਂ ਕੱਢੇ ਥੋੜੀ ਜਾ ਸਕਦੇ ਆ। ਹੁਣ ਸਿਆਸੀ ਲੀਡਰਾਂ ਨੂੰ ਕੱਢਿਆ ਜਾ ਸਕਦਾ, ਪਰ ਭਾਰਤੀ ਜਨਤਾ ਪਾਰਟੀ ਪਤਾ ਨੀ ਕਿਉਂ ਕੁਲਦੀਪ ਸਿੰਘ ਸਿੰਗਰ ਨੂੰ ਆਪਣੇ ਗੱਲ ਲਾ ਕੇ ਬੈਠੀ ਹੈ। ਇਸ ਬੰਦੇ ਨੇ ਜੋ ਕੁਝ ਕੀਤਾ ਜਾਂ ਜਿਹੜੇ ਇਹਦੇ ਤੇ ਹੁਣ ਤੱਕ ਦੋਸ਼ ਲੱਗੇ ਨੇ, ਸੁਖਨੈਬ ਜੀ, ਉਹਨਾਂ ਦੀ ਜਿੰਨੀ ਚਰਚਾ ਕਰ ਲਈਏ ਉਨੀ ਥੋੜੀ, ਕਿਉਂਕਿ ਜਿਹੜੀਆਂ ਗੱਲਾਂ ਆਪਾਂ ਫਿਲਮਾਂ ਚ ਵੇਖਦੇ ਸੀ, ਕਿਤਾਬਾਂ ਚ ਪੜ੍ਹਦੇ ਸੀ, ਕਹਾਣੀਆਂ ਚ ਹੁੰਦਾ ਸੀ ਕਿ ਭਾਈ ਸਿਆਸਤਦਾਨ ਐ ਵੀ ਕਰ ਸਕਦੇ ਆ, ਸਿਆਸਤਦਾਨ ਓ ਵੀ ਕਰ ਸਕਦੇ ਆ, ਉਹ ਸਾਰਾ ਕੁਝ ਤਕਰੀਬਨ ਇਸ ਬੰਦੇ ਨੇ ਸਾਡੇ ਸਾਹ ਲੈਂਦਿਆਂ, ਸਾਡੇ ਮਹਿਸੂਸ ਕਰਦਿਆਂ ਕਰਕੇ ਵਿਖਾ ਤਾ। ਹੁਣ ਦੇਖੋ ਹੋਇਆ ਕਿ ਕੁਲਦੀਪ ਸਿੰਘ ਸਿੰਗਰ ਦੇ ਉੱਤੇ ਸਵਾ ਦੋ ਸਾਲ ਪਹਿਲਾਂ ਇੱਕ ਦੋਸ਼ ਲੱਗਾ ਸੀ, ਉੱਤਰ ਪ੍ਰਦੇਸ਼ ਦੇ ਉਨਾਵ ਦੇ ਵਿੱਚ ਇੱਕ ਲੜਕੀ ਨੇ ਦੋਸ਼ ਲਾਇਆ ਸੀ, ਬੜੀ ਛੋਟੀ ਉਮਰ ਦੀ ਉਹ ਲੜਕੀ, ਕਿ ਇਸ ਬੰਦੇ ਨੇ ਮੇਰੇ ਨਾਲ ਜਬਰ ਜਨਾਹ ਕੀਤਾ, ਇਸ ਬੰਦੇ ਨੇ ਮੇਰੇ ਨਾਲ ਰੇਪ ਕੀਤਾ। ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਉਸ ਪਰਿਵਾਰ ਨੂੰ ਟੱਕਰੇ ਹੋਣਗੇ, ਜਿਹੜੇ ਕਹਿਣਗੇ ਤੁਸੀਂ MLA ਨਾਲ ਪੰਗਾ ਲੈ ਲਿਆ, ਤੁਸੀਂ MLA ਦੇ ਉੱਤੇ ਦੋਸ਼ ਲਾ ਦਿੱਤਾ, ਤੁਸੀਂ ਸੱਚੇ ਹੋ, ਤੁਸੀਂ ਝੂਠੇ ਹੋ, ਇਸ ਗੱਲ ਦੇ ਨਾਲ ਇੰਨਾ ਫਰਕ ਨਹੀਂ ਪੈਂਦਾ, ਇਸ ਗੱਲ ਦੇ ਨਾਲ ਫਰਕ ਪੈਂਦਾ ਕਿ ਤੁਸੀਂ ਪੰਗਾ ਕਿਹਦੇ ਨਾਲ ਲਿਆ। ਇਹ ਹੁਣ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਇੱਥੇ ਤਾਂ ਮੈਂ ਪਹਿਲਾਂ ਵੀ ਕਈ ਵਾਰ ਇਹ ਗੱਲ ਸਾਂਝੀ ਕੀਤੀ ਆ ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਦੇ ਨਾਲ ਸੁਖਨੈਬ ਜੀ, ਕਿ ਪਿੰਡ ਦੇ ਸਰਪੰਚ ਨਾਲ ਪੰਗਾ ਲੈਣ ਲੱਗਾ ਬੰਦਾ ਡਰਦਾ, ਕਿਤੇ ਸਾਈਨ ਨਾ ਕਰਾਉਣੇ ਹੋਣ, ਕਿਤੇ ਸਰਪੰਚ ਦੀ ਗਵਾਹੀ ਨਾ ਪੁਆਣੀ ਹੋਵੇ, ਸਰਪੰਚ ਕੋਲ ਤਾਂ ਥਾਣੇਦਾਰ ਆਉਂਦਾ ਜਾਂਦਾ, ਕਿਤੇ ਉਹੀ ਗੱਲ ਨਾ ਹੋਵੇ। ਇਹ ਸਾਰੀਆਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਚੱਲਦੀਆਂ ਰਹਿੰਦੀਆਂ। ਹੁਣ ਦੇਖੋ ਹਾਲਾਤ ਕੀ ਬਣੇ ਆ, ਹਾਲਾਤ ਇਹ ਬਣ ਗਏ ਕਿ ਉਸ ਪਰਿਵਾਰ ਨੇ ਚਲੋ ਪੰਗਾ ਲੈ ਲਿਆ। ਦੇਖੋ ਜਿਸ ਪਰਿਵਾਰ ਦੀ ਧੀ ਦੇ ਨਾਲ ਰੇਪ ਹੋਇਆ, ਉਹਨਾਂ ਦੇ ਕੋਲੋਂ ਸਿਰ ਜਿਹੜਾ ਜੀਭ ਆ ਨਾ ਦੰਦਾ ਥੱਲੇ ਲੈ ਕੇ ਨਹੀਂ ਬੈਠਿਆ ਜਾਂਦਾ। ਇਸ ਗੱਲ ਨੂੰ ਮਹਿਸੂਸ ਕਰਕੇ ਵੇਖੀਏ, ਬੰਦਾ ਆਖਰੀ ਮੌਕੇ ਤੱਕ ਅੜਦਾ, ਬੰਦਾ ਆਖਰੀ ਮੌਕੇ ਤੱਕ ਮੂਹਰੇ ਖੜਦਾ ਕਿ ਭਾਈ ਨਹੀਂ ਮੈਂ ਕੋਸ਼ਿਸ਼ ਕਰੂੰਗਾ। ਭਾਈ ਇਹ ਕਿੱਡਾ ਕੁ ਵੱਡਾ ਬੰਦਾ, ਹੁਣ ਜੇ ਮੇਰੇ ਕੋਲ ਬੰਦੇ ਕੋਲ ਬਾਕੀ ਬਚਦਾ ਵੀ ਕੀ ਹੈ ਨਾ, ਜੇ ਏਦਾਂ ਦੀ ਘਟਨਾ ਕਿਤੇ ਘੱਟ ਜਾਏ। ਹੁਣ ਸੁਖਨੈਬ ਜੀ ਦੇਖੋ, ਉਸ ਪਰਿਵਾਰ ਨੇ FIR ਲਿਖਾਈ, ਹਾਲਾਂਕਿ ਪੀੜਿਤ ਲੜਕੀ ਦੇ ਨਾਲ ਜਦੋਂ ਉਹਨੇ FIR ਦਰਜ ਕਰਵਾਉਣੀ ਸੀ ਕਿ ਇਸ ਬੰਦੇ ਨੇ ਮੇਰੇ ਨਾਲ ਆਹ ਕੁਝ ਕੀਤਾ, ਉਦੋਂ ਵੀ ਬਹੁਤ ਜ਼ਿਆਦਾ ਉਹਨੂੰ ਜ਼ਿੱਲਤ ਦਾ ਸਾਹਮਣਾ ਕਰਨਾ ਪਿਆ, ਪਰ FIR ਲਿਖੀ ਗਈ। ਅਸੀਂ ਉਸ ਪਰਿਵਾਰ ਦੀ ਸ਼ਲਾਘਾ ਕਰਦੇ ਹਾਂ ਕਿ ਜਿਸ ਪਰਿਵਾਰ ਨੇ ਇੰਨੇ ਔਖੇ ਸਮੇਂ ਦੇ ਵਿੱਚ ਵੀ ਇੱਕ MLA ਦੇ ਖਿਲਾਫ ਤੇ ਉਸ ਪਾਰਟੀ ਦੇ ਖਿਲਾਫ ਜਾਣ ਦਾ ਹੌਸਲਾ ਕੀਤਾ, ਜਿਸ ਪਾਰਟੀ ਨੇ ਇੰਨਾ ਸਾਰਾ ਕੁਝ ਜਿਹੜਾ ਉਹ ਸੱਜੇ ਖੱਬੇ ਕੀਤਾ ਸੀ, ਉਹਨਾਂ ਦੀ ਸਰਕਾਰ ਉੱਥੇ ਹੋਵੇ। ਚਲੋ FIR ਲਿਖੀ ਜਾਂਦੀ ਹੈ, ਉਸ MLA ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ, ਜਦੋਂ ਦੀ ਉਹਦੀ ਗ੍ਰਿਫ਼ਤਾਰੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਬਾਹਰ ਨਹੀਂ ਨਿਕਲ ਸਕਿਆ। ਪਰ ਉਹਦੇ ਤੋਂ ਬਾਅਦ ਦੇਖੋ ਫਿਲਮੀ ਸਟੋਰੀ ਜਿਹਨੂੰ ਮਹਿਸੂਸ ਕਰੀਏ ਤਾਂ ਜਾਣੀਏ
ਲੜਕੀ ਦੇ ਬਾਪ ਦੀ ਮੌਤ ਹੁੰਦੀ ਹੈ, ਕੋਈ ਉਹਨੂੰ ਕਤਲ ਆਖਦਾ, ਕੋਈ ਉਹਨੂੰ ਮੌਤ ਆਖਦਾ, ਕੋਈ ਉਹਨੂੰ ਆਤਮ ਹੱਤਿਆ ਆਖਦਾ। ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਸ ਲੜਕੀ ਦੀ ਮੌਤ, ਲੜਕੀ ਦੇ ਪਿਤਾ ਦੀ ਮੌਤ ਹੋਈ, ਸਾਰੇ ਜਾਣੇ ਜਾਣਦੇ ਆ ਕਿ ਭਾਈ ਉਹਦੇ ਪ੍ਰਾਣ ਪਖੇਰੂ ਕਿਵੇਂ ਉੜੇ ਹੋਣਗੇ ਇੱਥੋਂ। ਉਹਦੇ ਤੋਂ ਬਾਅਦ ਵੇਖੋ, ਲੜਕੀ ਦਾ ਬਾਪ ਕੇਸ ਲੜਦਾ ਸੀ, ਉਹਦੀ ਮੌਤ ਹੁੰਦੀ ਹੈ, ਲੜਕੀ ਦੇ ਚਾਚੇ ਨੇ ਆਪਣੇ ਭਰਾ ਦੀ ਜ਼ਿੰਮੇਵਾਰੀ ਸਾਂਭੀ, ਉਹ ਕੇਸ ਲੜਨ ਲੱਗਿਆ, ਉਹਨੂੰ ਇੱਕ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਦੇ ਵਿੱਚ ਬੰਦ ਕਰਾਇਆ ਗਿਆ। ਤੇ ਜਦੋਂ ਜੇਲ੍ਹ ਦੇ ਵਿੱਚ ਬੰਦ ਕਰਾਇਆ ਗਿਆ, ਫਿਰ ਤੁਸੀਂ ਆਪਣੇ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਟੱਬਰ ਦੇ ਵਿੱਚ ਇੱਕ ਲੜਕੀ ਨਾਲ ਰੇਪ ਹੁੰਦਾ, ਲੜਕੀ ਦੇ ਬਾਪ ਦੀ ਹੱਤਿਆ ਹੁੰਦੀ ਜਾਂ ਮੌਤ ਹੁੰਦੀ, ਲੜਕੀ ਦੇ ਚਾਚੇ ਨੂੰ ਜੇਲ੍ਹ ਪਹੁੰਚਾ ਦਿੱਤਾ ਜਾਂਦਾ, ਘਰ ਦੇ ਵਿੱਚ ਰਹਿ ਕੌਣ ਗਿਆ? ਪੀੜਿਤ ਲੜਕੀ, ਮਾਂ, ਚਾਚੀ। ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਕੇਵਲ ਤੇ ਕੇਵਲ ਔਰਤਾਂ ਘਰ ਰਹਿ ਜਾਣ, ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ? ਥਾਣਿਆਂ ਕਚਹਿਰੀਆਂ ਦੇ ਵਿੱਚ ਉਹਨਾਂ ਔਰਤਾਂ ਦੇ ਲਈ ਜਾਣਾ ਕਿੰਨਾ ਔਖਾ, ਜਿਨ੍ਹਾਂ ਨੇ ਕਦੇ ਪਿੰਡ ਦੇ ਸਰਪੰਚ ਦੇ ਸਾਹਮਣੇ ਵੀ ਘੁੰਡ ਨਹੀਂ ਚੱਕਿਆ ਹੁੰਦਾ। ਪਰ ਫਿਰ ਵੀ ਦੇਖੋ, ਇਹਨਾਂ ਨੇ ਕੇਸ ਲੜਿਆ। ਹੁਣ ਕੇਸ ਲੜਿਆ ਤੇ ਦੇਖੋ ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਹੈ। ਹੁਣ ਪੀੜਿਤ ਲੜਕੀ ਆਪਣੀ ਮਾਸੀ ਤੇ ਚਾਚੀ, ਵਕੀਲ ਤੇ ਡਰਾਈਵਰ ਦੇ ਨਾਲ ਪੰਜ ਜਣੇ ਚਾਚੇ ਨੂੰ ਮਿਲਣ ਜਾਂਦੇ ਆ, ਕਿਉਂਕਿ ਕੇਸ ਦੇ ਵਿੱਚ ਗਵਾਹੀਆਂ ਹੋਣੀਆਂ ਸੀ, ਘਰ ਦੇ ਮੈਂਬਰ ਦੇ ਨਾਲ ਸਲਾਹ ਤਾਂ ਕਰਨੀ ਪੈਂਦੀ ਹੈ। ਜੇਲ੍ਹ 'ਚ ਮਿਲਣ ਜਾਂਦੇ ਆ, ਰਸਤੇ ਦੇ ਵਿੱਚ ਆ ਕੇ ਇੱਕ ਟਰੱਕ ਉਹਨਾਂ 'ਚ ਵੱਜਦਾ, ਲੜਕੀ ਦੀ ਚਾਚੀ ਤੇ ਮਾਸੀ ਦੀ ਮੌਕੇ ਤੇ ਮੌਤ ਹੁੰਦੀ ਹੈ, ਕਾਰ ਦਾ ਡਰਾਈਵਰ ਮਾਰਿਆ ਜਾਂਦਾ, ਉਹ ਲੜਕੀ ਤੇ ਉਹਦਾ ਵਕੀਲ ਲਾਈਫ ਸਪੋਰਟ ਸਿਸਟਮ ਤੇ ਨੇ, ਵੈਂਟੀਲੇਟਰ ਤੇ ਨੇ ਜੀ। ਇਦਾਂ ਦੇ ਹਾਲਾਤ ਦੇਖੋ ਬਣ ਗਏ। ਹੁਣ ਜਦੋਂ ਉਹ ਵੈਂਟੀਲੇਟਰ ਤੇ ਨੇ ਤੇ ਹਾਲਾਤ ਇਦਾਂ ਦੇ ਬਣ ਗਏ ਕਿ ਸਾਰਿਆਂ ਨੂੰ ਲੱਗਦਾ ਸੀ ਕਿ ਭਾਈ ਇਹਦੇ ਵਿੱਚ MLA ਦਾ ਹੱਥ ਹੋਏਗਾ ਜ਼ਰੂਰ, ਭਾਵੇਂ ਉਹ ਜੇਲ੍ਹ ਦੇ ਵਿੱਚ ਵੜਿਆ ਉੱਥੇ ਬੈਠਾ। ਇੱਥੋਂ ਤੱਕ ਕਿ ਇਸ ਹਾਦਸੇ ਤੋਂ ਪਹਿਲਾਂ ਉਸ ਲੜਕੀ ਦੇ ਪਰਿਵਾਰ ਨੇ ਕਈ ਵਾਰੀ ਮੀਡੀਆ ਦੇ ਨਾਲ ਗੱਲ ਕਰਦਿਆਂ, ਕਈ ਵਾਰੀ ਅਦਾਲਤ ਦੇ ਵਿੱਚ ਗੱਲ ਕਰਦਿਆਂ ਇਹ ਗੱਲ ਆਖੀ ਸੀ ਕਿ ਦੇਖੋ, ਸਾਡੇ ਘਰ ਦੀ ਕੱਲੀ ਕੱਲੀ ਖਬਰ, ਅਸੀਂ ਕਦੋਂ ਸੌਂਦੇ ਹਾਂ, ਕਦੋਂ ਜਾਗਦੇ ਹਾਂ, ਕਿੱਥੇ ਜਾਂਦੇ ਹਾਂ, ਕਿੱਥੇ ਨਹੀਂ ਜਾਂਦੇ, ਇਹ ਸਾਰਾ ਕੁਝ ਸਾਡੇ ਨਾਲ ਜਿਹੜੇ ਸਰਕਾਰ ਨੇ ਸੁਰੱਖਿਆ ਕਰਮੀ ਪੁਲਿਸ ਵਾਲੇ ਦਿੱਤੇ ਆ ਨਾ, ਉਹੀ MLA ਨੂੰ ਜਾ ਕੇ ਸਾਰੀਆਂ ਖਬਰਾਂ ਪਹੁੰਚਾਈ ਜਾਂਦੀਆਂ, ਨਹੀਂ ਤਾਂ ਸਾਡੀ ਇੰਨੀ ਜਿਹੜੀ ਹੈ ਗੱਲਬਾਤ ਉਹਨਾਂ ਤੱਕ ਪਹੁੰਚ ਕਿਵੇਂ ਜਾਂਦੀ ਹੈ? ਉਹਨਾਂ ਵਾਰ ਵਾਰ ਇੱਥੋਂ ਤੱਕ ਵੀ ਕਿਹਾ ਸੀ ਕਿ ਸਾਨੂੰ ਧਮਕੀਆਂ ਮਿਲਦੀਆਂ, ਇੱਥੋਂ ਤੱਕ ਕਿ ਸਾਨੂੰ ਜਿਹੜੇ ਤੁਸੀਂ ਸੁਰੱਖਿਆ ਕਰਮੀ ਦਿੱਤੇ ਹੋਏ ਆ, ਇਹਨਾਂ ਦੇ ਸਾਹਮਣੇ ਵੀ ਲੋਕ ਧਮਕੀਆਂ ਦੇ ਕੇ ਜਾਂਦੇ ਆ ਕਿ ਜੋ ਤੇਰੇ ਬਾਪ ਦਾ ਹਾਲ ਹੋਇਆ, ਤੇਰੇ ਚਾਚੇ ਦਾ ਹਾਲ ਹੋਇਆ, ਤੁਹਾਡਾ ਹਾਲ ਵੀ ਇਹੀ ਕਰਾਂਗੇ। ਹੁਣ ਇਹਦੇ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ? ਮੈਂ ਇੱਥੇ ਗੱਲ ਹੋਰ ਦੱਸਦਿਆਂ ਕਿ ਜਦੋਂ ਇਹਦੇ ਬਾਪ ਦਾ ਕਤਲ ਹੋਇਆ ਸੀ ਜਾਂ ਮੌਤ ਹੋਈ ਸੀ, ਇਸੇ ਕੇਸ ਦੇ ਵਿੱਚ ਇੱਕ ਬੰਦਾ ਹੋਰ ਗਵਾਹ ਸੀ, ਉਹਦੀ ਵੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ, ਬਾਕੀ ਕੌਣ ਬਚਿਆ? ਹੁਣ ਇਸ ਟਰੱਕ ਹਾਦਸੇ ਦੇ ਵਿੱਚ ਜਿਹੜੀਆਂ ਤਿੰਨ ਮੌਤਾਂ ਹੋਈਆਂ, ਉਹਨਾਂ ਦੇ ਵਿੱਚੋਂ ਲੜਕੀ ਦੀ ਚਾਚੀ ਵੀ ਗਵਾਹ ਸੀ। ਚੰਦ ਦਿਨਾਂ ਦੇ ਬਾਅਦ ਉਸ ਚਾਚੀ ਨੇ ਵੀ ਆਪਣੀ ਗਵਾਹੀ ਦੇਣੀ ਸੀ, ਚਾਚੀ ਦੇ ਪ੍ਰਾਣ ਪਖੇਰੂ ਵੀ ਉੜ ਗਏ। ਹੁਣ ਭਾਵੇਂ ਕੁਝ ਇੱਕ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਸ ਸੜਕ ਹਾਦਸੇ ਦੇ ਲਈ, ਜਿਹਦੇ ਵਿੱਚ ਜੇਲ੍ਹ ਦੇ ਵਿੱਚ ਬੰਦ MLA ਕੁਲਦੀਪ ਸਿੰਗਰ ਵੀ ਹੈ, 10 ਲੋਕਾਂ ਦੇ ਉੱਤੇ ਕਤਲ ਦਾ ਪਰਚਾ ਦਰਜ ਹੋਇਆ ਕਿ ਇਹਨਾਂ ਨੇ ਜਾਣ ਬੁੱਝ ਕੇ ਸਾਜਿਸ਼ ਨੇ ਕੁਝ ਕੀਤਾ। ਹੁਣ ਦੇਖੋ, ਚਾਰ ਪੰਜ ਹਾਲਾਤ ਨੇ ਜਿਹਨਾਂ ਕਰਕੇ ਰੌਲਾ ਰੱਪਾ ਪੈਂਦਾ। ਹਾਲਾਤ ਕਿਹੜੇ ਕਿਹੜੇ ਨੇ? ਇੱਕ ਤਾਂ ਇਹ ਕਿ ਪੀੜਿਤ ਲੜਕੀ ਨੂੰ ਜੇ ਸੁਰੱਖਿਆ ਮਿਲੀ ਹੋਈ ਸੀ ਤਾਂ ਜਿਸ ਵੇਲੇ ਉਹ ਉਧਰਲੇ ਪਾਸੇ ਨੂੰ ਤੁਰੀ ਹੈ ਤਾਂ ਉਸ ਹਾਲਾਤ ਦੇ ਵਿੱਚ ਫਿਰ ਸਾਰੀ ਗੱਲਬਾਤ ਜਿਹੜੀ ਹੈ ਕਿਸੇ ਸਿਰੇ ਬੰਨੇ ਕਿਉਂ ਨਹੀਂ ਲਾਈ ਗਈ? ਉਹ ਸੁਰੱਖਿਆ ਕਰਮਚਾਰੀ ਉਸ ਵੇਲੇ ਉਹਦੇ ਨਾਲ ਹਾਜ਼ਰ ਕਿਉਂ ਨਹੀਂ ਸਨ? ਉਹ ਸੁਰੱਖਿਆ ਕਰਮਚਾਰੀ ਉਹਦੇ ਨਾਲ ਮੌਜੂਦ ਕਿਉਂ ਨਹੀਂ ਸਨ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਹੈ। ਦੂਸਰਾ, ਇੱਥੇ ਇਹ ਗੱਲ ਸਾਨੂੰ ਜਾਣਨੀ ਤੇ ਸਮਝਣੀ ਬੇਹੱਦ ਜ਼ਰੂਰੀ ਹੈ ਕਿ ਇਸ ਵੇਲੇ ਅਸੀਂ ਕੀ ਕੁਝ ਕਰ ਸਕਦੇ ਹਾਂ ਤੇ ਕੀ ਕੁਝ ਨਹੀਂ ਕਰ ਸਕਦੇ। ਹੁਣ ਹਾਲਾਤ ਵੇਖੋ ਕੀ ਬਣਦੇ ਆ। ਹਾਲਾਤ ਇਹ ਬਣਦੇ ਆ ਕਿ ਜਿਹੜਾ ਟਰੱਕ ਉਹਨਾਂ ਨੂੰ ਟੱਕਰ ਮਾਰਦਾ, ਉਸ ਟਰੱਕ ਦੀ ਨੰਬਰ ਪਲੇਟ ਦੇ ਉੱਤੇ ਕਾਲਾ ਰੰਗ ਕੀਤਾ ਹੋਇਆ ਸੀ। ਇਹਦੇ ਨਾਲ ਨਾਲ ਜਦੋਂ ਉਹ ਲੜਕੀ ਵਾਰ ਵਾਰ ਕਹਿੰਦੀ ਸੀ ਕਿ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਤਾਂ ਉਹਨਾਂ ਧਮਕੀਆਂ ਦੇ ਉੱਤੇ ਅੱਜ ਤੱਕ ਕਾਰਵਾਈ ਕਿਉਂ ਨਹੀਂ ਹੋਈ? ਹੁਣ ਲਗਾਤਾਰ ਇਸੇ ਕੇਸ ਦੇ ਵਿੱਚ ਜਿਹੜੇ ਗਵਾਹ ਨੇ, ਪਹਿਲਾਂ ਬਾਪ, ਉਹਦੇ ਤੋਂ ਬਾਅਦ ਇੱਕ ਹੋਰ ਗਵਾਹ ਤੇ ਉਹਦੇ ਤੋਂ ਬਾਅਦ ਚਾਚੀ, ਉਹਨਾਂ ਦੀਆਂ ਹੀ ਮੌਤਾਂ ਇਸ ਤਰੀਕੇ ਕਿਉਂ ਹੋ ਰਹੀਆਂ? ਹਾਲਾਂਕਿ ਪੁਲਿਸ ਨੇ ਸ਼ੁਰੂਆਤੀ ਦੌਰ ਦੇ ਵਿੱਚ ਇਸ ਹਾਦਸੇ ਨੂੰ ਹਾਦਸਾ ਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੱਖਰੀ ਗੱਲ ਹੈ ਕਿ ਪਾਰਲੀਮੈਂਟ ਦੇ ਦੋਨਾਂ ਸਦਨਾਂ ਦੇ ਵਿੱਚ ਰੌਲਾ ਪਿਆ, ਉਹ ਵੱਖਰੀ ਗੱਲ ਹੈ ਕਿ ਦਿੱਲੀ ਦੀ ਜਿਹੜੀ ਵਿਮੈਨ ਕਮਿਸ਼ਨ ਦੀ ਚੇਅਰਪਰਸਨ ਹੈ ਬੀਬੀ ਸਵਾਤੀ ਮਾਲੀਵਾਲ, ਉਹਨੇ ਵੀ ਉੱਥੇ ਪਹੁੰਚ ਕੇ ਗੱਲਾਂ ਬਾਤਾਂ ਕੀਤੀਆਂ। ਉਹਨੇ ਕਿਹਾ ਕਿ ਇਹਨੂੰ ਏਅਰਲਿਫਟ ਕਰੋ ਲੜਕੀ ਨੂੰ ਇੱਥੋਂ,
ਦਿੱਲੀ ਦੇ ਕਿਸੇ ਹਸਪਤਾਲ ਦੇ ਵਿੱਚ ਲੈ ਕੇ ਚਲੋ, ਅਸੀਂ ਪਲ ਪਲ ਦਾ ਹਿਸਾਬ ਕਿਤਾਬ ਰੱਖਾਂਗੇ, ਇੱਥੇ ਦੀ ਜਾਨ ਨੂੰ ਖਤਰਾ ਹੋ ਸਕਦਾ, ਬੜਾ ਕੁਝ ਹੋਇਆ। ਅੱਜ ਤਾਂ ਦੇਖੋ ਉਹ ਜਿਹੜੀ ਪੀੜਿਤ ਲੜਕੀ ਆ ਉਹਨੂੰ ਕੁਝ ਹੋਸ਼ ਆਈ ਹੈ। ਉਸ ਲੜਕੀ ਨੇ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਨੂੰ ਇੱਕ ਚਿੱਠੀ ਲਿਖੀ। ਉਸ ਚਿੱਠੀ ਦੇ ਵਿੱਚ ਉਸਨੇ ਲਿਖਿਆ ਕਿ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਲਓ ਜਿਹੜੇ ਸਾਨੂੰ ਧਮਕਾਉਂਦੇ ਆ। 12 ਜੁਲਾਈ ਦੀ ਉਹ ਚਿੱਠੀ ਸੀ ਜਿਹੜੀ ਹੁਣ ਨਸ਼ਰ ਹੋਈ ਹੈ, ਇਸ ਹਾਦਸੇ ਤੋਂ ਬਾਅਦ ਨਸ਼ਰ ਹੋਈ ਹੈ। ਉਹਨੇ ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਅਪੀਲ ਕੀਤੀ ਸੀ ਕਿ ਲੋਕ ਸਾਨੂੰ ਘਰੇ ਆ ਕੇ ਧਮਕਾਉਂਦੇ ਆ ਕਿ ਵਾਪਸ ਲਓ ਭਾਈ, ਸਾਰੀਆਂ ਧਮਕੀਆਂ ਧਮਕੀਆਂ ਦੇ ਦਿੰਦੇ ਤੁਹਾਨੂੰ, ਕੇਸ ਵਾਪਸ ਲਓ MLA ਸਾਹਿਬ ਦੇ ਉੱਤੇ। ਇਹ ਵੀ ਕਹਿ ਦਿੱਤਾ ਕਿ ਜੇ ਤੁਸੀਂ ਕੇਸ ਵਾਪਸ ਨਹੀਂ ਲਓਗੇ, ਜਿਵੇਂ ਤੁਹਾਡੇ ਚਾਚੇ ਨੂੰ ਜੇਲ੍ਹ ਪਹੁੰਚਾਇਆ, ਕੋਈ ਝੂਠਾ ਪਰਚਾ ਤੁਹਾਡੇ ਤੇ ਕਰਕੇ ਜ਼ਿੰਦਗੀ ਭਰ ਜੇਲ੍ਹ ਦੇ ਵਿੱਚ ਬੰਦ ਕਰ ਦਿਆਂਗੇ। ਹੁਣ ਇਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਵੀ ਲਿਖਿਆ, ਫਾਰ ਗੋਡ ਸੇਕ ਮਿਸਟਰ ਪ੍ਰਾਈਮ ਮਿਨਿਸਟਰ, ਕਿ ਸਾਨੂੰ ਇਸ ਸਾਰੇ ਮਸਲੇ ਦੇ ਵਿੱਚੋਂ ਬਚਾਇਆ ਜਾਵੇ, ਤੁਹਾਡੇ ਆ ਸਾਰੇ ਮਸਲੇ ਦੇ ਵਿੱਚ, ਕਿਉਂਕਿ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕਰ ਦਿੱਤਾ ਨਾ। ਹੁਣ ਇਸ ਸਾਰੇ ਮਸਲੇ ਦੇ ਵਿੱਚ ਦੇਖੋ ਇੱਕ ਸਧਾਰਨ ਬੰਦਾ ਕੀ ਕਰੇ, MLA ਦੇ ਨਾਲ ਟੱਕਰ ਲਈ ਆ, ਬਾਪ ਉਹਨੇ ਗਵਾ ਲਿਆ, ਚਾਚਾ ਉਹਨੇ ਗਵਾ ਲਿਆ, ਚਾਚੀ ਉਹਨੇ ਗਵਾ ਲਈ, ਮਾਸੀ ਉਹਨੇ ਗਵਾ ਲਈ, ਡਰਾਈਵਰ ਗਵਾ ਲਿਆ, ਇਹਦੇ ਨਾਲ ਨਾਲ ਹੁਣ ਦੇਖੋ ਵਕੀਲ ਉਹਦਾ ਵੈਂਟੀਲੇਟਰ ਤੇ ਪਿਆ, ਲੜਕੀ ਖੁਦ ਵੈਂਟੀਲੇਟਰ ਤੇ ਪਈ ਆ, ਤੇ ਉਹਦੀ ਮਾਂ ਕਹਿੰਦੀ ਕਿ ਮੈਨੂੰ ਕੋਈ ਮਿਲ ਨਹੀਂ ਦਿੰਦਾ ਮੇਰੀ ਬੇਟੀ ਨੂੰ। ਚਰਚਾ ਇੱਥੋਂ ਤੱਕ ਵੀ ਚਲਾਈ ਗਈ ਕਿ ਵੈਂਟੀਲੇਟਰ ਦੇ ਉੱਤੇ ਉਹ ਲੜਕੀ ਜਦੋਂ ਪਈ ਆ ਤੇ ਸਰਕਾਰ ਕਹਿੰਦੀ ਆ ਕਿ ਅਸੀਂ ਸਾਰਾ ਇਲਾਜ ਦਾ ਖਰਚਾ ਖੁਦ ਕਰਦੇ ਹਾਂ, ਪਰ ਉਹਦੀ ਮਾਂ ਕਹਿੰਦੀ ਕਿ ਮੇਰੇ ਤੋਂ ਤਾਂ ਹਰ 5 ਮਿੰਟ ਹੀ ਇਹ ਬਾਹਰਲੇ ਮੈਡੀਕਲ ਸਟੋਰ ਤੋਂ ਮੁੱਲ ਦਵਾਈਆਂ ਮੰਗਾਉਂਦੇ ਆ। ਇਹ ਕੀ ਕਹਾਣੀਆਂ, ਇਹ ਸਾਰਾ ਕੁਝ ਕੀ ਹੋ ਰਿਹਾ ਇਸ ਲੋਕਤੰਤਰੀ ਮੁਲਕ ਦੇ ਵਿੱਚ? ਉਸ MLA ਨੂੰ ਜਿਹੜਾ ਕਿ ਰੇਪ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ, ਉਹਨੂੰ ਸਿਆਸੀ ਪਾਰਟੀਆਂ ਨੇ ਅੱਜ ਤੱਕ ਕੱਢ ਕੇ ਬਾਹਰ ਕਿਉਂ ਨਹੀਂ ਮਾਰਿਆ? ਉਹਦੇ ਖਿਲਾਫ ਇੱਕ ਜਨਤਕ ਲਹਿਰ ਕਿਉਂ ਨਹੀਂ ਬਣੀ? ਕਿਉਂਕਿ ਅੱਜ ਜੇ ਕੁਲਦੀਪ ਸਿੰਘ ਸੇਂਗਰ ਸੱਚੀ ਦੋਸ਼ੀ ਹੈ, ਇਸ ਮਸਲੇ ਦੇ ਵਿੱਚ ਉਹ ਬਚ ਗਿਆ, ਇਸ ਮਸਲੇ ਦੇ ਵਿੱਚ ਉਹ ਇਸੇ ਤਰੀਕੇ ਨਿਕਲਦਾ ਗਿਆ, ਤੇ ਆਉਣ ਵਾਲਾ ਸਮਾਂ ਕੱਲਾ ਉਨਾਵ ਖੇਤਰ ਦੀਆਂ ਲੜਕੀਆਂ ਦੇ ਲਈ ਨਹੀਂ, ਸਾਰੇ ਭਾਰਤ ਦੀਆਂ ਕੁੜੀਆਂ ਲਈ ਔਖਾ ਹੋ ਜੂ, ਕਿਉਂਕਿ ਇੱਥੇ ਸਿਆਸਤਦਾਨ ਇੱਕ ਦੂਜੇ ਤੋਂ ਬਹੁਤ ਸਿੱਖਦੇ ਆ। ਵੈਸੇ ਵੀ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਅਸੀਂ ਚੰਦਰਯਾਨ ਭੇਜਿਆ, ਕਿੱਧਰ ਨੂੰ ਭੇਜਿਆ, ਕੀ ਕਰਨ ਭੇਜਿਆ, ਅਸੀਂ ਦਾਅਵੇ ਕਰਦੇ ਪਿੱਟਦੇ ਹਾਂ, ਅਸੀਂ ਡੌਂਡੀਆਂ ਕਾਹਦੀਆਂ ਪਿੱਟਦੇ ਹਾਂ, ਅਸੀਂ ਕੀ ਕੁਝ ਗੱਲਾਂ ਕਰਦੇ ਹਾਂ। ਮੁੱਖ ਮੰਤਰੀ ਸਾਹਿਬ ਇੱਕ ਵਾਰੀ ਕਹਿੰਦੇ ਸੀ ਕਿ ਕੋਈ ਪੁਲਿਸ ਵਾਲਾ ਪਾਨ ਨਾ ਥੁੱਕੇ, ਪਾਨ ਦੀ ਥੁੱਕ ਤਾਂ ਸਾਫ਼ ਕਰਾ ਦਿੱਤੀ, ਪਾਨ ਦੇ ਦਾਗ ਤਾਂ ਕੰਧ ਦੇ ਨੇੜੇ ਲੱਗੇ ਅਸੀਂ ਸਾਫ਼ ਕਰਾ ਦਿੱਤੇ, ਪਰ ਆਹ ਜਿਹੜੇ ਦਾਗ ਹੁਣ ਲੱਗ ਗਏ ਆ, ਇਸ ਦਾਗ ਨੂੰ ਅਸੀਂ ਸਾਫ਼ ਕਿਵੇਂ ਕਰ ਪਾਵਾਂਗੇ? ਇਹ ਅੱਜ 2019 ਦਾ ਸਮਾਂ, ਇਹ ਜੁਲਾਈ ਦਾ ਮਹੀਨਾ, ਅਸੀਂ ਕਿੱਡੇ ਵੱਡੇ ਵੱਡੇ ਦਾਅਵੇ ਕਰਦੇ ਹਾਂ ਕਿ ਮੁਲਕ ਕਿੱਥੇ ਪਹੁੰਚ ਗਿਆ ਜੀ, ਮੁਲਕ ਉੱਥੇ ਪਹੁੰਚ ਗਿਆ ਜੀ, ਮੁਲਕ ਨੇ ਆਹ ਹੋ ਜਾਣਾ ਜੀ, ਆਹ ਹੋ ਜਾਣਾ ਜੀ, ਪਰ ਜੋ ਕੁਝ ਉਨਾਵ ਵਿਧਾਨ ਸਭਾ ਹਲਕੇ ਦੀ ਉਸ ਲੜਕੀ ਦੇ ਨਾਲ ਉਹਦੇ ਪਰਿਵਾਰ ਦੇ ਨਾਲ ਹੋਇਆ, ਫਿਲਮੀ ਕਹਾਣੀ ਤੋਂ ਘੱਟ ਨਹੀਂ। ਮਹਿਸੂਸ ਕਰਕੇ ਵੇਖੀਏ ਉਸ ਟੱਬਰ ਦੇ ਉੱਤੇ ਅੱਜ ਬੀਤਦੀ ਕੀ ਹੋਏਗੀ, ਜਿਸ ਟੱਬਰ ਦਾ ਇਹਨਾਂ ਸਿਆਸਤਦਾਨਾਂ ਨੇ ਛੱਡਿਆ ਫੱਕਾ ਨਹੀਂ। ਜੀ ਬਰ ਸਾਹਿਬ, ਅੱਜ ਮੈਂ ਗਿਆ ਗਿੱਦੜਵਾਹ ਦੇ ਵਿੱਚ ਤੇ ਉੱਥੇ ਇੱਕ ਐਸੇ ਵਿਅਕਤੀ ਦੀ ਇੰਟਰਵਿਊ ਕੀਤੀ ਜਿਹੜਾ ਕਹਿੰਦਾ ਕਿ 10ਵੀਂ ਵੀ ਕਰਾਉਣ ਵਾਸਤੇ ਮੇਰੇ ਬਾਪ ਕੋਲ ਪੈਸੇ ਨਹੀਂ ਸੀ, ਕਿਸੇ ਨੇ ਵਿਦਿਆ ਸਪਾਂਸਰ ਕਰਤੀ, ਮੈਂ ਪੜ੍ਹ ਗਿਆ ਤੇ ਫਿਰ ਸਮਾਜ ਸੇਵਾ ਵਾਲੇ ਪਾਸੇ ਲੱਗ ਗਿਆ। ਔਰ ਉਨ੍ਹਾਂ ਦਾ ਤਰੀਕਾ ਸਮਾਜ ਸੇਵਾ ਦਾ ਇਹੋ ਜਿਹਾ ਕਿ ਸਿਵਲ ਹਸਪਤਾਲ ਉੱਥੇ ਗਿੱਦੜਵਾਹ ਦੇ ਵਿੱਚ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਨਸ਼ਾ ਛਡਾਊ ਕੇਂਦਰ ਦੀ ਥਾਂ ਦੇ ਉੱਤੇ ਉੱਥੇ ਵੀ ਨਸ਼ੇ ਵੇਚਣ ਵਾਸਤੇ ਲੋਕ ਆਉਂਦੇ ਆ, ਪੈਸੇ ਭੇਜੇ ਤੇ SMO ਦੇ ਸਾਹਮਣੇ ਮੁਲਾਜ਼ਮ ਹੈ ਜਿਹੜਾ ਉਹ ਗੋਲੀਆਂ ਫੜ ਲਿਆ 100 ਰੁਪਏ ਦੀਆਂ, ਉਹਦੇ ਤੇ ਐਕਸ਼ਨ ਲਿਆ। ਤੇ ਦੂਜੇ ਪਾਸੇ ਬੇਸ਼ੱਕ ਇਸ ਵਿਅਕਤੀ ਦੇ ਨਾਲ ਅੱਜ ਆਪਾਂ ਪ੍ਰੋਗਰਾਮ ਦੇ ਆਖਰਲੇ ਹਿੱਸੇ 'ਚ ਗੱਲਬਾਤ ਵੀ ਕਰਾਂਗੇ ਕਿਵੇਂ ਕਿਵੇਂ ਉਹਨਾਂ ਦਾ ਇਹ ਐਕਸ਼ਨ ਚੱਲਦਾ, ਪਰ ਆਹ ਜਿਹੜਾ ਤਸਕਰਾਂ ਦਾ ਕੰਮ ਹੈ ਇਹਨੇ ਹਰ ਪਾਸੇ ਹੋਸ਼ ਉਡਾਏ ਹੋਏ ਆ ਜੀ, ਤੌਰ ਤਰੀਕੇ ਬੜੇ ਵੱਖਰੇ ਆ ਇਹਨਾਂ ਦੇ। ਦੇਖੋ ਸੁਖਨੈਬ ਜੀ, ਕਈ ਵਾਰੀ ਬੰਦੇ ਕਹਿੰਦੇ ਨਾ ਕਿ ਭਾਈ ਆ ਨੌਜਵਾਨ ਤਬਕਾ ਪਤਾ ਨੀ ਕਿੱਧਰਲੇ ਪਾਸੇ ਨੂੰ ਤੁਰ ਪਿਆ, ਇਹ ਕਾਹਤੋਂ ਤਸਕਰੀ ਵਾਲੇ ਪਾਸੇ ਚਲੇ ਗਿਆ, ਉਹਦੇ ਵਿੱਚ ਕੀ ਰੱਖਿਆ, ਏਦਾਂ ਨੀ ਕਰਨਾ ਚਾਹੀਦਾ। ਬਿਲਕੁਲ ਠੀਕ ਕਹਿੰਦੇ ਆ, ਉਹ ਕੋਈ ਗਲਤ ਨੀ ਕਹਿੰਦੇ, ਪਰ ਹਰ ਹਾਲਾਤ ਕੁਝ ਹੋਰ ਨੇ। ਆ ਪਿਛਲੇ ਕੱਲ ਆਪਾਂ ਗੱਲ ਕੀਤੀ ਸੀ ਕਿ ਤਰਨ ਤਰਨ ਦੇ 4-5 ਭਰਾ ਨੇ ਜਿਹੜੇ ਫੜੇ ਗਏ ਨੇ ਉਹ ਪਠਾਨਕੋਟ ਜ਼ਿਲ੍ਹੇ ਦੇ ਵਿੱਚੋਂ। ਜ਼ਿਕਰ ਆਪਾਂ ਬੀਤੇ ਕੱਲ ਇਹ ਕੀਤਾ ਸੀ ਕਿ 1 ਕਰੋੜ ਰੁਪਈਆ ਕੈਸ਼ ਦੱਬਿਆ ਸੀ ਉਹਨਾਂ ਨੇ ਦਰਿਆ ਦੇ ਕੰਢੇ, 1 ਕਰੋੜ ਰੁਪਈਆ, 1 ਕਰੋੜ ਭਾਰਤੀ ਰੁਪਈਏ, 2 ਕਿਲੋ ਹੈਰੋਇਨ 1 ਕਰੋੜ ਰੁਪਈਆ ਦੀ ਉਹ ਵੀ ਹੋਣੀ। ਹੁਣ ਉਹਦੇ ਤੋਂ ਬਾਅਦ ਆਪਾਂ ਜ਼ਿਕਰ ਇਹ ਵੀ ਕੀਤਾ ਸੀ ਕਿ ਜਿਹੜਾ ਤਰਨ ਤਾਰਨ ਦਾ ਥਾਣਾ ਹੈ ਉਹਦੇ ਵਿੱਚ ਕਿਹਾ ਗਿਆ ਕਿ ਭਾਈ ਇਹ ਸਾਇਲੈਂਟ ਹੈ ਬੰਦਾ, ਇਹ ਬੰਦਾ ਹੁਣ ਨਸ਼ਾ ਨੁਸ਼ਾ ਨਹੀਂ ਵੇਚਦਾ, ਲੱਗਦਾ ਇਹਦੀ ਕੋਈ ਗਤੀਵਿਧੀ ਵੇਖੀ ਤਾਂ ਹੈ ਨਹੀਂ।
ਕੱਲ ਤਾਂ ਚਲੋ ਰੇਡ ਰੂਡ ਪਈ ਸੀ, ਬੰਦਾ ਇਨੀਸ਼ੀਅਲ ਸਟੇਜ ਦੇ ਉੱਤੇ ਉਹਨੂੰ ਲਿਆਂਦਾ ਗਿਆ ਸੀ, ਇੱਕ ਭਰਾ ਹੀ ਫੜ ਹੋਇਆ ਸੀ ਬਲਵਿੰਦਰ ਸਿੰਘ ਬਿੱਲਾ, ਪਰ ਜਦੋਂ ਪੁੱਛਗਿੱਛ ਕੀਤੀ ਤਾਂ ਉਹਨੇ ਜਿਹੜੇ ਖੁਲਾਸੇ ਕੀਤੇ ਉਹ ਕਮਾਲ ਦੇ ਸੀ, ਲੋਕਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਜਾਣਗੀਆਂ, ਅੱਡੀਆਂ ਦੀਆਂ ਅੱਡੀਆਂ ਰਹਿ ਜਾਣਗੀਆਂ। ਹੁਣ ਉਹ ਕੀ ਕਹਿੰਦਾ, ਕਹਿੰਦਾ ਜੀ ਦੇਖੋ ਗੱਲ ਹੈ, ਮੇਰਾ ਵੱਡਾ ਭਰਾ ਥੋੜਾ ਜਿਹਾ ਦੋ ਨੰਬਰ ਦੇ ਕੰਮ ਕਰਦਾ ਸੀ, ਮੈਂ ਉਦੋਂ ਪੜ੍ਹਦਾ ਹੀ ਸੀ, ਮੈਨੂੰ ਵੀ ਉਹਨੇ ਨਾਲ ਲਾ ਲਿਆ। ਫਿਰ ਕਹਿੰਦੇ ਕਿ ਅਸੀਂ ਪੰਜਾਂ ਭਰਾਵਾਂ ਨੇ ਚਾਚੇ ਨਾਲ ਰਲ ਕੇ ਨਕਲੀ ਨੋਟ ਛਾਪਣੇ ਸ਼ੁਰੂ ਕੀਤੇ, ਉਹਨਾਂ ਦਾ ਧੰਦਾ ਕੀਤਾ, ਨੋਟਾਂ ਦੀ ਡਿਲੀਵਰੀ ਦੇਣ ਜਾਂਦੇ ਹੁੰਦੇ ਸੀ ਤਾਂ ਇੱਕ ਵਾਰੀ ਫੜੇ ਗਿਆ, ਪਰਚਾ ਹੋ ਗਿਆ ਸਾਰਿਆਂ ਤੇ ਹੋ ਗਿਆ। ਪਰ ਨੋਟਾਂ ਚ ਫਿਰ ਸਾਨੂੰ ਲੱਗਾ ਜ਼ਮਾਨਤ ਤੇ ਆ ਕੇ ਕਿ ਹਾਂ ਕਮਾਈ ਕਮੂਈ ਇੰਨੀ ਨੀ, ਜਿੰਨੀ ਕਮਾਈ ਚਾਹੀਦੀ ਆ ਕੋਈ ਗੱਲ ਥੋੜੀ ਆ, ਇੰਨੀ ਕੁ ਕਮਾਈ ਦਾ ਕੀ ਬਣਦਾ। ਫਿਰ ਕਹਿੰਦੇ ਵੱਡੇ ਭਰਾ ਨੇ ਬਾਰਡਰੋਂ ਪਾਰ ਪਾਕਿਸਤਾਨ ਵਾਲੇ ਪਾਸੇ ਕੁਝ ਤਸਕਰਾਂ ਦੇ ਨਾਲ ਸੰਪਰਕ ਕੀਤਾ ਕਿ ਤੁਸੀਂ ਸਾਨੂੰ ਸੌਦਾ ਪਤਾ ਭੇਜੋ, ਸਾਨੂੰ ਸੌਦਾ ਪਤਾ ਭੇਜੋਗੇ ਤੇ ਉਹਦੇ ਤੋਂ ਬਾਅਦ ਫਿਰ ਕੰਮ ਕਰ ਜਿਹੜਾ ਉਹ ਕਿਸੇ ਬੰਨੇ ਕੰਢੇ ਲੱਗ ਜੂਗਾ, ਜੇ ਸੌਦਾ ਪਤਾ ਨੀ ਭੇਜੋਗੇ ਤਾਂ ਕੰਮ ਫਿਰ ਕਿੱਧਰਲੇ ਪਾਸੇ ਨੂੰ ਜਾਣਾ। ਉਹ ਕਹਿੰਦੇ ਕਿ 8 ਸਾਲ ਲਗਾਤਾਰ ਤਸਕਰੀ ਕੀਤੀ, ਤੇ ਜਦੋਂ 8 ਸਾਲ ਲਗਾਤਾਰ ਤਸਕਰੀ ਕੀਤੀ ਤਾਂ ਫਿਰ ਉਹਦੇ ਤੋਂ ਬਾਅਦ ਆਪਣੇ ਆਪ ਹੀ ਕਮਾਈਆਂ ਹੋਣ ਲੱਗ ਪਈਆਂ। ਜਦੋਂ ਤਸਕਰੀ ਸ਼ੁਰੂ ਕੀਤੀ ਦੇਖੋ ਕਮਾਈ ਦਾ ਹਿਸਾਬ ਕਿਤਾਬ ਕੀ ਹੈ, ਹਾਲਾਤ ਕਿੱਦਾਂ ਦੇ ਨੇ। ਉਹ ਕਹਿੰਦੇ 3-3 ਕਿੱਲੇ ਜ਼ਮੀਨ ਆਉਂਦੀ ਸੀ ਤੇ ਅੱਜ ਸਾਡੇ ਕੋਲ 80-80 ਕਿੱਲੇ ਜ਼ਮੀਨ ਆ, ਕਮਾਲ ਹੋ ਗਈ ਕਿ ਨਹੀਂ ਹੋ ਗਈ। ਕਿੱਥੇ 3 ਕਿੱਲੇ ਜ਼ਮੀਨ, ਕਿੱਥੇ 80 ਕਿੱਲੇ ਜ਼ਮੀਨ ਇੱਕ ਇੱਕ ਭਾਈ ਦੇ ਕੋਲੇ। ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਵਿੱਚ ਹੀ ਕੋਠੀਆਂ ਵੀ ਲੈ ਲਈਆਂ, ਗੱਡੀਆਂ ਵੀ ਲੈ ਲਈਆਂ, ਪਰ ਕਹਿੰਦੇ ਅਸੀਂ ਸਾਦੇ ਜਿਹਾ ਬਣ ਕੇ ਰਹਿੰਦੇ ਸੀ, ਲੋਕਾਂ ਜਾ ਕੇ ਫੂੰਫਾ ਨਹੀਂ ਸੀ ਕਰਦੇ, ਤੇ ਫੂੰਫਾ ਇਸ ਕਰਕੇ ਨਹੀਂ ਸੀ ਕਰਦੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਭਾਈ ਆ ਸਾਡੇ ਹਾਲਾਤ ਕੀ ਨੇ, ਅਸੀਂ ਕਰੀ ਕੀ ਜਾਂਦੇ ਹਾਂ। ਚਲੋ ਫਿਰ ਇਹਨਾਂ ਨੇ ਕਿਹਾ, ਉਹ ਕਹਿੰਦੇ ਜੀ ਦੇਖੋ 4-4 ਸਾਲ ਅਸੀਂ ਵਿੱਚ ਜੇਲ੍ਹ ਚ ਵੀ ਕੱਟੇ, ਪਰਚੇ ਪੁਰਚੇ ਹੋ ਜਾਂਦੇ ਸੀ, ਤਿਹਾੜ ਜੇਲ੍ਹ ਚ ਵੀ ਰਹੇ ਤੇ ਅੰਮ੍ਰਿਤਸਰ ਜੇਲ੍ਹ ਚ ਵੀ ਰਹੇ, ਹੈਰੋਇਨ ਦਾ ਧੰਦਾ ਕੀਤਾ, ਠੋਕ ਵਜਾ ਕੇ ਕੀਤਾ, ਨੋਟ ਬੜੇ ਨੇ, ਪੈਲੀ ਪੁਲੀ ਬੜੀ ਹੈ, ਘਬਰਾਉਣ ਵਾਲੀ ਗੱਲ ਕੋਈ ਨੀ, ਹੋਰ ਦੁਨੀਆਂ ਦਾ ਕੋਈ ਧੰਦਾ ਉਹ ਚ ਪੈਸੇ ਹੋ ਜਾਣੇ ਸੀ। ਹੁਣ ਅੱਗੇ ਦੇਖੋ, ਉਹ ਕਹਿੰਦੇ ਪੁੱਛਿਆ ਕਿ ਪੈ ਕੰਮ ਧੰਦਾ ਕਰਨ ਦਾ ਢੰਗ ਕੀ, ਉਹ ਕਹਿੰਦੇ ਵੱਡਾ ਭਰਾ ਲਿਆਉਂਦਾ ਸੀ ਸੌਦਾ ਪਤਾ ਉਧਰਲੇ ਪਾਸਿਓਂ, ਪਤਾ ਨੀ ਕਿਵੇਂ। ਸਾਨੂੰ ਤਾਂ ਇਹ ਹੁੰਦਾ ਸੀ ਕਿ ਉਹਨੇ ਕਹਿਣਾ ਕਿ ਆਹ ਦੇਸ਼ ਦੇ ਫਲਾਨੇ ਹਿੱਸੇ ਦੇ ਵਿੱਚ 1-2 ਕਿੱਲੋ ਹੈਰੋਇਨ ਪਹੁੰਚਾਉਣੀ ਆ ਤੇ ਅਸੀਂ ਪਹੁੰਚਾ ਆਉਣੀ। ਇੱਕ ਗੇੜੇ ਦੇ ਪੈਸੇ ਕਿੰਨੇ ਮਿਲਦੇ ਸੀ ਪਹੁੰਚਾਉਣ ਦੇ, ਪੰਜਾਬ ਤੋਂ ਕਿਸੇ ਹੋਰ ਸੂਬੇ ਚ 20-25 ਲੱਖ ਰੁਪਈਆ ਸੁਖਨੈਬ ਜੀ, ਤੇ ਉਹ ਕਹਿੰਦੇ ਬੜੇ ਆਰਾਮ ਨਾਲ 4 ਗੇੜੇ ਮਹੀਨੇ ਦੇ ਲਾ ਲਈ ਦੇ ਸੀ, ਇਹਦਾ ਮਤਲਬ 1 ਕਰੋੜ ਬਣ ਗਿਆ ਘੱਟੋ ਘੱਟ। ਹੁਣ ਜਿਹੜੇ ਬੰਦਿਆਂ ਨੂੰ 4 ਦਿਨ ਕੰਮ ਕਰਕੇ 1 ਕਰੋੜ ਰੁਪਈਆ ਬਣਦਾ, ਉਹ ਬੰਦਾ ਕਹੂਗਾ ਕਿ ਭਾਈ ਮੈਂ ਪੁਲਿਸ ਦੀਆਂ ਲਾਠੀਆਂ ਖਾਣੀਆਂ, ਮੈਂ ਸਰਕਾਰੀ ਮਾਸਟਰ ਬਣਨਾ। ਉਹ ਬੰਦਾ ਕਹੂਗਾ ਕਿ ਪਹਿਲਾਂ ਮੈਂ 7-8 ਸਾਲ ਰਾਤਾਂ ਦੀ ਨੀਂਦ ਗਵਾਵਾਂ, MBBS ਕਰਾਂ, ਉਹਦੇ ਤੋਂ ਬਾਅਦ ਸਰਕਾਰ ਮੈਨੂੰ 15,800 ਰੁਪਈਏ ਤੇ ਜਾਂ 15,600 ਰੁਪਈਆ ਮਹੀਨੇ ਦੇ ਉੱਤੇ ਡਾਕਟਰ ਰੱਖੇ। ਉਹ ਬੰਦਾ ਕਹੂਗਾ ਕਿ ਭਾਈ ਭੱਜੋ ਇੱਥੋਂ ਜਿੱਧਰਲੇ ਪਾਸੇ ਨੂੰ ਜਾਂਦੇ ਹੋ, ਅਸੀਂ ਤਾਂ ਆਪਣੇ ਹਿਸਾਬ ਕਿਤਾਬ ਦੇ ਨਾਲ ਆਹ ਸਾਰੇ ਕੰਮ ਕਰਾਂਗੇ। ਹੋਰ ਦੇਖੋ, ਉਹ ਕਹਿੰਦੇ ਕਿ ਤੁਸੀਂ ਜਦੋਂ ਛਾਪਾ ਛੁਪਾ ਮਾਰਿਆ ਨਾ, ਪਹਿਲਾਂ ਤਾਂ ਆਪਾਂ ਨੂੰ ਇਹ ਗੱਲ ਸੀ ਕਿ 1 ਕਰੋੜ ਰੁਪਈਆ ਕੈਸ਼। ਉਹ ਫਿਰ ਜਦੋਂ ਮਾੜੀ ਜਿਹੀ ਸਖਤੀ ਕੀਤੀ, ਕੰਨ ਤੱਤੇ ਕੀਤੇ ਹੋਣੇ ਪੁਲਿਸ ਵਾਲਿਆਂ ਨੇ, STF ਵਾਲਿਆਂ ਨੇ, ਉਹ ਕਹਿੰਦਾ ਜੀ ਚਲੋ ਦੂਜੀ ਜਗ੍ਹਾ ਚੱਲਦੇ ਹਾਂ। ਲੈ ਕੇ ਗਿਆ ਤਾਂ ਖੇਤਾਂ ਦੇ ਵਿੱਚ 2 ਟੋਏ ਪੱਟੇ ਹੋ ਸੀ। ਉਹ ਕਹਿੰਦਾ ਜੀ ਅਸਲ ਦੇ ਵਿੱਚ ਆਹ 2 ਟੋਇਆਂ ਦੇ ਵਿੱਚ 2 ਡਰੰਮ ਸੀ, ਇਹਦੇ ਵਿੱਚ 10 ਕਰੋੜ ਰੁਪਈਆ ਕੈਸ਼ ਸੀ, 10 ਕਰੋੜ ਜੀ। ਉਹ ਡਰੱਗ ਮਨੀ ਸੀ। ਉਹ ਕਹਿੰਦੇ ਕਿ ਜਦੋਂ ਤੁਸੀਂ ਮੈਨੂੰ ਫੜ ਲਿਆ, ਬਾਕੀ ਭੱਜੇ ਤੋਂ ਭੱਜ ਕੇ ਕਿਤੇ ਪਹਿਲਾਂ ਗਏ ਨਹੀਂ ਸੀ ਇਸ ਥਾਂ ਤੋਂ, ਕਿਉਂਕਿ ਸਲਾਹ ਹੁੰਦੀ ਆ ਕਿ ਭਾਈ ਜੇ ਕੋਈ ਏਦਾਂ ਦੀ ਗੱਲ ਹੋਊਗੀ ਜਿਹੜਾ ਬੰਦਾ ਭੱਜ ਗਿਆ ਉਹ ਪਹਿਲਾਂ ਇੱਥੋਂ ਸਮਾਨ ਪੜੋ, ਕਹਿੰਦੇ ਡਰੰਮ ਪੱਟ ਕੇ ਲੈ ਗਏ। 10 ਕਰੋੜ ਰੁਪਈਆ ਕੈਸ਼ ਉਹ ਲੈ ਵੀ ਗਏ ਆ, ਹੈਰੋਇਨ ਵੀ ਹੋਰ ਸੀ, ਉਹ ਵੀ ਕਹਿੰਦੇ ਸੱਜੇ ਖੱਬੇ ਲੈ ਗਿਆ। ਹੁਣ ਦੇਖੋ ਜਿਹੜੇ ਬੰਦੇ 10-10 ਕਰੋੜ ਰੁਪਈਆ ਕੈਸ਼ ਦਰਿਆ ਦੇ ਕੰਢੇ ਤੇ ਡਰੰਮ ਚ ਪਾ ਕੇ ਦੱਬ ਰੱਖਦੇ ਆ, ਉਹਨਾਂ ਨੇ ਕਿੰਨਾ ਪੈਸਾ ਧੇਲਾ ਕਮਾਇਆ ਹੋਊਗਾ ਤੇ ਹਾਲਾਤ ਕਿੱਦਾਂ ਦੇ ਹੋਣਗੇ। ਹੁਣ ਇਹ ਸਾਰਾ ਕੇਸ ਅਸਲ ਦੇ ਵਿੱਚ 532 ਕਿਲੋਗ੍ਰਾਮ ਜਿਹੜੀ ਹੈਰੋਇਨ ਉਹ ਪਾਕਿਸਤਾਨ ਵਾਲੇ ਪਾਸਿਓਂ ਇੰਪੋਰਟ ਕਰਕੇ ਲਿਆਂਦੀ ਗਈ ਸੀ ਉਹਦੇ ਨਾਲ ਜੁੜਦਾ। ਹੁਣ ਬੰਦਾ ਇੱਕ ਫੜਿਆ ਗਿਆ, ਕੁਝ ਹੋਰ ਗ੍ਰਿਫਤਾਰੀਆਂ ਹੋ ਗਈਆਂ, ਹੁਣ ਲੂਣ ਦੀ ਥਾਂ ਦੇ ਉੱਤੇ ਆਈ ਹੋਈ ਉਸ ਹੈਰੋਇਨ ਦੇ ਮਾਮਲੇ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਕਿੰਨੀ ਕੁ ਅੱਗੇ ਵੱਧਦੀ ਹੈ, ਕਿੰਨਾ ਕੁ ਸਹਿਯੋਗ ਮਿਲਦਾ, ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਅੰਤ ਭਾਵੇਂ ਇਸ ਸਾਰੇ ਮਸਲੇ ਦਾ ਮਾੜਾ ਹੋਇਆ, ਪਰ ਜਿਸ ਢੰਗ ਦੇ ਨਾਲ ਉਹਨਾਂ ਨੇ ਕਮਾਈ ਦੱਸੀ ਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਕੈਸ਼ ਦੱਬਿਆ ਹੋਇਆ ਸੀ ਉਹਦੇ ਹਿਸਾਬ ਦੇ ਨਾਲ ਭਾਈ ਫਿਰ ਕਈ ਵਾਰੀ ਅੱਖਾਂ ਚੁੰਦੇ ਆ ਤਾਂ ਜਾਂਦੀਆਂ ਹੋਣੀਆਂ, ਉਹ ਵੱਖਰੀ ਗੱਲ ਹੈ ਕਿ ਹੁਣ ਹੱਡ ਰੋਜ਼ ਹੀ ਤੱਤੇ ਹੁੰਦੇ ਹੋਣਗੇ ਜੀ। ਤੇ ਵਟ ਸਾਹਿਬ ਅਗਲੀ ਗੱਲ ਆਪਾਂ ਦੇਖੀਏ ਕੀ ਹੁੰਦਾ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਹੈ, ਵਾਹਵਾ ਅਜੀਬੋ ਗਰੀਬ ਜੀ ਸਥਿਤੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਉਦੋਂ ਅਸਤੀਫਾ ਦਿੱਤਾ ਸੀ, ਮਾਨਸਾਈਆ ਹੋਰਾਂ ਨੇ ਵੀ ਨਾਲ ਦੀ ਨਾਲ ਚਿੱਠੀ ਲਿਖਤੀ ਸੀ। ਮਾਨਸਾਈਆ ਕਹਿੰਦੇ ਮੇਰੇ ਰਝੇਵੇਂ ਵਾਲੇ ਨੇ, ਖਹਿਰਾ ਸਾਹਿਬ ਦੀ ਸਿਹਤ ਸੂਤ ਠੀਕ ਨਹੀਂ, ਅਸਤੀਫਾ ਦੇਣ ਨੂੰ ਜੀ ਨਹੀਂ ਕਰਦਾ ਜੀ। ਦੇਖੋ ਸੁਖਨੈਬ ਜੀ, ਅਸਤੀਫਾ ਤਾਂ ਹੁਣ ਉਹ ਕਹਿੰਦੇ ਅਸੀਂ ਦੇਤਾ, ਇਹ ਤਾਂ ਸਪੀਕਰ ਸਾਹਿਬ ਦੀ ਪ੍ਰਕਿਰਿਆ ਕਿੰਨੀ ਕੁ ਲੰਬੀ ਲੈ ਕੇ ਜਾਂਦੇ ਆ, ਪਰ ਆਪਾਂ ਸਾਰਿਆਂ ਨੂੰ ਪਤਾ
ਕਿ ਭਾਈ ਇਹ ਕੰਮ ਏਦਾਂ ਹੀ ਤੋਰਦੇ ਆ, ਕਿਉਂਕਿ ਅਸਤੀਫੇ ਦੀ ਇਬਾਰਤ ਇੰਨੀ ਬੱਜਮੀ ਜਿਹੀ ਤੇ ਇੰਨੀ ਸਾਦੀ ਸਰਲ ਆ। ਜੇ ਤਾਂ ਤੁਸੀਂ ਉਸ ਇਬਾਰਤ ਦੇ ਮੁਤਾਬਿਕ ਅਸਤੀਫਾ ਦਿੰਦੇ ਹੋ ਤਾਂ ਠੀਕ ਹੈ, ਜੇ ਤੁਸੀਂ ਉਸ ਇਬਾਰਤ ਦੇ ਮੁਤਾਬਿਕ ਇੱਕ ਵੀ ਅੱਖਰ ਅੱਗੇ ਪਿੱਛੇ ਕਰਦੇ ਹੋ ਤਾਂ ਸਪੀਕਰ ਸਾਹਿਬ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਕਰਦੇ। ਇਹਦੇ ਨਾਲ ਨਾਲ ਜੇ ਤੁਸੀਂ ਇਬਾਰਤ ਠੀਕ ਵੀ ਲਿਖੀ ਹੋਵੇ ਤਾਂ ਵੀ ਸਪੀਕਰ MLAs ਨੂੰ ਇੱਕ ਵਾਰੀ ਸੱਦਦਾ ਕਿ ਭਾਈ ਤੁਸੀਂ ਆ ਕੇ ਦੱਸੋ ਹਾਲਾਤ ਕੀ ਨੇ, ਕਿ ਅਸਤੀਫਾ ਤੁਸੀਂ ਉਹ ਲਿਖਿਆ, ਤੁਹਾਡੇ ਨਾਂ ਦੇ ਉੱਤੇ ਕਿਸੇ ਹੋਰ ਨੇ ਤਾਂ ਨੀ ਲਿਖ ਦਿੱਤਾ, ਜਾਂ ਫਿਰ ਇਹ ਅਸਤੀਫਾ ਜਿਹੜਾ ਇਸ ਅਸਤੀਫੇ ਦੇ ਪਿੱਛੇ ਕਿਸੇ ਬੰਦੇ ਨੇ ਤੁਹਾਡੇ ਤੇ ਵਾਧੂ ਜਿਹਾ ਪ੍ਰੈਸ਼ਰ ਤਾਂ ਨੀ ਪਾਇਆ, ਕਿਸੇ ਨੇ ਐਵੇਂ ਤੁਹਾਨੂੰ ਦਬਾਅ ਦੇ ਹੇਠ ਲਿਆ ਕਿ ਅਸਤੀਫਾ ਤਾਂ ਨੀ ਲਿਖ ਲਿਆ, ਇੱਕ ਵਾਰੀ ਸਾਹਮਣੇ ਫਿਜ਼ੀਕਲੀ ਪੇਸ਼ ਹੋਵੋ। ਸਾਰੇ MLA ਕਈਆਂ ਨੇ ਅਸਤੀਫੇ ਦਿੱਤੇ, ਇੱਥੇ ਫੂਲਕਾ ਸਾਹਿਬ, ਮਾਨਸ਼ਾਹੀਆ ਸਾਹਿਬ, ਸੰਦੋਆ ਸਾਹਿਬ, ਇਹਦੇ ਨਾਲ ਨਾਲ ਮਾਸਟਰ ਬਲਦੇਵ ਸਿੰਘ ਜੈਤੋ ਸਾਹਿਬ ਤੇ ਸੁਖਪਾਲ ਖਹਿਰਾ, ਸਾਰਿਆਂ ਨੂੰ ਸੱਦਿਆ, ਵੱਖੋ ਵੱਖਰੀਆਂ ਤਰੀਕਾਂ ਦਿੱਤੀਆਂ, ਇੱਕ ਇੱਕ ਦੋ ਦੋ ਨੂੰ ਇਕੱਠੇ ਕਰਕੇ ਵੇਖ ਲਓ ਜਾਂ ਕਿਸੇ ਹੋਰ ਢੰਗ ਤਰੀਕੇ ਦੇ ਨਾਲ ਵੇਖ ਲਓ। ਹੁਣ ਜਿਹਨਾਂ ਨੂੰ ਅਸਤੀਫੇ ਦਿੱਤੇ ਨੇ ਜਿਹਨਾਂ ਦੇ, ਉਹ ਅਸਤੀਫੇ ਮਨਜ਼ੂਰ ਕਰਾਉਣ ਦੇ ਲਈ ਫਿਜ਼ੀਕਲੀ ਪੇਸ਼ ਹੋਣਾ ਪਊ, ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਪਊ, ਜਿਹੜੀ ਇੱਕ ਤੈਅ ਇਬਾਰਤ ਹੈ ਉਹਦੇ ਮੁਤਾਬਕ ਲਿਖ ਕੇ ਅਸਤੀਫਾ ਦੇਣਾ ਪਊ। ਹੁਣ ਇੱਥੇ ਸੁਖਪਾਲ ਖਹਿਰਾ ਤੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਸੱਦਿਆ, ਮਾਨਸ਼ਾਹੀਆ ਸਾਹਿਬ ਤਾਂ ਹੁਣ ਕਾਂਗਰਸ ਪਾਰਟੀ ਦੇ ਹੱਥ ਦੇ ਉੱਤੇ ਜਾ ਬੈਠੇ ਆ ਕਿ ਭਾਈ ਮੈਂ ਬਹਿ ਗਿਆ ਹੁਣ ਦੇਖੀ ਜਾਓ, ਦੋਵੇਂ ਹੀ ਨਹੀਂ ਆਏ, ਦੋਵਾਂ ਨੇ ਆਪੋ ਆਪਣੇ ਰੁਝੇਵੇਂ ਦੱਸਦੇ, ਕਿਸੇ ਨੇ ਕਿਹਾ ਮੇਰੀ ਸਿਹਤ ਨੀ ਠੀਕ, ਕਿਸੇ ਨੇ ਕਿਹਾ, ਇਹਦਾ ਮਤਲਬ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਤਾਂ ਨਹੀਂ ਇਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ। ਹੁਣ ਦੇਖੋ ਤਰੀਕਾਂ ਵੀ ਲੰਬੀਆਂ ਮਿਲ ਰਹੀਆਂ, ਇਹਦਾ ਮਤਲਬ ਹੈ ਕਿ ਸਪੀਕਰ ਸਾਹਿਬ ਵੀ ਬਹੁਤਾ ਜ਼ਿਆਦਾ ਇਸ ਗੱਲ ਨੂੰ ਹਾਲ ਦੀ ਘੜੀ ਤੂਲ ਨਹੀਂ ਦੇਣਾ ਚਾਹੁੰਦੇ, ਉਹਨਾਂ ਦੇ ਉੱਤੇ ਵੀ ਬਹੁਤਾ ਜ਼ਿਆਦਾ ਕੋਈ ਇੰਟਰਨਲ ਦਬਾਅ ਨਹੀਂ ਇੰਨਾ ਬਣਿਆ ਕਿ ਜਿੰਨੀ ਛੇਤੀ ਹੋ ਸਕਦਾ ਇਹਨਾਂ ਬੰਦਿਆਂ ਨੂੰ ਵਿਧਾਨ ਸਭਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਚਲੋ ਅਗਲੀ ਗੱਲ, ਤੁਸੀਂ ਵਿਧਾਨ ਸਭਾ ਦੇ ਸੈਸ਼ਨ ਦਾ ਜ਼ਿਕਰ ਕੀਤਾ, ਦੇਖੋ ਸੁਖਨੈਬ ਜੀ ਗੱਲ ਇਹ ਹੈ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ 2 ਨੂੰ, 5 ਤੇ 6 ਤਰੀਕ ਨੂੰ 2 ਦਿਨ ਹਾਲਾਤ ਜਿਹੜੇ ਨੇ ਸੱਜੇ ਖੱਬੇ ਹੋ ਜਾਣੇ ਆ, ਕਿਉਂਕਿ ਉਹਨਾਂ 2 ਦਿਨਾਂ ਦੇ ਵਿੱਚ ਹੀ ਅਸਲੀ ਗੱਲ ਹੋਣੀ ਹੈ। 2 ਤਰੀਕ ਨੂੰ ਤਾਂ ਆਪਾਂ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਹੈ, ਉਹਦੇ ਤੋਂ ਬਾਅਦ ਫਿਰ ਤੂੰ ਕੌਣ ਤੇ ਮੈਂ ਕੌਣ, 5-6 ਤਰੀਕ ਨੂੰ ਸਿੱਧੇ ਟਾਕਰੇ ਹੋਣਗੇ। ਹਾਲਾਂਕਿ ਸੈਸ਼ਨ ਬਹੁਤਾ ਛੋਟਾ, ਉਹਦੇ ਵਿੱਚ ਕੋਈ ਬਹੁਤੀ ਜ਼ਿਆਦਾ ਆਸ ਉਮੀਦ ਨਹੀਂ ਹੈਗੀ ਕਿ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜਾ ਉਹ ਕੋਈ ਖਾਸ ਗੱਲਬਾਤ ਹੋ ਸਕੇ, ਪਰ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਥਿਤੀ ਬੜੀ ਅਜੀਬੋ ਗਰੀਬ ਹੋਣੀ ਹੈ। ਇੱਕ ਪਾਸੇ ਅਕਾਲੀ ਦਲ ਆ, ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਲੀਡ ਕਰਦੇ ਸੀ, ਐਤਕੀ ਸੁਖਬੀਰ ਬਾਦਲ ਸਾਹਿਬ MP ਬਣ ਗਏ ਆ, 15 MLA ਅਕਾਲੀਆਂ ਦੇ ਜਿੱਤੇ ਸੀ, ਘੁਹਾੜ ਸਾਹਿਬ ਦੀ ਸੀਟ ਇਹਨਾਂ ਨੇ ਗੁਆਲੀ, 14 ਰਹਿ ਗਏ, ਸੁਖਬੀਰ ਬਾਦਲ ਸਾਹਿਬ MP ਬਣ ਗਏ 13 ਰਹਿ ਗਏ। ਹੁਣ 13 MLAs 117 ਮੈਂਬਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਕਿੰਨੀ ਕੁ ਆਵਾਜ਼ ਬੁਲੰਦ ਕਰ ਪਾਉਣਗੇ ਆਉਣ ਵਾਲਾ ਸਮਾਂ ਦੱਸੋ। ਭਾਰਤੀ ਜਨਤਾ ਪਾਰਟੀ ਦੇ ਲੈ ਦੇ ਕੇ ਬੰਦੇ 3 ਜਿੱਤੇ ਸੀ, ਉਹਨਾਂ ਦੇ ਵਿੱਚੋਂ ਵੀ ਸੋਮ ਪ੍ਰਕਾਸ਼ ਕੈਂਥ ਇਹਨਾਂ ਨੇ MP ਬਣਾ ਕੇ ਮੰਤਰੀ ਬਣਾ ਲਿਆ, ਬੰਦੇ 2 ਰਹਿ ਗਏ। ਉਹ 2 ਬੰਦੇ ਅਕਾਲੀਆਂ ਨਾਲ ਰਲ ਜਾਣ, ਇਕੱਲੇ ਤੁਰੇ ਫਿਰਨ, ਕਿੰਨਾ ਕੁ ਖੂਨ ਖੋਣਗੇ, ਹਿਸਾਬ ਕਿਤਾਬ ਲਾ ਲਓ। ਫਿਰ ਆਪਾਂ ਭੋਰਾ ਕ ਅੱਗੇ ਚੱਲਦੇ ਹਾਂ, ਭੋਰਾ ਕ ਅੱਗੇ ਜਾ ਕੇ ਵੇਖੀਏ ਤਾਂ ਹਾਲਾਤ ਕੀ ਬਣਦੇ ਆ। ਦੇਖੋ ਹਾਲਾਤ ਇਹ ਬਣਦੇ ਆ ਕਿ ਇਸ ਵੇਲੇ ਜੋ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੈ ਉਹਦੇ ਮੁਤਾਬਿਕ ਸਾਨੂੰ ਇਹ ਗੱਲ ਚੰਗੇ ਤਰੀਕੇ ਜਿਹੜੀ ਸਮਝ ਲੈਣੀ ਚਾਹੀਦੀ ਹੈ ਕਿ ਆਮ ਆਦਮੀ ਪਾਰਟੀ ਦਾ ਸਾਰਾ ਕੁਝ ਕੀ ਕੁਝ ਵੀ ਅੱਛਾ ਨਹੀਂ। ਉੱਥੇ ਇੱਕ ਪਾਸੇ 10 ਵਿਧਾਇਕ 20 ਦੇ ਵਿੱਚੋਂ ਰਹਿ ਗਏ, 10 ਨਹੀਂ 11 ਹੋਣਗੇ, ਜਿਹੜੇ ਮਾੜਾ ਮੋਟਾ ਹਰਪਾਲ ਸਿੰਘ ਚੀਮਾ ਦੀ ਗੱਲਬਾਤ ਮੰਨਦੇ ਨਜ਼ਰ ਆਉਣਗੇ, ਸਾਨੂੰ ਇਹ ਵੀ ਨਹੀਂ ਪਤਾ ਕਿ ਅਮਨ ਅਰੋੜਾ ਤੇ ਉਹਨਾਂ ਦੇ ਇੱਕ ਸਾਥੀ ਕਿੰਨੀ ਗੱਲ ਮੰਨਣਗੇ। ਦੂਸਰਾ, ਇਹਦੇ ਤੋਂ ਇਲਾਵਾ ਜੇ ਆਪਾਂ ਜ਼ਿਕਰ ਕਰੀਏ ਤਾਂ ਉਹ ਜ਼ਿਕਰ ਜਿਹੜਾ ਉਹ ਮੋਟੇ ਰੂਪ ਦੇ ਵਿੱਚ ਬਣਦਾ ਤੇ ਉਹ ਜ਼ਿਕਰ ਬਣਦਾ ਸਾਰੇ ਦਾ ਸਾਰਾ ਇਸ ਵੇਲੇ ਉਹ ਬਣਦਾ ਜੀ ਇੱਕ ਕਰਕੇ ਕਿ ਸੁਖਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਜੈਤੋਂ ਇਕੱਲੇ ਹੋਣਗੇ ਕਿ ਇੱਕ ਅੱਧਾ MLA ਇਹਨਾਂ ਦੇ ਨਾਲ ਹੋਰ ਹੋਏਗਾ, ਕਿਉਂਕਿ ਕਮਰ ਸੰਧੂ ਤੇ 3-4 ਬੰਦੇ ਚਾਹੁੰਦੇ ਹੋਏ ਵੀ ਹੋ ਸਕਦਾ ਕਿ ਖਹਿਰਾ ਸਾਹਿਬ ਦੇ ਨਾਲ ਨਾ ਤੁਰਨ, ਕਿਸੇ ਹੋਰ ਪਾਸੇ ਨੂੰ ਤੁਰ ਜਾਣ ਤੇ ਇਕੱਲੇ ਗਰੁੱਪ ਜਿਹਾ ਬਣਾ ਲੈਣ। ਇਹਦੇ ਨਾਲ ਨਾਲ ਫੂਲਕਾ ਸਾਹਿਬ ਕਹਿੰਦੇ ਮੈਂ ਨੀ ਜੀ ਆਉਣਾ, ਉਹ ਵੀ ਇੱਕ ਵੱਖਰਾ ਕੰਮ ਹੋ ਗਿਆ। ਕਾਂਗਰਸ ਪਾਰਟੀ ਦੇ ਅੰਦਰ ਵੈਸੇ ਤਾਂ ਲੱਗਦਾ ਕਿ ਸਾਰਾ ਕੁਝ ਠੀਕ ਠਾਕ ਹੈ, ਪਰ ਅਸਲ ਦੇ ਵਿੱਚ ਕਾਂਗਰਸ ਪਾਰਟੀ ਦੇ ਅੰਦਰ ਬਹੁਤ ਕੁਝ ਐਸਾ ਘੱਟ ਵਾਪਰ ਰਿਹਾ ਜਿਹਦੇ ਨਾਲ ਕੰਮ ਥੋੜਾ ਜਿਹਾ ਕਸੂਤਾ ਬਣ ਸਕਦਾ। ਹੁਣ ਸਿੱਧੇ ਤੌਰ ਦੇ ਉੱਤੇ ਜੋ ਕੁਝ ਲੱਗਦਾ ਕਿ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਜੇ ਉੱਥੇ ਜਾ ਕੇ ਸੈਸ਼ਨ ਨੂੰ ਲੀਡ ਕਰਨਗੇ ਤਾਂ ਉਸ ਲੀਡ ਦੇ ਕਰਕੇ ਬਹੁਤਾ ਕੁਝ ਜਿਹੜਾ ਉਹ ਸੱਜੇ ਖੱਬੇ ਹੋਜੂ, ਕਿਉਂਕਿ ਲੀਡ ਕਰਦੇ ਕਰਦੇ ਜੇ ਕਿਤੇ ਉਧਰਲੇ ਪਾਸਿਓਂ ਨਵਜੋਤ ਸਿੰਘ ਸਿੱਧੂ ਆ ਗਿਆ, ਵੈਸੇ ਤਾਂ ਬੜੀ ਘੱਟ ਆਸ ਹੈ ਕਿ ਸਿੱਧੂ ਸਾਹਿਬ ਜਿਹੜੇ ਕਿ ਹੁਣ ਸਾਬਕਾ ਕੈਬਨਿਟ ਮੰਤਰੀ ਹੋ ਗਏ, ਕੇਵਲ ਤੇ ਕੇਵਲ ਸਧਾਰਨ ਵਿਧਾਇਕ ਰਹਿ ਗਏ, ਪਰ ਜੇ ਸਿੱਧੂ ਸਾਹਿਬ ਆਉਂਦੇ ਆ
ਤਾਂ ਕੀ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੂ? ਜੇ ਬੋਲਣ ਦਾ ਮੌਕਾ ਮਿਲੂ ਤਾਂ ਉਹ ਕਿੱਦਾਂ ਦਾ ਬੋਲਦੇ ਆ, ਸਰਕਾਰ ਦੇ ਪੱਖ ਚ ਬੋਲਦੇ ਆ ਜਾਂ ਸਰਕਾਰ ਦੇ ਬਖੀਏ ਉਧੇੜਦੇ ਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਹੋਣਾ। ਬਾਕੀ ਕਿਹੜਾ ਕਿਹੜਾ ਕਾਂਗਰਸੀ MLA ਇਸ ਮੁੱਦੇ ਦੇ ਉੱਤੇ ਕਪਤਾਨ ਸਾਹਿਬ ਦੇ ਬਿਲਕੁਲ ਬਰੋਬਰ ਆ ਕੇ ਖੜਦਾ, ਤੇ ਕਿਹੜਾ ਕਿਹੜਾ MLA ਚੁੱਪ ਰਹਿ ਕੇ ਚੁੱਪ ਚਪੀਤੇ ਸਿੱਧੂ ਸਾਹਿਬ ਦੇ ਹੱਕ ਦੇ ਵਿੱਚ ਗਵਾਹੀ ਭਰ ਜਾਂਦਾ ਕਿ ਚਿੱਠੀਆਂ ਗਵਾਹੀ ਦਿੰਦੀਆਂ, ਕਿਉਂਕਿ ਕਈਆਂ ਦੀਆਂ ਅੰਦਰ ਖਾਤੇ ਗੱਲਾਂ ਚੱਲਦੀਆਂ ਹੋਣੀਆਂ। ਇਹਦੇ ਤੋਂ ਇਲਾਵਾ ਹੁਣ ਪਿਛਲੇ ਸਮੇਂ ਦੇ ਵਿੱਚ ਕਈ ਕਾਂਗਰਸੀ ਵਿਧਾਇਕ ਜਿਹੜੇ ਆ, ਰਾਕੇਸ਼ ਪਾਂਡੇ ਹੋਰੀ ਲੁਧਿਆਣੇ ਵਾਲੇ ਆ, ਉਹਨਾਂ ਨੇ ਵੀ ਤਾਂ ਪਿਛਲੇ ਸਮੇਂ ਦੇ ਵਿੱਚ ਧਰਨਾ ਧੁਰਨਾ ਕਿਤੇ ਨਾ ਕਿਤੇ ਕਹਿੰਦੇ ਲਾਇਆ ਹੀ ਸੀ। ਉਹ ਬੰਦੇ ਜਿਹੜੇ ਆ ਉਹ ਹੁਣ ਕਿੱਦਾਂ ਦਾ ਰਿਸਪੋਂਸ ਦੇਣਗੇ, ਕਿੱਦਾਂ ਦਾ ਨਹੀਂ, ਇਹ ਵੀ ਪਤਾ ਲੱਗ ਜੂ। ਨਾਲ ਦੀ ਨਾਲ ਕਈ ਬੰਦੇ ਏਦਾਂ ਦੇ ਆ ਜਿਹੜੇ ਇਸ ਗੱਲੋਂ ਬਹੁਤ ਔਖੇ ਭਾਰੇ ਸੀ ਕਿ ਸਾਨੂੰ ਤਾਂ ਮੰਤਰੀ ਬਣਾਇਆ ਨੀ, ਫਲਾਨੇ ਨੂੰ ਮੰਤਰੀ ਬਣਾ ਲਿਆ, ਮੈਂ ਆਪਦੇ ਹਲਕੇ ਚੋਂ ਕਾਂਗਰਸੀ ਉਮੀਦਵਾਰ ਫੇਰ ਵੀ ਜਿਤਾਇਆ, ਮੰਤਰੀ ਦੇ ਹਲਕੇ ਚੋਂ ਕਾਂਗਰਸੀ ਉਮੀਦਵਾਰ ਕਿਦਾਰ ਕੇ ਲਾਗ ਮੈਨੂੰ ਬਣਾਓ, ਉਹ ਸਾਰੇ ਬੰਦੇ ਕਿੱਦਾਂ ਦਾ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਗੇ, ਇਹ ਵੀ ਇੱਕ ਚਰਚਾ। ਨਾਲ ਦੀ ਨਾਲ ਉਧਰਲੇ ਪਾਸੇ ਆਪਾਂ ਵੇਖੀਏ ਤਾਂ ਸੁਖਪਾਲ ਸਿੰਘ ਖਹਿਰਾ ਸੈਸ਼ਨ ਚ ਆਉਣਗੇ। ਸੁਖਪਾਲ ਸਿੰਘ ਖਹਿਰਾ ਦੇ ਲਈ ਪੰਜਾਬ ਵਿਧਾਨ ਸਭਾ ਦਾ ਇਹ ਛੋਟਾ ਸੈਸ਼ਨ ਹੈ ਪਰ ਕਰੋ ਜਾਂ ਮਰੋ ਵਾਲਾ। ਬਠਿੰਡਾ ਲੋਕ ਸਭਾ ਹਲਕੇ ਦੀ ਚੋਣ ਦੇ ਵਿੱਚ ਬਹੁਤ ਬੁਰੇ ਤਰੀਕੇ ਵੋਟਾਂ ਘੱਟ ਹਾਸਲ ਕਰਕੇ ਸੁਖਪਾਲ ਸਿੰਘ ਖਹਿਰਾ ਹੋਰੀ ਇਸ ਸੈਸ਼ਨ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਣਗੇ। ਉਹਨਾਂ ਨੇ ਪਿਛਲੇ ਦਿਨੀ ਜਿਸ ਤਰੀਕੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਗੁਰਮੀਤ ਰਾਮ ਰਹੀਮ ਦੇ ਮੁੱਦੇ ਨੂੰ ਲੈ ਕੇ ਨਿਸ਼ਾਨੇ ਲਾਏ ਨੇ, ਉਹਨਾਂ ਨਿਸ਼ਾਨਿਆਂ ਦੇ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦੇ ਸਾਹਮਣੇ ਇੱਕ ਵਾਰ ਫਿਰ ਅਕਾਲੀ ਦਲ ਦੀ ਥਾਂ ਆਪਣੇ ਆਪ ਨੂੰ ਅਸਲ ਵਿਰੋਧੀ ਧਿਰ ਦਾ ਨੇਤਾ ਲੋਕਾਂ ਦੇ ਵਿੱਚ ਸਾਬਿਤ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਇਹਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕਪਤਾਨ ਸਾਹਿਬ ਦੀ ਸਰਕਾਰ ਦੇ ਉੱਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਿਸ਼ਾਨੇ ਲਾਏ, ਮੋਹਰਿਓ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਿਸ ਤਰੀਕੇ ਦਾ ਜਵਾਬ ਦਿੱਤਾ, ਉਹ ਸਾਰਾ ਕੁਝ ਵੀ ਲੱਗਦਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਠੋਕ ਵਜਾ ਕੇ ਸਾਹਮਣੇ ਆਊਗਾ, ਤੇ ਜੇ ਇਹ ਸਾਰਾ ਕੁਝ ਇਸੇ ਤਰੀਕੇ ਚੱਲਿਆ ਤਾਂ ਫਿਰ ਬਹੁਤ ਵੱਡੀ ਪੱਧਰ ਤੇ ਰੌਲਾ ਪਊ। CBI ਦੀ ਕਲੋਜ਼ਰ ਰਿਪੋਰਟ ਦੇ ਮੁੱਦੇ ਤੇ ਕਾਂਗਰਸ ਪਾਰਟੀ ਦੇ ਕਈ ਲੀਡਰ ਜਿਨ੍ਹਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਹੈ ਤੇ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵੀ, ਉਹਨਾਂ ਨੇ ਅਕਾਲੀ ਦਲ ਦੇ ਪਰਚੇ ਲਾਉਣੇ ਆ ਕਿ ਕੇਂਦਰ ਦੀ ਸਰਕਾਰ ਚ ਤੁਸੀਂ ਭਾਈਵਾਲ ਹੋ ਤੇ CBI ਜਿਹੜੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਕੰਮ ਕਰਦੀ ਹੈ। ਉਧਰ ਅਕਾਲੀਆਂ ਨੇ ਕਹਿਣ ਦੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਤਾਂ ਟੱਪਦੇ ਫਿਰਦੇ ਸੀ, ਕਈ ਕੁਝ ਕਹਿੰਦੇ ਸੀ ਜੀ ਫਲਾਨੀ ਪਾਰਟੀ ਦੋਸ਼ੀ ਆ, ਫਲਾਨੀ ਪਾਰਟੀ ਦੋਸ਼ੀ ਆ, ਅੱਜ ਗੱਲ ਕਰੋ। ਨਾਲ ਦੀ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਤੇ ਜਿਸ ਤਰੀਕੇ ਅਕਾਲੀ ਦਲ ਅੱਜ ਕੱਲ ਕਾਂਗਰਸ ਪਾਰਟੀ ਨੂੰ ਘੇਰਨ ਨੂੰ ਫਿਰਦਾ, ਉਸ ਮੁੱਦੇ ਦੇ ਉੱਤੇ ਵੀ ਹੋ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਜਿਹੜੇ ਆ ਉਹ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਨਹੀਂ ਹੋਣੇ, ਹੋਰ ਜਿਹੜਾ ਮਰਜ਼ੀ ਬੰਦਾ ਉਹ ਅੱਗੇ ਕਰਨ, ਪਰ ਬਿਕਰਮ ਸਿੰਘ ਮਜੀਠੀਆ ਲੀਡਿੰਗ ਕਪੈਸਿਟੀ ਦੇ ਵਿੱਚ ਹੋਣਗੇ, ਅਧਿਕਾਰਿਕ ਜਾਂ ਅਣਅਧਿਕਾਰਿਕ ਆਪਾਂ ਸਾਰੇ ਜਾਣਦੇ ਹਾਂ। ਉਸ ਮੁੱਦੇ ਤੇ ਹੋ ਸਕਦਾ ਕਿ ਮਜੀਠੀਆ ਸਾਹਿਬ ਜਿਹੜੇ ਆ ਉਹ ਅੱਗੇ ਹੋ ਕੇ ਤੁਰਨ ਦੀ ਕੋਸ਼ਿਸ਼ ਕਰਨ, ਬਾਕੀ ਪਵਨ ਕੁਮਾਰ ਟੀਨੂ ਤੇ ਬਾਕੀ ਜਿਹੜੇ ਅਕਾਲੀਆਂ ਦੇ MLA ਆ ਉਹ ਫਿਰ ਇਸ ਮੁੱਦੇ ਤੇ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ। ਕਾਂਗਰਸੀ ਮੂਹਰੇ ਉਹ ਕੀ ਕਰਦੇ ਆ ਉਹ ਹੁਣ ਆਉਣ ਵਾਲਾ ਸਮਾਂ ਦੱਸੂ। ਕਈ ਛੋਟੇ ਛੋਟੇ ਮੁੱਦੇ ਹੋਰ ਨੇ, ਘੱਗਰ ਦੇ ਮੁੱਦੇ ਤੇ ਕੇਂਦਰ ਦੀ ਗਲਤੀ ਹੈ ਕਿ ਪੰਜਾਬ ਦੀ ਗਲਤੀ ਸਰਕਾਰ ਦੀ, ਉਸ ਮੁੱਦੇ ਦੇ ਉੱਤੇ ਵੀ ਚੁੰਝ ਚਰਚਾ ਫਸ ਕੇ ਹੋ ਸਕਦੀ ਹੈ। ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਦਾ ਜੋ ਹਾਲਾਤ ਹੋਇਆ, ਜਗਸੀਰ ਦਾ ਮੁੱਦਾ ਉੱਠਣਾ, ਉਹ ਜਗਸੀਰ ਦੇ ਮੁੱਦੇ ਤੇ ਸਰਕਾਰ ਕਿੰਨੀ ਕੁ ਘਿਰਦੀ ਹੈ, ਸਰਕਾਰ ਦਾ ਕਿਹੜਾ ਬੰਦਾ ਅੱਗੇ ਹੋ ਕੇ ਜਵਾਬ ਦਿੰਦਾ, ਇਹ ਤਾਂ ਹੁਣ 2 ਦਿਨ ਦਾ ਸੈਸ਼ਨ ਦੱਸੂ, ਦੇਖਦੇ ਹਾਂ ਕਿ ਮਾਹੌਲ ਕਿੱਧਰਲੇ ਪਾਸੇ ਨੂੰ ਤੁਰਦਾ ਹੈ। ਜੀ ਵਟਸਐਪ ਆਪਾਂ ਬ੍ਰੇਕ ਵਾਲੇ ਪਾਸੇ ਤੁਰੀਏ, ਫਿਰ ਮਿਲਦੇ ਹਾਂ। ਜੀ ਹਾਜ਼ਰ ਹਾਂ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੇ ਗੱਲਬਾਤ ਚੱਲ ਰਹੀ ਹੈ ਪਰਮਜੀਤ ਸਿੰਘ ਬਾੜ ਸਾਹਿਬ ਨਾਲ। ਤੇ ਬਾੜ ਸਾਹਿਬ, ਬਾਦਲਾਂ ਦੇ ਹਲਕੇ ਦੇ ਵਿੱਚ ਭਾਜਪਾ ਨੂੰ ਬ੍ਰੇਕਾਂ ਲੱਗ ਗਈਆਂ ਜੀ, ਮਿੱਡੂ ਖੇੜਾ ਹੋਰੇ ਕੀ ਕਹਿੰਦੇ? ਸੁਖਨੈਬ ਜੀ, ਅਗਲੇ ਕਹਿੰਦੇ ਆ ਕਿ ਭਾਈ ਆ ਇਲਾਕਾ ਸਾਡਾ ਵੀ, ਇਧਰਲੇ ਪਾਸੇ ਤਾਂ ਸਾਡੀ ਚੱਲਦੀ ਹੈ, ਇਧਰਲੇ ਪਾਸੇ ਤੁਸੀਂ ਕੀ ਕਰਦੇ ਆ? ਦੇਖੋ, ਭਾਰਤੀ ਜਨਤਾ ਪਾਰਟੀ ਨੇ ਕੰਮ ਸ਼ੁਰੂ ਕੀਤਾ ਸੀ ਮਾਝੇ ਚੋਂ, ਜਦੋਂ ਸੁਜਾਨਪੁਰ ਦੇ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੇ ਬੁੱਤ ਦੇ ਹੇਠਾਂ ਖੜ ਕੇ ਆਖਿਆ ਸੀ ਸ਼ਵੇਤ ਮਲਿਕ ਨੇ ਇੱਕ ਬਹੁਤ ਵੱਡੇ ਇਕੱਠ ਨੂੰ ਕਿ ਦੋਸਤੋ ਤੁਹਾਡਾ ਇਕੱਠ ਦੱਸਦਾ ਕਿ ਭਾਜਪਾ ਹੁਣ ਪੰਜਾਬ ਚ ਵੱਡੀ ਹੋ ਗਈ ਹੈ ਜੀ, ਆਪਾਂ ਆਉਣ ਵਾਲੇ 20-25 ਦਿਨ ਜਦੋਂ ਮੈਂਬਰਸ਼ਿਪ ਡਰਾਈਵ ਚੱਲਣੀ ਹੈ ਤਾਂ ਸਾਰਿਆਂ ਨੇ ਇੰਨਾ ਸ਼ਾਨਦਾਰ ਕੰਮ ਕਰਨਾ, ਇੰਨੇ ਕੁ ਮੈਂਬਰ ਭਰਤੀ ਕਰਨੇ ਆ
ਕਿ 2 ਸਾਲ ਦੇ ਵਿੱਚ ਵਿੱਚ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਲੱਗ ਜਾਏ, ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾ ਲੱਗ ਜਾਏ ਕਿ ਭਾਰਤੀ ਜਨਤਾ ਪਾਰਟੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਹੈ। ਦਾਵਾ ਤਾਂ ਉਹਨਾਂ ਨੇ ਵੀ ਕਰਤਾ ਸੀ ਕਿ ਅਸੀਂ ਪੰਜਾਬ ਦੇ ਪੋਲ ਹੁੰਦੇ ਵੋਟਾਂ ਦੇ ਵਿੱਚੋਂ 50% ਘੱਟੋ ਘੱਟ ਵੋਟਾਂ ਲੈਣੀਆਂ। ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੱਸ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਪਲਾਨ ਕੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਯੋਜਨਾ ਕੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹ ਕੰਮ ਕਰ ਕਿਸ ਤਰੀਕੇ ਚਲਾਉਣਾ ਚਾਹੁੰਦੇ ਹੈ। ਚਲਾਉਣ ਕੋਈ ਬੰਦਾ ਏਦਾਂ ਨੀ ਕਹਿੰਦਾ ਕਿ ਭਾਈ ਨਾ ਚਲਾਓ, ਸਾਨੂੰ ਥੋੜੀ ਕੋਈ ਤੰਗੀ ਆ, ਤੰਗੀ ਤਾਂ ਉਹਨਾਂ ਨੂੰ ਹੋਊ ਜਿਹੜੇ ਹੁਣ ਇਹਨਾਂ ਦੇ ਵੱਡੇ ਭਰਾ ਆ ਤੇ ਮੁੜ ਕੇ ਉਂਗਲੀ ਫੜ ਕੇ ਤੁਰਨਾ ਕਿੰਨਾ ਔਖਾ ਹੋ ਜੂ। ਚਲੋ ਮਾਝੇ ਤੋਂ ਕੰਮ ਸੁਖਨੈਬ ਜੀ ਸ਼ੁਰੂ ਕੀਤਾ ਭਾਰਤੀ ਜਨਤਾ ਪਾਰਟੀ ਨੇ ਮੈਂਬਰਸ਼ਿਪ ਡਰਾਈਵ ਦਾ ਤੇ ਦਾਅਵਿਆਂ ਦਾ, ਉਹ ਮੈਂਬਰਸ਼ਿਪ ਡਰਾਈਵ ਤੇ ਦਾਅਵਿਆਂ ਦਾ ਸਿਲਸਿਲਾ ਦੇਖੋ ਚੱਲਿਆ ਕਿੱਥੇ ਕੁ ਤੱਕ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਉਹ ਦੁਆਬੇ ਚ ਆਇਆ ਚੱਲੀ ਗਿਆ, ਮਾਲਵੇ ਦੇ ਕਈ ਜ਼ਿਲ੍ਹਿਆਂ ਚ ਗਿਆ ਚੱਲੀ ਗਿਆ, ਪਰ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਵਿੱਚ ਪਹੁੰਚਿਆ ਉਦੋਂ ਫਿਰ ਕਹਾਣੀ ਕਿਸੇ ਹੋਰ ਪਾਸੇ ਤੁਰ ਪਈ, ਕਿਉਂਕਿ ਲੰਬੀ ਵਿਧਾਨ ਸਭਾ ਹਲਕਾ ਜਿਹੜਾ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਿਤਾ ਜੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਹਲਕਾ ਹੈ, ਉਹ 5 ਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਨੇ, ਉੱਥੋਂ ਬੀਜੇਪੀ ਦਾ ਜਿਹੜਾ ਇੰਚਾਰਜ ਹੈ ਕੁਲਵੰਤ ਸਿੰਘ ਆ, ਤੇ ਅਕਾਲੀ ਦਲ ਦਾ ਇੰਚਾਰਜ ਜਿਹੜਾ ਆਪਾਂ ਮੰਨੀਏ ਕਿ ਤੇਜਿੰਦਰ ਸਿੰਘ ਮਿੱਡੂਖੇੜਾ, ਚਰਚਾ ਬਹੁਤ ਰਹੀ ਹੈ ਮਿੱਡੂਖੇੜਾ ਸਾਹਿਬ ਦੀ। ਹੁਣ ਕੁਲਵੰਤ ਸਿੰਘ ਹੋਰਾਂ ਦੀ ਤੇ ਮਿੱਡੂਖੇੜਾ ਸਾਹਿਬ ਦੀ ਪਤਾ ਲੱਗਾ ਕਿ ਇੱਕ ਆਡੀਓ ਵੀ ਵਾਇਰਲ ਹੋਈ, ਉਹਦੇ ਵਿੱਚ ਮਾੜਾ ਕੁਛ ਨੀ ਹੈ, ਏਦਾਂ ਦੀ ਗੱਲ ਕੋਈ ਨੀ ਕਿ ਭਾਈ ਉਹ ਆਡੀਓ ਆ ਗਈ ਤਾਂ ਪਤਾ ਨੀ ਕੀ ਪਟਾਕਾ ਪੈ ਗਿਆ, ਪਰ ਅਸਲ ਦੇ ਵਿੱਚ ਅੰਦਰੂਨੀ ਖਿੱਚੋ ਤਾਣ ਜਿਹੜੀ ਹੈ ਕਿ ਕਈ ਵਾਰੀ ਹੁੰਦੀਆਂ ਨਾ ਕਿ ਬੀਬੀਆਂ ਨਾਨਕੀ ਸ਼ੱਕ ਵੇਖਦੀਆਂ ਹੁੰਦੀਆਂ, ਉਹ ਨਾਨਕੀ ਸ਼ੱਕ ਵੇਖਦੀਆਂ, ਇੱਕ ਬੀਬੀ ਨੇ ਵਿਚਾਲੇ ਬਹਿ ਜਾਣਾ, ਆ ਸਿਮਰੋ ਦਾ ਸੂਟ, ਆ ਤਾਈ ਬੰਤੀ ਦਾ ਸੂਟ, ਆ ਤਾਏ ਦਾ ਝੱਗਾ ਸੂਟ ਦਾ ਟੋਟਾ ਜਿਹਾ, ਇੱਕ ਝੱਗੇ ਦਾ ਨੀ ਨਾਲ ਲਾਦੀ ਦਾ ਕਮੀਜ਼ ਦਾ, ਸਾਰਾ ਕੁਝ ਦੱਸੀ ਜਾਣਾ। ਹਾਂ, ਤੇ ਨਾਲ ਇੱਕ ਅੱਧੀ ਬੀਬੀ ਨੇ ਇੱਦਾਂ ਹੱਥ ਰੱਖਿਆ ਹੋਣਾ ਠੋਡੀ ਦੇ ਥੱਲੇ ਤੇ ਨਾਲ ਆਹ ਸੂਟ, ਉਹਨੇ ਕੁਝ ਨੀ ਕਹਿਣਾ ਕਿ ਮਾੜਾ ਕਿ ਚੰਗਾ, ਪਰ ਉਹਦੇ ਆਹ ਸੂਟ ਕਹਿੰਦੇ ਪਤਾ ਲੱਗ ਜਾਣਾ ਕਿ ਭਾਈ ਉਹਦੇ ਨੱਕ ਹੇਠਾਂ ਘਾਟੀ ਆਇਆ। ਹੁਣ ਮਸਲਾ ਇੱਦਾਂ ਦਾ ਹੀ ਹੈ, ਨਾਨਕੀ ਸ਼ੱਕ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਾਂਝਾ, ਖੱਟ ਖਿਲਰ ਗਈ ਹੈ ਭਾਈ, ਤੇ ਖਿਲਰੀ ਹੋਈ ਖੱਟ ਦੇ ਵਿੱਚੋਂ ਹੁਣ ਕਿਹੜਾ ਬੰਦਾ ਤੁਣਕਾ ਮਾਰਦਾ ਤੇ ਕਿਹੜਾ ਬੰਦਾ ਕਹਿੰਦਾ ਕਿ ਬਹੁਤ ਚੰਗਾ ਬਹੁਤ ਚੰਗਾ ਜੋ ਕੁਝ ਆਏ ਸਾਡੇ ਸਿਰ ਮੱਥੇ। ਹੁਣ ਸਿਰ ਮੱਥੇ ਕਹਿਣ ਵਾਲਾ ਕੋਈ ਨੀ, ਚੂੰਟੀਆਂ ਵੱਢਣ ਵਾਲੇ ਦੋਨੇ ਹੀ ਨੇ। ਚਲੋ ਕੁਲਵੰਤ ਸਿੰਘ ਜਿਹੜਾ ਬੀਜੇਪੀ ਦਾ ਇੰਚਾਰਜ ਹੈ, ਉਹਨੇ ਇੱਕ ਪਿੰਡ ਦੇ ਵਿੱਚ ਜਾ ਕੇ, ਪਿੰਡ ਦਾ ਨਾਮ ਹੈ ਖੇਮਾ ਖੇੜਾ, ਅਨਾਊਂਸਮੈਂਟ ਕਰਵਾਈ ਕਿ ਖੇਮੇ ਖੇੜੇ ਦੇ ਲੋਕੋ 2 ਕੁ ਦਿਨ ਬਾਅਦ ਤੁਹਾਡੇ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਦਾ ਕੈਂਪ ਲੱਗੂਗਾ, ਇਹ ਮੈਂਬਰਸ਼ਿਪ ਡਰਾਈਵ ਦਾ ਕੈਂਪ ਬੜਾ ਇੰਪੋਰਟੈਂਟ ਹੈ, ਤੁਸੀਂ ਭਾਰਤੀ ਜਨਤਾ ਪਾਰਟੀ ਦੇ ਆ ਕੇ ਵੱਧ ਤੋਂ ਵੱਧ ਮੈਂਬਰ ਬਣੋ, ਮਿਸ ਕਾਲ ਇੱਕ ਮੋਬਾਈਲ ਤੋਂ ਮਾਰਨੀ ਹੈ, ਬਾਕੀ ਸਾਰਾ ਕੰਮ ਸਾਡਾ, ਤੁਸੀਂ ਬਸ ਫਿਰ ਠੀਕ ਠਾਕ ਰਹਿਣਾ। ਨਾਲ ਉਹਨਾਂ ਨੇ ਇਹ ਵੀ ਕਹਿਤਾ ਹੋਊਗਾ ਕਿਤੇ ਕਿਆ, ਦੇਖੋ ਪੰਜਾਬ ਦੇ ਉੱਪਰ ਵਾਲੇ ਪਾਸੇ ਨੂੰ ਦੇਖੋ, ਜੰਮੂ ਕਸ਼ਮੀਰ 'ਚ ਅਸੀਂ ਸਰਕਾਰ ਬਣਾ ਕੇ ਹਟੇ ਹਾਂ, ਰਾਸ਼ਟਰਪਤੀ ਸ਼ਾਸਨ ਲਗਾ, ਅਗਲੀ ਸਰਕਾਰ ਸਾਡੀ ਹੈ। ਆ ਮਰ ਜਾ ਉਹਦੇ ਸੱਜੇ ਪਾਸੇ ਦੇਖੋ, ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਆਪਣੀ ਪਾਰਟੀ ਦੀ ਹੈ, ਉਹਦੇ ਤੋਂ ਪੂਰਾ ਹੇਠਾਂ ਆ ਜਾਓ, ਹਰਿਆਣਾ ਦੇ ਵਿੱਚ ਸਰਕਾਰ ਆਪਣੀ ਪਾਰਟੀ ਦੀ ਹੈ, ਉਹਦੇ ਥੋੜ੍ਹਾ ਜਿਹਾ ਹੋਰ ਹੇਠਾਂ ਆ ਜਾਓ, ਰਾਜਸਥਾਨ 'ਚ ਸਰਕਾਰ ਭਾਵੇਂ ਆਪਦੀ ਨਹੀਂ ਸੀ ਬਣੇ, ਪਰ 25 ਵਿਧਾਨ ਲੋਕ ਸਭਾ ਦੀਆਂ ਸੀਟਾਂ ਆਪਾਂ ਜਿੱਤੀਆਂ, ਉੱਤਰਾਖੰਡ 'ਚ ਆਪਾਂ, ਉਧਰਲੇ ਪਾਸੇ ਯੂਪੀ 'ਚ ਆਪਾਂ, ਉਧਰਲੇ ਪਾਸੇ ਆਪਾਂ ਹੁਣ ਜਿਹੜਾ ਬੰਗਾਲ ਵੀ ਜਿੱਤ ਲੈਣਾ ਹੈ, ਬਿਹਾਰ ਦੇ ਵਿੱਚ ਵੀ ਆਪਾਂ, ਮਹਾਰਾਸ਼ਟਰ 'ਚ ਵੀ ਆਪਾਂ, ਕਹਿਣ ਦਾ ਭਾਵ ਹੈ ਕਿ ਸਾਰਾ ਕੁਝ ਦੱਸਿਆ ਹੋਊਗਾ ਨਾ, ਕਿ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਨਹੀਂ ਭਾਈ ਕੋਈ ਗੱਲ ਨਹੀਂ, ਜੇ ਪੰਜਾਬ 'ਚ ਜੇ ਮਾੜੇ ਮੋਟੇ ਹੌਲੇ ਆ ਨਾ ਤਾਂ ਬਾਕੀ ਪਾਸੇ ਆਪਣੇ ਕੋਲ ਜਿਹੜਾ ਬਹੁਤ ਕੁਝ ਹੈਗਾ। ਚਲੋ ਹੁਣ ਹੈਰਾਨੀ ਵਾਲੀ ਗੱਲ ਜਿਹੜੀ ਹੈ ਉਹ ਇਹ ਬਣਦੀ ਹੈ ਕਿ ਉਹ ਕਹਿੰਦੇ ਕਿ ਮੈਂ ਅਜੇ ਅਨਾਊਂਸਮੈਂਟ ਕਰਾਈ ਸੀ, 10 ਮਿੰਟਾਂ ਦੇ ਬਾਅਦ ਪਿੰਡ ਦਾ ਸਰਪੰਚ ਆ ਗਿਆ ਕਿ ਭਾਈ ਸਾਡੇ ਇਸ ਪਿੰਡ ਦੇ ਵਿੱਚ ਨਹੀਂ ਕੈਂਪ ਕੁੰਪ ਲੱਗਣਾ, ਗੱਲ ਹੈ ਸਾਡੀ ਸੁਣ ਲਓ। ਫਿਰ ਕਹਿੰਦੇ ਮੈਂ ਤੇਜਿੰਦਰ ਸਿੰਘ ਮਿੱਡੂਖੇੜਾ ਸਾਹਿਬ ਨੂੰ ਟੈਲੀਫੋਨ ਕੀਤਾ ਕਿ ਭਾਈ ਚਲੋ ਗੱਠਜੋੜ ਵਾਲੀ ਗੱਲ ਹੈ, ਕਿਹੜੀ ਗੱਲ ਹੈ ਕਰ ਲੈਂਦੇ। ਉਹ ਕਹਿੰਦੇ ਮਿੱਡੂਖੇੜਾ ਸਾਹਿਬ ਕਹਿੰਦੇ ਕਿ ਗੱਲ ਦੇਖੋ ਸਿੱਧੀ ਪੱਧਰੀ ਹੈ ਜੀ, ਇਹ ਹੈਗਾ ਬਾਦਲ ਸਾਹਿਬ ਦਾ ਹਲਕਾ, ਵੱਡੇ ਬਾਦਲ ਸਾਹਿਬ ਦਾ, ਤੁਸੀਂ ਆਪ ਹੀ ਹਿਸਾਬ ਲਾਓ ਕਿ ਜੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਸਾਹਿਬ ਦੇ ਹਲਕੇ ਦੇ ਵਿੱਚ ਜਾ ਕੇ ਅਕਾਲੀ ਦਲ ਦੀ ਮੈਂਬਰਸ਼ਿਪ ਕਰੀਏ, ਰੌਲਾ ਪਊ ਕਿ ਨਹੀਂ ਪਊ? ਜੇ ਕਹਿੰਦੇ ਉੱਥੇ ਰੌਲਾ ਪਊ ਤਾਂ ਫਿਰ ਲੰਬੀ 'ਚ ਰੌਲਾ ਕਿਉਂ ਨਹੀਂ ਪਊ? ਇਸ ਕਰਕੇ ਕੈਂਪ ਨਹੀਂ ਲੱਗਣ ਦਿੱਤਾ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਨੂੰ, ਉਹਨਾਂ ਨੇ ਲਵਾਤੀਆਂ ਲੰਬੀ ਦੇ ਵਿੱਚ ਬ੍ਰੇਕਾਂ। ਚਲੋ ਲੰਬੀ 'ਚ ਬ੍ਰੇਕਾਂ ਲੱਗ ਗਈਆਂ, ਦੂਸਰੇ ਪਾਸੇ ਕਹਾਣੀ ਦੇਖੋ ਕੀ ਚੱਲਦੀ ਹੈ। ਦੂਸਰੇ ਪਾਸੇ ਕਹਾਣੀ ਇਹ ਚੱਲਦੀ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਵਾਲੇ ਅੱਜ ਜੇ ਸੁਣ ਕੇ ਆ ਗਏ ਕਿ ਭਾਈ ਲੰਬੀ ਦੇ ਵਿੱਚ ਨਹੀਂ ਆਪਾਂ ਮੈਂਬਰ ਬਣਾਉਣੇ, ਅਕਾਲੀ ਦਲ ਨੂੰ ਇਤਰਾਜ਼ ਹੈ, ਭੜਕ ਨੂੰ ਅਗਲੇ ਕਹਿਣਗੇ ਕਿ ਭਾਈ ਸ਼ਵੇਤ ਮਲਿਕ ਸਾਹਿਬ ਦਾ ਅੰਮ੍ਰਿਤਸਰ ਹੈ, ਉਹਨਾਂ ਦਾ ਘਰ ਫਲਾਨੇ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦਾ,
ਨਾ ਤਾਂ ਅਕਾਲੀ ਉੱਥੋਂ ਕੋਈ ਕੌਂਸਲਰ ਬਣਾ ਸਕਦੇ ਆ, ਨਾ ਅਕਾਲੀ ਉੱਥੋਂ ਕੋਈ ਮੈਂਬਰ ਬਣਾ ਸਕਦੇ ਆ, ਹਲਕਾ ਖਾਲੀ ਕਰ ਦਿਓ। ਭਲਕ ਨੂੰ ਤਾਂ ਉਹ ਕਹਿਣਗੇ ਕਿ ਸਾਡੇ 23 ਦੇ 23 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਤੁਹਾਡਾ ਕੋਈ ਮੈਂਬਰ ਨਹੀਂ ਬਣਨਾ ਚਾਹੀਦਾ। ਇਹ ਕਹਾਣੀ ਭਾਵੇਂ ਅਜੇ ਤੱਕ ਅਕਾਲੀ ਦਲ ਤੇ ਭਾਜਪਾ ਦੋਵਾਂ ਪਾਰਟੀਆਂ ਦੇ ਕਿਸੇ ਵੀ ਵੱਡੇ ਲੀਡਰ ਨੇ ਇਹਦੇ ਉੱਤੇ ਕੋਈ ਖਾਸ ਟਿੱਪਣੀ, ਕੋਈ ਖਾਸ ਪ੍ਰਤੀਕਰਮ ਜਿਹੜਾ ਉਹ ਨਹੀਂ ਦਿੱਤਾ। ਪਰ ਨਾਲ ਦੀ ਨਾਲ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੰਦਰ ਖਾਤੇ ਰੌਲਾ ਰੱਪਾ ਜਿਹੜਾ ਉਹ ਪਊਗਾ ਜ਼ਰੂਰ। ਹੁਣ ਵੇਖਦੇ ਹਾਂ ਕਿ ਲੰਬੀ ਦੇ ਵਿੱਚੋਂ ਰੋਕਿਆ ਹੋਇਆ ਭਾਰਤੀ ਜਨਤਾ ਪਾਰਟੀ ਦਾ ਮੈਂਬਰਸ਼ਿਪ ਦਾ ਰੱਥ ਬਾਕੀ ਪੰਜਾਬ ਦੇ ਵਿੱਚ ਆਪਣੀ ਗਤੀ ਕਿੰਨੀ ਕੁ ਤੇਜ਼ ਕਰਦਾ ਹੈ ਜੀ। ਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਭਾਜਪਾ ਨੇਤਾ ਕੀ ਆਖੀ ਜਾਂਦੇ ਆ ਜੀ? ਸੁਖਨੈਬ ਜੀ ਉਹ ਕਹਿੰਦੇ ਕਿ ਕੰਮ ਹੀ ਬੜਾ ਸਿੱਧਾ ਪੱਧਰਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚੋਂ ਇੱਕ ਬੰਦੇ ਨੇ ਤਾਂ ਐ ਕਹਿ ਦਿੱਤਾ ਜਿਵੇਂ 24 ਘੰਟੇ ਨਵਜੋਤ ਸਿੰਘ ਸਿੱਧੂ ਦੇ ਗੋਡੇ ਮੁੱਢ ਬਹਿ ਕੇ ਕੋਈ ਬੰਦਾ ਖਬਰ ਇਹਨਾਂ ਤੱਕ ਪਹੁੰਚਾਉਂਦਾ ਹੋਵੇ। ਹੁਣ ਇਹ ਗੱਲ ਤਾਂ ਬਿਲਕੁਲ ਜਿਹੜੀ ਹੈ ਪੱਥਰ ਤੇ ਲਕੀਰ ਰੱਖੀ ਹੈ ਨਾ ਕਿ ਸਿੱਧੂ ਸਾਹਿਬ ਬੋਲੇ ਹੀ ਨਹੀਂ, ਮੁੜ ਕੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਜੀ। ਮੀਡੀਆ ਵਾਲਿਆਂ ਤੋਂ ਕੱਖ ਵੀ ਨਹੀਂ ਦੱਸਿਆ ਕਿ ਉਹਨਾਂ ਨੇ ਕੀ ਕਰਨਾ। ਸਮਰਥਕ ਵੀ ਜਾਂਦੇ ਆ, ਉਹਨਾਂ ਨੂੰ ਵੀ ਕਹਿੰਦੇ ਆ ਕਿ ਮੁੱਠੀ ਰੱਖੋ, ਬਸ ਕੰਮ ਕਰੋ, ਲੋਕਾਂ ਚ ਵਿਚਰੋ, ਵੱਧ ਤੋਂ ਵੱਧ ਜਿਹੜੀ ਕਾਂਗਰਸ ਪਾਰਟੀ ਹੈ ਉਹਨੂੰ ਤੁਸੀਂ ਮਜ਼ਬੂਤ ਕਰਨ ਦਾ ਯਤਨ ਕਰੋ, ਬਾਕੀ ਸਭ ਕੁਝ ਆਪਾਂ ਵੇਖਾਂਗੇ ਕੀ ਹੁੰਦਾ ਕੀ ਨਹੀਂ ਹੁੰਦਾ। ਹੁਣ ਖਹਿਰਾ ਸਾਹਿਬ ਹਾਕਾ ਮਾਰਦੇ ਆ, ਆਮ ਆਦਮੀ ਪਾਰਟੀ ਵਾਲੇ ਬਾਹਾਂ ਖਿਲਾਰ ਕੇ ਬੈਠੇ ਆ। ਬੈਂਸ ਸਾਹਿਬ ਤਾਂ ਕਹਿੰਦੇ ਆ ਕਿ ਮੁੱਖ ਮੰਤਰੀ ਬਣਾਉਣਾ ਤਾਂ ਮੈਂ ਨਵਜੋਤ ਸਿੰਘ ਸਿੱਧੂ ਨੂੰ ਹੀ ਬਣਾਉਣਾ, ਬਾਕੀ ਸਾਰੀਆਂ ਗੱਲਾਂ ਤੇ ਜਿਹੜੀਆਂ ਉਹ ਆਈਆਂ ਗਈਆਂ ਨੇ। ਹੁਣ ਇਹ ਸਾਰਾ ਕੁਝ ਆਪਾਂ ਨੂੰ ਸਾਰਿਆਂ ਨੂੰ ਸਪਸ਼ਟ ਰੂਪ ਦੇ ਵਿੱਚ ਨਜ਼ਰ ਆਉਂਦਾ, ਇਹਦੇ ਵਿੱਚ ਕੋਈ ਦੋ ਰਾਏ ਥੋੜੀ ਹੈ। ਹੁਣ ਜਦੋਂ ਆਪਾਂ ਸਾਰਿਆਂ ਨੂੰ ਇਹ ਸਾਰਾ ਕੁਝ ਸਪਸ਼ਟ ਰੂਪ 'ਚ ਨਜ਼ਰ ਆਉਂਦਾ ਤਾਂ ਫੇਰ ਭਾਈ ਗੱਲ ਤਾਂ ਬੜੀ ਸਿੱਧੀ ਪੱਧਰੀ ਹੈ ਕਿ ਕਿਸੇ ਨਾ ਕਿਸੇ ਪਾਸੇ ਸਿੱਧੂ ਸਾਹਿਬ ਜਾ ਸਕਦੇ ਆ, ਰਾਹ ਖੁੱਲਿਆ। ਪਰ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਲੀਡਰ ਆਇਆ ਸੀ ਤੇ ਜਿਹੜਾ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਲੀਡਰ ਆਇਆ ਸੀ ਉਸ ਲੀਡਰ ਨੇ ਹੀ ਆਪਣੇ ਆਪ ਦੇ ਵਿੱਚ ਇੱਕ ਹਲਕਾ ਜਿਹਾ ਸੰਕੇਤ ਦੇ ਦਿੱਤਾ ਸੀ ਕਿ ਭਾਈ ਕਹਾਣੀ ਜਿਹੜੀ ਹੈ ਉਹ ਕਿਸੇ ਦੂਸਰੇ ਪਾਸੇ ਜਿਹੜੀ ਉਹ ਜਾ ਸਕਦੀ ਹੈ, ਬੰਦਾ ਸਾਡੇ ਆ ਲਾ ਸਕਦਾ, ਕਹਿੰਦੇ ਸਾਨੂੰ ਕੀ ਹੈ। ਹੁਣ ਬੀਜੇਪੀ ਦਾ ਇੱਕ ਪੰਜਾਬ ਦਾ ਲੀਡਰ ਹੈ ਜਿਹਨੇ ਰਾਜਪੁਰੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਤੇ ਬੀਜੇਪੀ ਦੇ ਵਿੱਚ ਉਹਨੂੰ ਪੰਜਾਬ ਦੇ ਵਿੱਚੋਂ ਇੱਕ ਵੱਡਾ ਸਿੱਖ ਜਿਹੜਾ ਮੰਨਿਆ ਜਾਂਦਾ ਹਰਜੀਤ ਸਿੰਘ ਗਰੇਵਾਲ। ਹਰਜੀਤ ਸਿੰਘ ਗਰੇਵਾਲ ਦੇ ਬਾਰੇ ਪਤਾ ਲੱਗਿਆ ਕਿ ਉਹਨਾਂ ਨੇ ਇੱਕ ਡਿਬੇਟ ਦੇ ਵਿੱਚ, ਇੱਕ ਬਹਿਸ ਦੇ ਵਿੱਚ, ਇੱਕ ਚਰਚਾ ਦੇ ਵਿੱਚ ਇਹ ਕਹਿ ਦਿੱਤਾ ਕਿ ਸਿੱਧੂ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਸੰਪਰਕ 'ਚ ਨੇ ਜੀ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸਿੱਧੂ ਸਾਹਿਬ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਦੇ ਇੱਕ ਮੰਤਰੀ ਦੇ ਅਹੁਦੇ ਦੇ ਉੱਤੇ ਬਿਰਾਜਮਾਨ ਲੀਡਰ ਨੂੰ ਮਿਲੇ ਵੀ ਆ ਤੇ ਉੱਥੇ ਜਾ ਕੇ ਉਹਨਾਂ ਨੇ ਇਸ ਗੱਲ ਦੀ ਜਿਹੜੀ ਹੈ ਕੋਸ਼ਿਸ਼ ਵੀ ਕੀਤੀ ਸੀ ਕਿ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਕ ਐਂਟਰੀ ਹੋ ਜਾਏ। ਪਰ ਉਹ ਕਹਿੰਦੇ ਕਿ ਸਿੱਧੂ ਸਾਹਿਬ ਤਾਂ ਚਾਹੁੰਦੇ ਆ ਮੁਲਾਕਾਤ ਵੀ, ਅਸੀਂ ਮੰਨਦੇ ਹਾਂ ਕਿ ਸਿੱਧੂ ਸਾਹਿਬ ਦੀ ਸਾਡੀ ਪਾਰਟੀ ਦੇ ਹਾਈਕਮਾਂਡ ਦੇ ਇੱਕ ਵੱਡੇ ਲੀਡਰ ਦੇ ਨਾਲ ਹੋਈ ਹੈ, ਪਰ ਅਜੇ ਕਹਿੰਦੇ ਸਾਡੀ ਪਾਰਟੀ ਦਾ ਕੋਈ ਵਿਚਾਰ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਬੀਜੇਪੀ 'ਚ ਸ਼ਾਮਿਲ ਕੀਤਾ ਜਾਵੇ, ਕਿਉਂਕਿ ਸਾਡੀ ਪਾਰਟੀ ਅਨੁਸ਼ਾਸਨ ਵਾਲੀ ਹੈ ਤੇ ਸਾਡੀ ਪਾਰਟੀ ਅਨੁਸ਼ਾਸਨ ਵਾਲੀ ਹੈ ਤੇ ਜਿਹੜੇ ਇਹ ਨਵਜੋਤ ਸਿੰਘ ਸਿੱਧੂ ਨੇ ਉਹਨੇ ਹੀ ਇਹ ਗੈਰ ਅਨੁਸ਼ਾਸਨ ਵਾਲੇ ਆ, ਇਸ ਕਰਕੇ ਕਹਿੰਦੇ ਨਾ ਹਿਸਾਬ ਕਿਤਾਬ ਨਹੀਂ ਇਹ ਬਣਨਾ ਠੀਕ ਤੇ ਅਸੀਂ ਨੀ ਨਵਜੋਤ ਸਿੰਘ ਸਿੱਧੂ ਨੂੰ ਲੈਣਾ। ਹਾਲਾਂਕਿ ਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ, ਨਾ ਤਾਂ ਭਾਰਤੀ ਜਨਤਾ ਪਾਰਟੀ ਦਾ ਉਹ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਬੰਦਾ ਨਾ ਉਹਨੇ ਪੁਸ਼ਟੀ ਕੀਤੀ ਹੈ, ਇਹ ਕੇਵਲ ਹਰਜੀਤ ਸਿੰਘ ਗਰੇਵਾਲ ਹੋਰਾਂ ਦੀ ਗੱਲ ਹੈ। ਚਲੋ ਹੁਣ ਦੇਖੋ ਇੱਕ ਗੱਲ ਤਾਂ ਸਾਨੂੰ ਸਮਝ ਲੈਣੀ ਚਾਹੀਦੀ ਹੈ, ਕਿਸੇ ਨੂੰ ਕੁਝ ਨਹੀਂ ਪਤਾ ਕਿ ਨਵਜੋਤ ਸਿੰਘ ਸਿੱਧੂ ਦੇ ਢਿੱਡ 'ਚ ਕੀ ਹੈ, ਨਵਜੋਤ ਸਿੰਘ ਸਿੱਧੂ ਇਸ ਸਾਰੇ ਮਸਲੇ ਦੇ ਵਿੱਚ ਚਾਹੁੰਦੇ ਕੀ ਹੈ। ਪਰ ਇੱਕ ਗੱਲ ਦਾ ਸਾਰਿਆਂ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਜੇ ਚਾਹੂਗਾ ਉਹ ਬੀਜੇਪੀ ਚਲੇ ਜਾਊ, ਜੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਚਾਹੂਗੀ ਤੇ ਨਵਜੋਤ ਸਿੰਘ ਸਿੱਧੂ ਮੰਨਦੇ ਹੋਣਗੇ ਤਾਂ ਸਿੱਧੂ ਸਾਹਿਬ ਨੂੰ ਬੀਜੇਪੀ 'ਚ ਜਾਣੋ ਕੋਈ ਰੋਕ ਨਹੀਂ ਸਕਦਾ, ਖਾਸ ਤੌਰ ਤੇ ਪੰਜਾਬ ਦੀ ਲੀਡਰਸ਼ਿਪ ਤਾਂ ਕਦੇ ਵੀ ਨਹੀਂ ਜੀ। ਕਿਉਂਕਿ ਬੀਜੇਪੀ ਦੀ ਹਾਈਕਮਾਂਡ ਨੇ 15 ਸਾਲ ਹੋ ਗਏ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਕਿਹਾ ਕਿ ਤੁਸੀਂ ਅਕਾਲੀ ਦਲ ਬਾਦਲ ਤੋਂ ਬਿਨਾਂ ਮਾੜਾ ਮੋਟਾ ਪੈਰਾਂ ਤੇ ਭਾਰ ਤਾਂ ਆਉਣ ਦਿਓ, ਤੁਸੀਂ ਅਕਾਲੀ ਦਲ ਤੋਂ ਬਿਨਾਂ ਮਾਲਵੇ ਦੇ ਪੇਂਡੂ ਖੇਤਰ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਤਾਂ ਕਰੋ, ਪਰ ਕਿੰਨੀ ਕੁ ਮਜ਼ਬੂਤੀ ਹੋਈ ਹੈ? ਜੇ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸੀਟਾਂ ਜਿੱਤੀਆਂ ਤਾਂ ਕੇਂਦਰ ਸਰਕਾਰ ਦੇ ਉਮੀਦਵਾਰਾਂ ਦੀ ਰਣਨੀਤੀ ਨਾਲ ਜਿੱਤੀਆਂ, ਨਹੀਂ ਤਾਂ ਜਦੋਂ ਸਥਾਨਕ ਪੱਧਰ ਦੇ ਉੱਤੇ ਟਿਕਟਾਂ ਦੀ ਵੰਡ ਕੀਤੀ ਸੀ ਤਾਂ 23 ਦੇ ਵਿੱਚੋਂ 20 ਸੀਟਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਰ ਗਈ ਸੀ, ਕੇਵਲ ਤੇ ਕੇਵਲ 3 ਸੀਟਾਂ ਜਿੱਤੀਆਂ ਸੀ। ਹੁਣ ਉਹਦੇ ਤੋਂ ਬਾਅਦ ਆਪਾਂ ਅੱਗੇ ਵੇਖੀਏ, ਦੇਖੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਪੰਜਾਬ 'ਚ ਬੜੇ ਅਜੀਬ ਨੇ, ਖਾਸ ਤੌਰ ਤੇ ਲੀਡਰਸ਼ਿਪ ਦੇ। ਕਮਲ ਸ਼ਰਮਾ ਨੂੰ ਪ੍ਰਧਾਨ ਬਣਾਇਆ ਸੀ, ਭਾਜਪਾ ਦੀ ਧੜੇਬੰਦੀ ਨਹੀਂ ਸੀ ਹਟੀ। ਵਿਜੇ ਸਾਂਪਲਾ ਨੂੰ ਪ੍ਰਧਾਨ ਵੀ ਬਣਾਇਆ, MP ਵੀ ਬਣਾਇਆ, ਕੇਂਦਰ 'ਚ ਮੰਤਰੀ ਵੀ ਬਣਾਇਆ, ਪਰ ਉਹਨਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਰਹੀ ਕਿ ਉਸ ਬੰਦੇ ਨੂੰ ਐਤਕੀ ਬੀਜੇਪੀ ਨੇ ਟਿਕਟ ਤੱਕ ਨਹੀਂ ਦਿੱਤੀ। ਹੁਣ ਸ਼ਵੇਤ ਮਲਿਕ ਸਾਹਿਬ ਪ੍ਰਧਾਨ ਨੇ,
ਸ਼ਵੇਤ ਮਲਿਕ ਸਾਹਿਬ ਪ੍ਰਧਾਨ ਨੇ ਤੇ ਇੰਨੇ ਵਧੀਆ ਪ੍ਰਧਾਨ ਨੇ ਕਿ ਉਹਨਾਂ ਦੇ ਆਪਦੇ ਅੰਮ੍ਰਿਤਸਰ ਦੇ ਵਿੱਚੋਂ ਕਈ ਵਾਰੀ ਬਗਾਵਤ ਦੇ ਸੁਰ ਉੱਠਦੇ ਰਹਿੰਦੇ ਆ ਕਿ ਭਾਈ ਇਹ ਬੰਦਾ ਜਿਹੜਾ ਸਾਨੂੰ ਬਹੁਤਾ ਜ਼ਿਆਦਾ ਪਸੰਦ ਨਹੀਂ। ਤੇ ਜੇ ਪੰਜਾਬ ਦੀ ਬੀਜੇਪੀ ਦੀ ਮੌਜੂਦਾ ਲੀਡਰਸ਼ਿਪ ਦੇ ਵਿੱਚੋਂ ਕੋਈ ਜ਼ਿਆਦਾ ਆਕਰਸ਼ਣ ਭਰਪੂਰ ਚਿਹਰਾ ਹਾਈਕਮਾਂਡ ਨੂੰ ਨਾ ਮਿਲਿਆ, ਅਗਲਿਆਂ ਨੇ ਇੱਕ ਮਿੰਟ ਵੀ ਗੁਰੇਜ਼ ਨਹੀਂ ਕਰਨਾ ਇਸ ਸਾਰੀ ਪ੍ਰਕਿਰਿਆ ਦੇ ਉੱਤੇ ਬ੍ਰੇਕਾਂ ਲਾਉਣ ਨੂੰ। ਸੋ ਵੇਖਦੇ ਹਾਂ ਕਿ ਸਿੱਧੂ ਸਾਹਿਬ ਦੇ ਬਾਰੇ ਖੁਲਾਸੇ ਕਰਨ ਵਾਲੇ ਜਿਹੜੇ ਨੇਤਾ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਸਥਿਤੀ ਦੀ ਗਿਣਤੀ ਮਿਣਤੀ ਕਰਕੇ ਕੇਂਦਰ ਨੂੰ ਕਦੋਂ ਦੱਸਣਗੇ ਜੀ? ਤੇ ਪ੍ਰਿਯੰਕਾ ਗਾਂਧੀ ਦੇ ਪ੍ਰਧਾਨ ਬਣਦਿਆਂ ਅਟਕਲਾਂ ਵਾਹਵਾ ਲੱਗ ਰਹੀਆਂ ਜੀ। ਦੇਖੋ ਸੁਖਨੈਬ ਜੀ, ਆਖਿਰਕਾਰ ਤਾਂ ਕਾਂਗਰਸ ਪਾਰਟੀ ਦੀ ਕੌਮੀ ਇਕਾਈ ਨੇ ਕਿਸੇ ਨਾ ਕਿਸੇ ਨੂੰ ਪ੍ਰਧਾਨ ਬਣਾਉਣਾ ਜੀ। ਜੇ ਵੀ ਗੱਲਬਾਤ ਚੱਲਦੀ ਉਹਦਾ ਕੰਮ ਉੱਪਰ ਥੱਲੇ ਹੋ ਜਾਂਦਾ। ਇੱਕ ਵਾਰੀ ਕਮਲਨਾਥ ਦਾ ਜ਼ਿਕਰ ਚੱਲਿਆ ਤੇ ਕਹਿੰਦੇ ਕੋ ਨਾ ਪਾ ਕਮਲਨਾਥ ਦਾ ਕਿਤੇ ਨਾਂ ਵੀ ਨਾ ਲੈ ਦਿਓ। ਫਿਰ ਡਾਕਟਰ ਮਨਮੋਹਨ ਸਿੰਘ ਦਾ ਜ਼ਿਕਰ ਚੱਲਿਆ, ਉਹ ਕਹਿੰਦੇ ਕਿ ਭਾਈ ਸਾਡੀ ਤਾਂ ਹੁਣ ਸਿਰ ਤੋਂ ਹੀ ਸਤਿ ਸ੍ਰੀ ਅਕਾਲ ਹੈ। ਬੀਬੀ ਸੋਨੀਆ ਗਾਂਧੀ ਦਾ ਜ਼ਿਕਰ ਕੀਤਾ, ਉਹ ਕਹਿੰਦੇ ਮੈਂ ਤਾਂ ਹੁਣ ਲੈ ਚੁੱਕੀ ਹਾਂ। ਰਾਹੁਲ ਗਾਂਧੀ ਕਹਿੰਦਾ ਕਿ ਮੈਂ ਸੁਭਾਅ ਦਾ ਬੜਾ ਕੱਬਾ, ਮੈਂ ਇੱਕ ਵਾਰੀ ਕਹਿਤਾ ਕਿ ਮੈਂ ਪ੍ਰਧਾਨਗੀ ਛੱਡੀ ਤਾਂ ਛੱਡੀ, ਹੁਣ ਆਪਾਂ ਪ੍ਰਧਾਨਗੀ ਸਾਂਭਣੀ ਨਹੀਂ। ਇਸ ਗੱਲ ਨੂੰ ਤੁਸੀਂ ਚੰਗੇ ਤਰੀਕੇ ਬਸ ਸਮਝ ਲਓ। ਚਲੋ ਹੁਣ ਹਾਲਾਤ ਦੇਖੋ ਕੀ ਬਣਦੇ ਆ। ਹਾਲਾਤ ਇਹ ਬਣਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਘਟਣਾ ਤੇ ਬਹੁਤ ਕੁਝ ਵਾਪਰਨਾ। ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਇਦਾਂ ਦੇ ਬਣਨੇ ਆ ਕਿ ਇਹ ਸਾਰਾ ਕੁਝ ਅਜੀਬ ਜਿਹਾ ਹੋ ਜਾਊਗਾ, ਕਿਉਂਕਿ ਲਗਾਤਾਰ ਕਾਂਗਰਸ ਪਾਰਟੀ ਦੇ ਬੰਦੇ ਛੱਡੀ ਜਾਂਦੇ ਆ। ਯੂਪੀ ਦੇ ਵਿੱਚ ਖਾਸ ਤੌਰ ਤੇ ਗਾਂਧੀ ਪਰਿਵਾਰ ਦੇ ਲਈ ਰਾਏਬਰੇਲੀ ਤੇ ਅਮੇਠੀ ਚ ਇੱਕ ਵੱਡਾ ਚਿਹਰਾ ਹੁੰਦਾ ਸੀ ਰਾਜ ਸਭਾ ਦਾ ਮੈਂਬਰ ਸੰਜੇ ਸਿੰਘ। ਅੱਜ ਉਹਨੇ ਕਾਂਗਰਸ ਤੋਂ ਅਸਤੀਫਾ ਦਿੱਤਾ, ਬੀਜੇਪੀ ਦੇ ਵਿੱਚ ਸ਼ਾਮਿਲ ਹੋ ਚੱਲਾ। ਹੁਣ ਦੇਖਦੇ ਹਾਂ ਕਿ ਕਾਂਗਰਸ ਪਾਰਟੀ ਘਾਟਾ ਕਿਵੇਂ ਪੂਰਦੀ ਹੈ। ਕਈ ਸੂਬਾ ਕਮੇਟੀਆਂ ਜਿਹੜੀਆਂ ਭੰਗ ਹੋਈਆਂ ਪਈਆਂ, ਉੱਥੋਂ ਲੱਭਦਾ ਕੁਝ ਨਹੀਂ। ਦੇਖੋ ਕਰੀਏ ਤਾਂ ਕਰੀਏ ਕਿ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਜਿਹੜਾ ਉਹ ਵਿਗੜਿਆ ਤਿਗੜਿਆ ਜਿਹਾ ਕੰਮ ਲੱਗਦਾ। ਇਹਦੇ ਨਾਲ ਨਾਲ ਹੁਣ ਹਾਲਾਤ ਦੇਖੋ ਕਿਹੋ ਜਿਹਾ ਬਣਦੇ ਆ ਕਿ ਪ੍ਰਿਯੰਕਾ ਗਾਂਧੀ ਦੇ ਬਾਰੇ ਚਰਚਾ ਚੱਲੀ ਕਿ ਭਾਈ ਚਲੋ ਉਹਦੇ ਕੋਲ ਯੂਪੀ ਦੇ ਵਿੱਚ ਕੋਈ ਕ੍ਰਿਸ਼ਮਾ ਤਾਂ ਨਹੀਂ ਸੀ ਵਿਖਾ ਹੋਇਆ, ਪਰ ਕੋਈ ਨਾ ਕੋਈ ਬੰਦਾ ਤਾਂ ਪ੍ਰਧਾਨ ਬਣਾਉਣਾ, ਪ੍ਰਿਯੰਕਾ ਨੂੰ ਬਣਾ ਦਿਓ। ਸ਼ਸ਼ੀ ਥਰੂਰ ਨੇ ਇਹ ਗੱਲ ਤੋਰੀ। ਜਦੋਂ ਕਾਂਗਰਸ ਪਾਰਟੀ ਦਾ ਲੀਡਰ ਸ਼ਸ਼ੀ ਥਰੂਰ ਇਹ ਗੱਲ ਤੋਰਦਾ ਤਾਂ ਫਿਰ ਆਪਣੇ ਆਪ ਦੇ ਵਿੱਚ ਇਹ ਗੱਲ ਜਿਹੜੀ ਅਗਲੇ ਪਾਸੇ ਨੂੰ ਤੁਰਦੀ ਹੈ। ਹੁਣ ਸ਼ਸ਼ੀ ਥਰੂਰ ਸਾਹਿਬ ਜਿਹੜੇ ਆ ਉਹ ਕਹਿੰਦੇ ਕਿ ਦੇਖੋ ਜੇ ਪ੍ਰਿਯੰਕਾ ਗਾਂਧੀ ਦੀ ਗੱਲ ਤੁਰੇ ਤਾਂ ਮੈਂ ਚਾਹੁੰਦਾ ਕਿ ਪ੍ਰਿਯੰਕਾ ਗਾਂਧੀ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਬਣੇ, ਕਿਉਂਕਿ ਪ੍ਰਿਯੰਕਾ ਗਾਂਧੀ ਦੇ ਵਿੱਚ ਇੰਨਾ ਕੁ ਮਾਦਾ ਹੈਗਾ ਕਿ ਕਾਂਗਰਸ ਪਾਰਟੀ ਨੂੰ ਇਕਜੁੱਟ ਕਰ ਸਕੇ, ਮੇਰੀ ਵੋਟ ਉਹਦੇ ਹੱਥ 'ਚ। ਕੈਪਟਨ ਸਾਹਿਬ ਨੂੰ ਕਿਸੇ ਨੇ ਸਵਾਲ ਪੁੱਛ ਲਿਆ ਚੰਡੀਗੜ੍ਹ ਕਿ ਜੀ ਪ੍ਰਿਯੰਕਾ ਗਾਂਧੀ ਦੀ ਗੱਲ ਤੁਰਦੀ ਹੈ, ਤੁਹਾਡਾ ਕੀ ਮੰਨਣਾ ਹੈ? ਤੁਸੀਂ ਵੀ ਚੰਦ ਸੂਬਿਆਂ ਦੇ ਵਿੱਚੋਂ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਉਹਨਾਂ ਦੇ ਵਿੱਚੋਂ ਇੱਕ ਇੰਪੋਰਟੈਂਟ ਸੂਬੇ ਦੇ ਮੁੱਖ ਮੰਤਰੀ ਹੋ, ਕੁਝ ਤਾਂ ਦੱਸੋ ਨਾ ਕਿ ਤੁਹਾਡਾ ਮਨ ਕੀ ਕਹਿੰਦਾ। ਕੈਪਟਨ ਸਾਹਿਬ ਕਹਿੰਦੇ ਕਿ ਦੇਖੋ ਮੈਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸਾਰਾ ਕੁਝ ਹੈ ਉਹਦੇ ਵਿੱਚ ਮੈਂ ਪ੍ਰਿਯੰਕਾ ਗਾਂਧੀ ਦੇ ਹੱਕ 'ਚ ਹਾਂ। ਮੈਨੂੰ ਕੋਈ ਇਤਰਾਜ਼ ਜਿਹੜਾ ਉਹ ਨਹੀਂ ਹੋਵੇਗਾ ਜੇ ਪ੍ਰਿਯੰਕਾ ਗਾਂਧੀ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਬਣਦੀ ਹੈ। ਸਗੋਂ ਉਹ ਕਹਿੰਦੇ ਕਿ ਮੈਂ ਤਾਂ ਇਹ ਵੀ ਚਾਹੁੰਦਾ ਕਿ ਨੌਜਵਾਨ ਬੰਦਾ ਹੀ ਹੈ ਜਿਹੜਾ ਉਹ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਬਣਨਾ ਚਾਹੁੰਦਾ। ਮੈਨੂੰ ਤਾਂ ਕਹਿੰਦੇ 15 ਦਿਨ ਉਗਰਾਲਾ ਪਾਉਂਦੇ ਨੂੰ ਕਿ ਹੁਣ ਕੋਈ ਬੁੱਢਾ ਠੇਰਾ ਬੰਦਾ ਸਾਡੇ ਵਰਗਾ ਪ੍ਰਧਾਨ ਨਾ ਬਣਾਓ, ਹੁਣ ਕੋਈ ਯੰਗ ਬੰਦਾ ਪ੍ਰਧਾਨ ਬਣਾਓ ਜਿਹੜਾ ਕਿ ਭਾਰਤ ਦੇ ਨੌਜਵਾਨ ਵੋਟਰਾਂ ਦੀ ਨਬਜ਼ ਫੜ ਸਕਣ ਦੇ ਕਾਬਿਲ ਹੋਵੇ। ਤੇ ਉਹ ਕਹਿੰਦੇ ਮੈਨੂੰ ਵੀ ਪੂਰੀ ਉਮੀਦ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਜੇ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਬਣਾਇਆ ਜਾਊਗਾ ਤੇ ਇਹਦੇ ਨਤੀਜੇ ਕਾਫੀ ਚੰਗੇ ਰਹਿਣਗੇ, ਸਾਨੂੰ ਇਧਰਲੇ ਪਾਸੇ ਕੁਝ ਨਾ ਕੁਝ ਸੋਚ ਲੈਣਾ ਚਾਹੀਦਾ। ਉਹਨਾਂ ਇਹ ਵੀ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਪਿਛਲੇ ਸਮੇਂ 'ਚ ਸਾਬਿਤ ਕੀਤਾ ਕਿ ਉਹ ਦੇਸ਼ ਦੀਆਂ ਸਮੱਸਿਆ ਨੂੰ ਵੀ ਜਾਣਦੀ ਹੈ, ਦੇਸ਼ ਦੇ ਲੀਡਰਾਂ ਦੀਆਂ ਸੀਮਾਵਾਂ ਨੂੰ ਵੀ ਜਾਣਦੀ ਹੈ। ਤੇ ਜਦੋਂ ਅਗਲੀ ਬੰਦੀ ਨੂੰ ਸਾਰਾ ਕੁਝ ਪਤਾ ਤੇ ਫਿਰ ਸਾਨੂੰ ਇਹਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਮਾਂ ਨਾ ਗਵਾਈਏ, ਕਿਉਂਕਿ ਸਮਾਂ ਗਵਾਉਣ ਕਰਕੇ ਸਾਡਾ ਨੁਕਸਾਨ ਜਿਹੜਾ ਉਹ ਵਾਹਵਾ ਹੋ ਗਿਆ। ਬਟ ਸਾਹਿਬ, ਟਰਾਂਸਪੋਰਟ ਵਾਲੇ ਤਾਂ ਵੈਸੇ ਅਧਿਕਾਰੀ ਹੁੰਦੇ ਆ ਜਿਹੜੇ ਕੋਈ ਨਾ ਕੋਈ ਕਾਰਨਾਮਾ ਕਰਦੇ ਹੀ ਰਹਿੰਦੇ ਆ, ਤੇ ਇੱਕ ਹੋਰ ਕਾਰਨਾਮਾ ਚਰਚਾ ਦੇ ਵਿੱਚ ਹੈ, ਬਠਿੰਡੇ ਵਾਲਿਆਂ ਦਾ ਹੀ ਹੈ ਜਾਂ ਹੋਰ ਹੈ ਇਹ ਕੋਈ? ਦੇਖੋ ਗੱਲ ਸੁਖਨੈਬ ਜੀ ਹੈ ਕਿ ਮਸਲਾ ਤਾਂ ਤੁਹਾਡੇ ਤੋਂ ਸ਼ੁਰੂ ਹੁੰਦਾ ਤੇ ਤੁਹਾਡੇ ਤੱਕ ਹੀ ਰਹਿਣਾ। ਤੁਸੀਂ ਮਾਨਤਾ ਦੇ ਦਿਓ ਨਾ ਦਿਓ, ਕਿਉਂਕਿ ਤੁਹਾਡੇ ਤੋਂ ਜਦੋਂ ਕੋਈ ਗੱਲ ਪਾਸ ਹੋ ਜਾਂਦੀ ਹੈ, ਘਸ ਘੁਸ ਜਾਂਦੀ ਹੈ ਸਾਡੇ ਵਾਲੇ ਪਾਸੇ ਦੁਆਬੇ ਮਾਝੇ ਦੇ ਵਿੱਚ, ਤਾਂ ਹੁਣ ਉਦੋਂ ਆਉਂਦੀ ਹੈ ਸਾਰਾ ਕੁਝ ਜਿਹੜਾ ਐਕਸਪੈਰੀਮੈਂਟਲ ਸਟੇਜ ਦਾ ਉਹ ਤੁਹਾਡੇ ਵਾਲੇ ਪਾਸੇ ਹੋ ਜਾਂਦਾ। ਮਾਲਵੇ ਸਾਰੇ 'ਚ ਵੀ ਨਹੀਂ, ਆ ਬਠਿੰਡੇ ਵਾਲੇ ਪਾਸੇ ਹੀ ਸਭ ਕੁਝ ਚੱਲਦਾ। ਚਲੋ ਹੁਣ ਦੇਖੋ, ਜਦੋਂ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਸੀ ਤਾਂ ਕਿੰਨਾ ਰੌਲਾ ਪਿਆ ਜੀ। ਟਰਾਂਸਪੋਰਟ ਮਾਫੀਆ ਸਰਕਾਰੀ ਬੱਸ ਕੰਪਨੀਆਂ ਨੂੰ ਇਹਨਾਂ ਨੇ ਥੱਲੇ ਲਾਤਾ, ਸਰਕਾਰੀ ਬੱਸ ਕੰਪਨੀਆਂ ਜਿਹੜੀਆਂ ਨੇ ਉਹਨਾਂ ਦਾ ਇਹਨਾਂ ਨੇ ਬਹੁਤ ਨੁਕਸਾਨ ਕਰ ਦਿੱਤਾ।
ਤੇ ਇਸ ਕਰਕੇ ਉਹ ਟਰਾਂਸਪੋਰਟ ਮਾਫੀਆ ਨੂੰ ਕਾਂਗਰਸੀ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾ ਦਿਓ ਪੰਜਾਬ ਦੇ ਲੋਕੋ, ਅਸੀਂ ਤੁਹਾਨੂੰ ਨੱਥ ਪਾ ਕੇ ਦੱਸਾਂਗੇ ਕਿ ਇਹ ਜਿਹੜਾ ਮਾਫੀਆ ਇਹਨੂੰ ਨੱਥ ਜਿਹੜੀ ਹੈ ਉਹ ਕਿਵੇਂ ਪਾਈ ਦੀ ਹੈ। ਚਲੋ ਠੀਕ ਹੈ ਭਾਈ, ਨੱਥ ਪਾ ਦਿਓ ਤੁਸੀਂ, ਕੌਣ ਕਹਿੰਦਾ ਨਾ ਪਾਇਓ। ਹੁਣ ਤਾਂ ਸੁਖਨਾ ਸਰਕਾਰ ਬਣੀ ਨੂੰ ਵੀ 2.5 ਸਾਲ ਤੋਂ ਉੱਪਰ ਦਾ ਸਮਾਂ ਬੜੀ ਛੇਤੀ ਜਿਹੜੀ ਹੈ ਉਹ ਹੋ ਜਾਣੀ ਹੈ। ਹੁਣ ਜਦੋਂ ਉਹ ਹੋ ਜਾਣਾ ਸਾਰਾ ਕੁਛ, ਤਾਂ ਇਹਦਾ ਮਤਲਬ ਹੈ ਕਿ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਪਾਸੇ ਜਿਹੜੀ ਹੈ ਉਹ ਜਾਣੀ ਹੈ। ਨਾਲ ਦੀ ਨਾਲ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਹਾਣੀ ਜਿਹੜੀ ਹੈ ਉਹ ਤੁਰੂਗੀ ਕਿੱਧਰਲੇ ਪਾਸੇ ਨੂੰ। ਹੁਣ ਤੁਰਨੀ ਕਿੱਧਰਲੇ ਪਾਸੇ ਨੂੰ ਹੈ? ਇੱਕ ਬੰਦਾ ਸਰਕਾਰ ਦੇ ਵੱਲ ਮੂੰਹ ਵੱਲ ਵੇਖਦਾ ਕਿ ਅੱਛਾ ਇਸ ਸਰਕਾਰ ਨੇ ਗਲਤ ਕੀਤਾ, ਵਿਰੋਧੀ ਪਾਰਟੀ ਦੀ ਸਰਕਾਰ ਉਸ ਤੇ ਚੰਗਾ ਕਰੂ, 2.5 ਸਾਲ ਉਹਨੂੰ ਵੀ ਹੋ ਗਈ ਤਾਂ ਪੰਜਾਬ ਦੇ ਲੋਕ ਕਿੱਧਰਲੇ ਪਾਸੇ ਨੂੰ ਜਾਣ। ਹੁਣ ਇੱਕ ਕਹਾਣੀ ਦੇਖੋ ਕਿ ਬਠਿੰਡੇ ਦਾ ਜਿਹੜਾ PRTC ਦਾ ਕਰਤਾ ਧਰਤਾ ਅਧਿਕਾਰੀ ਹੈ ਉਹ ਇੱਕ ਗੱਲ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਜੀ ਲੱਗਦੀ ਹੈ ਕਿ ਉਹ ਲਿਖਦਾ ਪੰਜਾਬ ਦੇ ਟਰਾਂਸਪੋਰਟ ਕਮਿਸ਼ਨਰ ਨੂੰ ਕਿ ਦੇਖੋ ਜੀ ਥੋੜੇ ਦਿਨ ਪਹਿਲਾਂ ਜਿਹੜਾ ਇੱਥੇ ਟਰਾਂਸਪੋਰਟ ਅਧਿਕਾਰੀ ਤੁਸੀਂ ਬਠਿੰਡੇ ਚ ਲਾਇਆ ਉਹਨੇ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦਿਆਂ ਆਰਜੀ ਤੌਰ ਤੇ ਟਾਈਮ ਟੇਬਲ ਬਦਲ ਦਿੱਤਾ। ਸਾਨੂੰ ਕਹਿੰਦੇ ਕੋਈ ਇਤਰਾਜ਼ ਨਹੀਂ ਉਹਨੇ ਟਾਈਮ ਟੇਬਲ ਬਦਲਣਾ, ਉਹਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਪਰ ਇਤਰਾਜ਼ ਕਹਿੰਦੇ ਇਸ ਗੱਲ ਤੇ ਆ ਕਿ ਜਦੋਂ ਟਾਈਮ ਟੇਬਲ ਬੰਦਾ ਆਰਜੀ ਤੌਰ ਦੇ ਉੱਤੇ ਬਦਲਦਾ ਤੇ ਉਸ ਵੇਲੇ ਤੱਕ ਵੀ ਇਹ ਗੱਲ ਜਿਹੜੀ ਹੈ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਘੱਟੋ ਘੱਟ ਕਾਨੂੰਨ ਦੇ ਮੁਤਾਬਕ ਜਿਹੜੀਆਂ ਵੀ ਸਰਕਾਰੀ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਉੱਥੇ ਚੱਲਦੀਆਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਤਾਂ ਕਰੇ, ਕਿਸੇ ਬੰਦੇ ਨੂੰ ਕੋਈ ਇਤਰਾਜ਼ ਤਾਂ ਨਹੀਂ, ਇਹਦੀ ਗੱਲਬਾਤ ਤਾਂ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਂਹ ਵਾਲੇ ਪਾਸੇ ਨੂੰ ਜਾਵੇ। ਚਲੋ ਹੁਣ ਕਹਾਣੀ ਜਿਹੜੀ ਹੈ ਉਹ ਅਗਲੇ ਪਾਸੇ ਨੂੰ ਤੁਰਨ ਲੱਗ ਪਈ। ਕਹਾਣੀ ਕਿਹਦੇ ਨੂੰ ਤੁਰਨ ਲੱਗ ਪਈ? ਉਹ ਕਹਿੰਦੇ ਦੇਖੋ ਇੱਕ ਬਹੁਤ ਵੱਡੇ ਲੀਡਰ ਦੀ ਕੰਪਨੀ ਹੈ ਬੱਸਾਂ ਦੀ, ਹੁਣ ਜਿਹੜਾ ਟਾਈਮ ਟੇਬਲ ਬਦਲਿਆ ਉਹਦੇ ਮੁਤਾਬਕ 40-45 ਮਿੰਟ ਉਸ ਲੀਡਰ ਦੀ ਇਹ ਕੰਪਨੀ ਦੀਆਂ ਬੱਸਾਂ ਨੂੰ ਤਾਂ ਸਮਾਂ ਵੱਧ ਮਿਲ ਗਿਆ, ਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਜਿਹੜੀ ਹੈ ਉਹਦੀਆਂ ਬੱਸਾਂ ਦਾ ਸਮਾਂ ਜਿਹੜਾ 40-45 ਮਿੰਟ ਘੱਟ ਗਿਆ। ਹੁਣ ਸਰਕਾਰੀ ਅਧਿਕਾਰੀ ਹੈ ਜਿਹਨੇ ਟਾਈਮ ਟੇਬਲ ਦੇ ਵਿੱਚ ਆਰਜ਼ੀ ਤੌਰ ਤੇ ਤਬਦੀਲੀ ਕੀਤੀ ਹੈ, ਸਰਕਾਰੀ ਬੱਸ ਕੰਪਨੀ ਨੂੰ ਜਿਹੜਾ ਉਹ ਥੁੱਕ ਲੱਗੂਗਾ, ਪ੍ਰਾਈਵੇਟ ਬੱਸ ਕੰਪਨੀ ਦੀ ਜਿਹੜੀ ਹੈ ਉਹ ਗੱਲਬਾਤ ਅਗਲੇ ਪਾਸੇ ਨੂੰ ਜਾਊ। ਚਲੋ ਠੀਕ ਹੈ ਭਾਈ, ਸਰਕਾਰੀ ਬੱਸ ਜਿਹੜੀ ਕੰਪਨੀ ਹੈ ਉਹ ਫਿਰ ਥੱਲੇ ਨੂੰ ਆਜੂ। ਹੁਣ ਇੱਥੇ ਦੇਖੋ ਇਹ ਵੀ ਗੱਲ ਕਮਾਲ ਦੀ ਹੈ ਕਿ ਇਸ ਮਸਲੇ ਦੇ ਉੱਤੇ ਉਹ ਸੰਬੰਧਿਤ ਅਧਿਕਾਰੀ ਕਹਿੰਦਾ ਬਠਿੰਡਾ ਰੀਜਨਲ ਅਥਾਰਟੀ ਦਾ ਸਕੱਤਰ ਉਦੈ ਵੀਰ ਸਿੰਘ, ਉਹ ਕਹਿੰਦੇ ਜਦੋਂ ਵੀ ਅਸੀਂ ਨਾ ਪੈਪਸੂ ਰੋਡਵੇਜ਼ ਦੇ ਨੁਮਾਇੰਦੇ ਨੂੰ ਬੁਲਾਉਂਦੇ ਹਾਂ ਕਿਆ ਉਹ ਸਲਾਹ ਕਰੀਏ, ਟਾਈਮ ਟੇਬਲ ਬਣਾਉਣਾ ਹੈ, ਆਉਂਦਾ ਹੀ ਨਹੀਂ। ਪਰ ਇਹ ਗੱਲ ਕਿਵੇਂ ਹਜ਼ਮ ਕੀਤੀ ਜਾਵੇ ਕਿ ਜਿਹੜਾ ਬੰਦਾ ਉੱਪਰਲੇ ਪਾਸੇ ਕਮਿਸ਼ਨਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਸਕਦਾ, ਕਮਿਸ਼ਨਰ ਤੱਕ ਪਹੁੰਚ ਕਰਨ ਦੀ ਜਿਹੜੀ ਹੈ ਉੱਦਮ ਕਰ ਸਕਦਾ, ਤੇ ਦੂਸਰੇ ਪਾਸੇ ਫਿਰ ਉਹ ਤੁਹਾਡੀ ਮੀਟਿੰਗ ਦੇ ਸੱਦੇ ਤੇ ਨਾ ਆਏ। ਵੈਸੇ ਸਰਕਾਰੀ ਚਿੱਠੀ ਪੱਤਰੀ ਹੈ, ਜਦੋਂ ਵੀ ਜਾਂਦੀ ਹੈ ਤਾਂ ਰਜਿਸਟਰ ਦੇ ਵਿੱਚ ਉਹ ਹੋ ਕੇ ਜਾਂਦੀ ਹੈ। ਜੇ ਹੁਣ ਸਕੱਤਰ ਸਾਹਿਬ ਨੇ ਚਿੱਠੀ ਕੱਢੀ ਹੈ ਪੈਪਸੂ ਵਾਲਿਆਂ ਨੂੰ, ਰਜਿਸਟਰ ਚ ਨੋਟ ਹੋਏਗੀ ਕਿ 19 ਤਰੀਕ ਨੂੰ ਚਿੱਠੀ ਕੱਢੀ, ਅਗਲਿਆਂ ਵਸੂਲ ਲਈ ਕਿ ਨਹੀਂ ਲਈ, ਉਹਦੀ ਕਾਪੀ ਕੋ ਪ੍ਰਾਪਤ ਕੀਤੀ ਕਿ ਨਹੀਂ ਕੀ, ਜੇ ਤਾਂ ਹੁਣ ਉਹ ਵੀ ਦੱਸਣ ਤਾਂ ਫਿਰ ਆਪਾਂ ਭਾਈ ਪੈਪਸੂ ਵਾਲਿਆਂ ਨੂੰ ਪੁੱਛੀਏ ਕਿ ਭਾਈ ਤੁਸੀਂ ਕਿਉਂ ਨਹੀਂ ਜਾਂਦੇ ਰਹੇ। ਪਰ ਲੱਗਦਾ ਕਿ ਅਜੇ ਤੱਕ ਵੀ ਟਰਾਂਸਪੋਰਟ ਦੇ ਕੰਮ ਦੇ ਵਿੱਚ ਜਿਹੜੇ ਬਹੁਤ ਸਾਰੇ ਘਾਲੇ ਮਾਲੇ, ਪਹਿਲਾਂ 10 ਸਾਲ ਰੌਲਾ ਰੱਪਾ ਪੈਂਦਾ ਸੀ ਕਿ ਚੱਲਦੇ ਆ, ਕੁਝ ਨਾ ਕੁਝ ਹੇਰ ਫੇਰ ਦੇ ਨਾਲ ਕੰਮ ਕਰ, ਅਜੇ ਵੀ ਤਾਂ ਨੂੰ ਹੀ ਜਾਂਦਾ ਹੈ ਜੀ। ਮਾੜਾ ਸਾਹਿਬ ਇੱਕ ਬ੍ਰੇਕ ਲਈਏ ਜੀ, ਫਿਰ ਆਪਾਂ ਅਗਲੀ ਗੱਲ ਤੇ ਚੱਲਦੇ ਆ ਜੀ। ਸ਼ਾਰਟ ਲਾ ਲਓ ਭਾਈ। ਹਾਂਜੀ ਹਾਂਜੀ ਬਹੁਤ ਵਧੀਆ। ਬੰਸਲ ਤੋਂ ਸਤਿ ਸ਼੍ਰੀ ਅਕਾਲ, ਸੁਖਨੈਬ ਸਿੱਧੂ ਬੋਲਦਾ ਜੀ ਮੈਂ, ਤੇ ਉਹ ਆਪਾਂ ਰੇਡੀਓ ਤੇ ਗੱਲ ਕਰਨੀ ਹੈ 20 ਮਿੰਟਾਂ ਨੂੰ। ਮੈਂ ਤੁਹਾਨੂੰ ਕਰਦਾ ਦੁਬਾਰਾ ਫੋਨ, ਮੈਂ ਚੇਤੇ ਕਰਾਉਣਾ ਸੀ, ਮੈਂ ਪਹਿਲਾਂ ਭੁੱਲ ਗਿਆ ਪਰ ਹਾਂ ਮੈਂ 9:50 ਤੇ ਉਦੋਂ ਮੈਂ ਤੁਹਾਡੇ ਤੋਂ ਨੰਬਰ ਲੈ ਲੂੰਗਾ। ਓਕੇ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਸਾਂਝ ਪਾਉਣੇ ਆ, ਗੱਲ ਅੱਗੇ ਤੋਰਦੇ ਹਾਂ ਪਰਮਵੀਰ ਸਿੰਘ ਬਾਠ ਸਾਹਿਬ ਨਾਲ। ਤੇ ਬਾਠ ਸਾਹਿਬ, ਖਬਰਾਂ ਸਾਰਾਂ ਦੇ ਵਿੱਚੋਂ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਖੇਤੀਬਾੜੀ ਕਰਦੇ ਕਿਸਾਨਾਂ ਦੀਆਂ, ਕਿਸਾਨਾਂ ਨੇ ਹੱਦਾਂ ਹੀ ਤੋੜਤੀਆਂ ਜੀ। ਸੁਖਨੈਬ ਜੀ ਦੇਖੋ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਨਾ ਉਹ ਇਹ ਕਹੀ ਜਾਂਦੀਆਂ ਜੀ ਦੇਖੋ ਵਿਭਿੰਨਤਾ ਲਿਆਉਣੀ ਹੈ,
ਹੁਣ ਵਿਭਿੰਨਤਾ ਲਿਆਉਣੀ ਆ, ਹੁਣ ਅਸੀਂ ਗਾਜਰਾਂ ਦੀ ਥਾਂ ਮੂਲੀਆਂ ਲਾ ਲਈਏ ਸਹੀ, ਜਾਂ ਧਨੀਆ ਦੀ ਜਗ੍ਹਾ ਦੇ ਉੱਤੇ ਮੇਥੀ ਲਾ ਲਈਏ, ਜਾਂ ਲਸਣ ਵਾਲੀ ਕਿਆਰੀ ਦੇ ਵਿੱਚ ਗੰਢੇ ਲਾ ਲਈਏ, ਆਹੋ, ਜਾਂ ਨਰਮੇ ਵੇਲੇ ਅਸੀਂ ਕਣਕ ਬੀਜ ਲਈਏ, ਕਣਕ ਬੀਜ ਲਈਏ। ਕਹਿਣ ਦਾ ਭਾਵ ਹੈ ਕਿ ਕਈ ਵਾਰੀ ਹੁਣ ਮੰਨ ਲਓ ਨਿੱਕੇ ਨਿਆਣੇ ਨੂੰ ਆਪਾਂ ਲੈ ਕੇ ਜਾਂਦੇ ਹਾਂ ਬਾਜ਼ਾਰ, ਬਾਜ਼ਾਰ ਨਹੀਂ ਲੈ ਕੇ ਜਾਂਦੇ, ਉਹਦੀ ਕੋਟੀ ਲੈ ਆਉਂਦੇ ਕਿ ਭਾਈ ਇੰਨੀ ਕੁ ਆ ਜਾਣੀ ਆ, ਘਰੇ ਆ ਕੇ ਉਹਦੀਆਂ ਬਾਹਾਂ ਛੋਟੀਆਂ ਨਿਕਲਣ ਵੱਡੀਆਂ ਨੇ, ਨਿਆਣੇ ਤਾਂ ਅੱਜਕੱਲ ਵੈਸੇ ਨੀ ਟਿਕਦੇ, ਉਹ ਕਹਿੰਦੇ ਕਿ ਭਾਈ ਟੋਰੀ ਚੀਜ਼ ਪਾਉਣੀ ਹੈ, ਅਜੇ ਦੁੱਧ ਬੋਤਲ ਨਾ ਪੀਂਦੇ ਹੁੰਦੇ ਆ, ਕੱਪੜਾ ਚੋਇਸ ਦਾ ਪਾਉਣਗੇ, ਏਦਾਂ ਦੇ ਨੇ ਅੱਜਕੱਲ ਪਤੰਦਰ। ਹੁਣ ਦੂਜੀ ਵਾਰੀ ਫਿਰ ਬੰਦਾ ਕਹਿੰਦਾ ਯਾਰ ਇਹਨੂੰ ਨਾਲ ਹੀ ਲੈ ਚੱਲ, ਇਹਨੂੰ ਨਾਲ ਹੀ ਲਿਜਾ ਕੇ ਨਾ ਜਿਹੜੀ ਚੀਜ਼ ਇਹ ਮੰਗਦਾ ਉਹ ਸਾਈਜ਼ ਦੀ ਦਵਾ ਲਿਆ, ਉਹਨਾਂ ਨੇ ਰੰਗ ਰੁੰਗ, ਹੁਣ ਕਿਉਂਕਿ ਅਸੀਂ ਤਾਂ ਬਾਰਾਂ ਬਾਰਾਂ ਤੇਰਾਂ ਤੇਰਾਂ ਸਾਲਾਂ ਦੇ ਹੋ ਗਏ ਸੀ, ਤੇ ਘਰ ਦੇ ਹੱਥ ਦੇ ਵਿੱਚ ਕਮੀਜ਼ ਫੜ ਲਿਆਉਂਦੇ ਸੀ, ਦੂਸਰੇ ਹੱਥ ਦੇ ਵਿੱਚ ਆਪਾਂ ਲਾ ਲੈਣੀ, ਬੰਦੇ ਨੂੰ ਪਤਾ ਹੁੰਦਾ ਕਿ ਚੁੱਪ ਕਰਕੇ ਭਾਈ ਕਮੀਜ਼ ਪਾ ਲਾ, ਨਹੀਂ ਤਾਂ ਚਾਰ ਚੱਪਲਾਂ ਲੈ ਖੜੀਆਂ ਲੈ, ਕਿਉਂਕਿ ਹੁੰਦੀ ਇੱਕ ਸੀ ਆਪਸ਼ਨ ਵੀ ਕੋਈ ਨੀ। ਹੁਣ ਚਲੋ ਹਾਲਾਤ ਥੋੜੇ ਜਿਹਾ ਵੱਖਰੇ ਆ, ਭਾਰਤ ਦੇ ਵਿੱਚ ਵੀ ਡਿਵੈਲਪਮੈਂਟ ਬਹੁਤ ਹੋ ਗਈ ਹੈ। ਹੁਣ ਦੇਖੋ ਅਗਲੇ ਪਾਸੇ ਨੂੰ ਆਪਾਂ ਜਿਹੜਾ ਉਹ ਤੁਰਨਾ, ਅਗਲੇ ਪਾਸੇ ਨੂੰ ਹੁਣ ਤੁਰਨਾ ਉਹ ਇਸ ਤਰੀਕੇ ਦੇ ਨਾਲ ਤੁਰਨਾ ਕਿ ਭਾਈ ਸਰਕਾਰਾਂ ਜਿਹੜੀਆਂ ਨੇ ਜੇ ਤਾਂ ਚੱਜ ਦੇ ਤਰੀਕੇ ਦੇ ਨਾਲ ਲੋਕਾਂ ਨੂੰ ਕਹਿਣਗੀਆਂ ਕਿ ਭਾਈ ਆਹ ਕੁਝ ਕਰਨਾ, ਕੁਝ ਸਿਸਟਮ ਜਿਹਾ ਮਾੜਾ ਮੋਟਾ ਬਣਾ ਕੇ ਦੇਣਗੀਆਂ ਬਦਲਵੀਂ ਫਸਲ ਦਾ, ਫਿਰ ਤਾਂ ਕੋਈ ਤਰਕ ਸੰਗਤ ਹੈਗੀਆਂ ਗੱਲਾਂ। ਤੇ ਜੇ ਉਦਾਂ ਹੀ ਦੋ ਚਾਰ ਮੈਗਜ਼ੀਨ ਛਾਪ ਦੇਣੇ ਆ, ਸੱਤ ਅੱਠ ਸੈਮੀਨਾਰ ਕਰ ਦੇਣੇ ਆ, ਖਰਚੇ ਪਾ ਦੇਣੇ ਆ, ਬਿਆਨ ਦੇ ਦੇਣੇ ਪੰਜਾਬ ਦੇ ਲੋਕਾਂ ਨੂੰ ਸੱਦਾ ਤੇ ਫੋਕੀਆਂ ਸਲਾਹਾਂ ਦੇ ਦੇਣੀਆਂ, ਫਿਰ ਗੱਲ ਜਿਹੜੀ ਹੈ ਉਹ ਦੂਸਰੇ ਪਾਸੇ ਦੀ ਹੈ। ਹੁਣ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਤੀਬਾੜੀ ਵਿਭਾਗ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਸੀ, ਪਰ ਮੰਨੀਆਂ ਆਪਣੇ ਕਿਸਾਨਾਂ ਨੇ ਵੀ ਨਹੀਂ। ਇਹਦਾ ਮਤਲਬ ਹੈ ਕਿ ਦੋਵਾਂ ਧਿਰਾਂ ਨੂੰ ਕੁਝ ਨਾ ਕੁਝ ਗੱਲ ਕਰਨੀ ਪਊ। ਹੁਣ ਸਰਕਾਰ ਕਹਿੰਦੀ ਹੈ ਕਿ ਭਾਈ ਲੋੜ ਦੇ ਮੁਤਾਬਕ ਯੂਰੀਆ ਪਾਓ, ਲੋੜ ਦੇ ਮੁਤਾਬਕ ਡਾਇਆ ਪਾਓ, ਲੋੜ ਦੇ ਮੁਤਾਬਕ ਕੀਟਨਾਸ਼ਕ ਪਾਓ, ਲੋੜ ਦੇ ਮੁਤਾਬਕ ਨਵੀਨ ਨਾਸ਼ਕ ਪਾਓ, ਪਰ ਆਪਣੇ ਕੋਲ ਤਾਂ ਕਿਸਾਨਾਂ ਦੇ ਕੋਲ ਇਹੀ ਹੁੰਦਾ ਨਾ ਕਿ ਭਾਈ ਆ ਲੀਟਰ ਚ ਕਿੰਨੀਆਂ ਕੁ ਪਾਈਏ, ਜੇ ਦੁਕਾਨ ਵਾਲੇ ਕਹਿਤੀਆਂ ਉਹਦੇ ਹਿਸਾਬ ਨਾਲ ਪਾ ਲੈਣੀਆਂ, ਜਾਂ ਗੁਆਂਢੀ ਤੋਂ ਪੁੱਛ ਲੈਣਾ ਕਿ ਤੂੰ ਭਾਈ ਚਿਰਾਂ ਦਾ ਪਾਉਣਾ ਫਲਾਣੇ ਨੀਲੇ ਡੱਬੇ ਵਾਲੀ ਦਵਾਈ, ਇਹ ਦੱਸ ਦੇ ਕੀਲੇ ਚ ਕਿੰਨੇ ਕੁ ਦੀ ਪਾਈ ਦੀ, ਆਪਾਂ ਉਸ ਹਿਸਾਬ ਨਾਲ ਕੰਮ ਖਿੱਚ ਦੇਣਾ। ਐਤਕੀ ਬਿਨਾਂ ਟੈਸਟਿੰਗ ਤੋਂ ਬਿਨਾਂ ਅੰਦਾਜ਼ਾ ਲਾਇਆ 6-6 ਬੋਰੀਆਂ ਯੂਰੀਏ ਦੀਆਂ ਇੱਕ ਇੱਕ ਏਕੜ ਦੇ ਵਿੱਚ ਝੋਨੇ ਨੂੰ ਜਿਹੜੀਆਂ ਉਹ ਕਿਸਾਨਾਂ ਨੇ ਪਾਈਆਂ 6-6 ਬੋਰੀਆਂ, 4 ਤਾਂ ਨੋਰਮਲ ਹੀ ਆ ਨਾ। ਹੈਰਾਨੀ ਦੀ ਗੱਲ ਇਹ ਵੀ ਹੈ ਕਿ 9 ਦਵਾਈਆਂ ਐਸੀਆਂ ਜਿਨ੍ਹਾਂ ਨੂੰ ਹਾਨੀਕਾਰਕ ਐਲਾਨਿਆ ਗਿਆ ਸੀ ਖੇਤੀਬਾੜੀ ਵਿਭਾਗ ਵੱਲੋਂ, ਤੇ ਇਹ ਆਖਿਆ ਗਿਆ ਸੀ ਕਿ ਭਾਈ ਆਹ ਦਵਾਈਆਂ ਝੋਨੇ ਤੇ ਬਾਸਮਤੀ ਦੇ ਲਈ ਬਿਲਕੁਲ ਨਾ ਵਰਤਿਓ, ਇਹ ਬਹੁਤ ਜ਼ਿਆਦਾ ਹਾਨੀਕਾਰਕ ਨੇ, ਨੁਕਸਾਨ ਦੇਣਗੀਆਂ। ਪਰ ਪਤਾ ਲੱਗਾ ਕਿ ਉਹਨਾਂ ਦੀ ਵਿਕਰੀ ਧੜਲੇ ਨਾਲ ਹੋਈ ਜਾਂਦੀ ਹੈ, ਡੀਲਰ ਉਹੀ ਪ੍ਰਚੂਨ ਦੀਆਂ ਦੁਕਾਨਾਂ ਤੇ ਸੁੱਟੀ ਜਾਂਦੇ ਆ, ਤੇ ਦੁਕਾਨਦਾਰ ਨੇ ਵੀ ਜਾ ਕੇ ਪੁੱਛਣਾ ਹੁੰਦਾ ਕਿ ਭਾਈ ਦੇਖ ਚਿਰਾਂ ਦੇ ਆਉਣੇ ਆ, 12 ਸਾਲ ਹੋ ਗਿਆ ਕਰਨਾ ਆਉਂਦੇ ਆ, ਪਿਛਲੀ ਵਾਰ ਦੀ ਦਵਾਈ ਬਹੁਤੀ ਖਰੀ ਨਹੀਂ ਸੀ ਨਿਕਲੀ, ਐਤਕੀ ਵਧੀਆ ਦਵਾਈ ਦੇਣ ਜਿਹੜੀ ਕਿ ਕਮਾਲ ਹੋਵੇ। ਦੁਕਾਨਦਾਰ ਦੇ ਲਈ ਦਵਾਈ ਉਹ ਵਧੀਆ ਜਿਹਦੇ ਵਿੱਚ ਉਹਨੂੰ ਮੁਨਾਫਾ ਵੱਧ ਹੁੰਦਾ, ਉਹ ਕਹਿੰਦਾ ਕਿ ਭਾਈ ਆਹ ਲੈ ਜਾ, ਕਮਾਲ ਹੀ ਹੋਜੂਗੀ ਤੂੰ ਦੇਖੀ ਜਾਈ, ਜੇ ਕਮਾਲ ਨਾ ਹੋਈ ਤਾਂ ਅਗਲਾ ਕਹਿ ਦੂਗਾ ਕਿ ਭਾਈ ਤੇਰੀ ਮਿੱਟੀ ਚ ਨੁਕਸ ਹੈ, ਬੀਜ ਵਿੱਚ ਨੁਕਸ ਸੀ, ਮੇਰੀ ਦਵਾਈ ਤਾਂ ਜਿਹੜੀ ਆ ਬਹੁਤ ਚੰਗੀ ਸੀ। ਪਰ ਸਭ ਤੋਂ ਵੱਡਾ ਸਵਾਲ ਇਹ ਕਿ ਜੇ ਖੇਤੀਬਾੜੀ ਵਿਭਾਗ ਦੇ ਆਖਣ ਦੇ ਕਹਿਣ ਦੇ ਬਾਵਜੂਦ ਵੀ ਇੱਦਾਂ ਦੀਆਂ ਜਿਹੜੀਆਂ 9 ਹਾਨੀਕਾਰਕ ਦਵਾਈਆਂ ਵਿਕ ਰਹੀਆਂ ਝੋਨੇ ਤੇ ਬਾਸਮਤੀ ਨੂੰ ਪੈ ਰਹੀਆਂ, ਤਾਂ ਇੱਕ ਗੱਲ ਸਰਕਾਰ ਸਾਨੂੰ ਸਾਹਮਣੇ ਬੈਠ ਕੇ ਅੱਖਾਂ 'ਚ ਅੱਖਾਂ ਪਾ ਕੇ ਸਮਝਾ ਕਿਉਂ ਨਹੀਂ ਦਿੰਦੀ ਕਿ ਜੇ ਇਹ 9 ਦਵਾਈਆਂ ਇੰਨੀਆਂ ਹੀ ਹਾਨੀਕਾਰਕ ਆ, ਇਹਨਾਂ 'ਤੇ ਪਾਬੰਦੀ ਲਾ ਦਿਓ, ਦੱਸੋ ਇਹਨਾਂ ਦੀ ਹੋਰ ਕਿੱਥੇ ਲੋੜ ਹੈ? ਪ੍ਰਚੂਨ ਵਾਲਾ ਵੇਚੇ ਹੀ ਨਾ, ਥੋਕ ਵਾਲਾ ਵੇਚੇ ਹੀ ਨਾ, ਕਿਸਾਨ ਨੂੰ ਉਹਦੀ ਸਿਫਾਰਿਸ਼ ਕੀਤੀ ਨਾ ਜਾਵੇ, ਕਿਉਂਕਿ ਦੇਖੋ ਕਿਸਾਨ ਸਾਰਾ ਪੜ੍ਹਿਆ ਲਿਖਿਆ ਨਹੀਂ, ਇੱਥੇ ਅਨਪੜ੍ਹ ਕਿਸਾਨ ਵੀ ਹੈ, ਇੱਥੇ ਅਨਪੜ੍ਹ ਕਿਸਾਨ ਵੀ ਹੈ, ਜਿਹੜੇ ਕਿ ਅਜੇ ਤੱਕ ਵੀ ਦੁਕਾਨਦਾਰਾਂ ਦੇ ਉੱਤੇ ਜਾਂ ਗੁਆਂਢੀਆਂ ਦੇ ਉੱਤੇ ਬਿਲੀਵ ਕਰਦੇ ਆ, ਭਰੋਸਾ ਕਰਦੇ ਆ, ਤੇ ਉਸ ਭਰੋਸੇ ਦਾ ਨਤੀਜਾ ਫਿਰ ਇੱਦਾਂ ਦਾ ਨਿਕਲਦਾ। ਦੇਖੋ ਇੱਥੋਂ ਤੱਕ ਵੀ ਕਿਹਾ ਗਿਆ ਕਿ ਇਸ ਸਾਲ ਤਕਰੀਬਨ 6,000 ਮੀਟ੍ਰਿਕ ਟਨ ਕੀਟਨਾਸ਼ਕ ਦਵਾਈਆਂ ਪੰਜਾਬ ਦੇ ਖੇਤਾਂ 'ਚ ਸੁੱਟਣੀਆਂ, ਤੇ ਜਿਹਦੇ ਨਾਲ ਬਹੁਤ ਸਾਰੇ ਜਿਹੜੇ ਪੌਸ਼ਟਿਕ ਤੱਤ ਨੇ ਉਪਜਾਊ ਜ਼ਮੀਨ ਦੇ ਉਹ ਨਸ਼ਟ ਹੋ ਜਾਣੇ ਆ। ਹੁਣ ਇੱਕ ਪਾਸੇ ਅਸੀਂ ਉਹ ਕਣ ਜ਼ਮੀਨ ਵਿਚਲੇ ਆਪੇ ਹੀ ਨਸ਼ਟ ਕਰ ਲੈਣੇ ਜਿਨ੍ਹਾਂ ਨੇ ਨੈਚੁਰਲੀ ਕੁਦਰਤੀ ਤੌਰ ਤੇ ਜਿਹੜੀ ਸਾਡੀ ਫਸਲ ਹੋਣੀ ਹੈ ਉਹਨੂੰ ਉੱਗਣ ਦੇ ਲਈ, ਉਹਨੂੰ ਵਧਣ ਦੇ ਲਈ ਜਿਹੜਾ ਕੰਮ ਅਗਲੇ ਪਾਸੇ ਨੂੰ ਤੋਰਨਾ। ਦੂਸਰੇ ਪਾਸੇ ਕਹਾਣੀ ਕਿਸੇ ਹੋਰ ਪਾਸੇ ਵੀ ਚਲੇ ਜਾਣੀ ਹੈ, ਦੂਸਰੇ ਪਾਸੇ ਗੱਲ ਇੱਧਰ ਨੂੰ ਵੀ ਤੁਰਨੀ ਹੈ ਕਿ ਭਾਈ ਤਕਰੀਬਨ 80 ਲੱਖ ਟਨ ਤੋਂ ਜ਼ਿਆਦਾ ਪੌਸ਼ਟਿਕ ਤੱਤ ਨਸ਼ਟ ਹੋ ਗਿਆ, ਅਸੀਂ ਕੀ ਕਰੀਏ? ਹਰੀ ਕ੍ਰਾਂਤੀ ਸਾਡੇ ਗੱਲ ਤੁਸੀਂ ਪਾਈ ਸੀ, ਅਸੀਂ ਇਹ ਕਹਿ ਕੇ ਸੰਤੁਸ਼ਟ ਨਹੀਂ ਹੋ ਸਕਦੇ। ਦੇਖੋ ਸਰਕਾਰਾਂ ਤਕਰੀਬਨ ਹੱਥ ਖੜੇ ਕਰੀ ਜਾਂਦੀਆਂ ਕਿ ਅਸੀਂ ਸਲਾਹ ਹੀ ਦੇ ਸਕਦੇ ਹਾਂ, ਇਕੱਲੇ ਅਸੀਂ ਕੁਝ ਹੋਰ ਨਹੀਂ ਕਰ ਸਕਦੇ, ਪਰ ਕਿਸਾਨਾਂ ਨੇ ਜੇ ਫਾਹੇ ਫੂਹੇ ਲੈਣ ਤੋਂ ਬਚਣਾ, ਥੋੜੀ ਬਹੁਤ ਉਹਨਾਂ ਨੂੰ ਉੱਦਮ ਵਾਲੀ ਲੀਹ ਦੇ ਉੱਤੇ ਤੁਰਨਾ ਪਊਗਾ ਕਿ ਭਾਈ ਅਸੀਂ ਲੋੜ ਮੁਤਾਬਕ ਹੀ ਆ ਕੀਟਨਾਸ਼ਕ ਦਵਾਈਆਂ ਖਾਦਾਂ ਖੁਦਾਂ ਪਾਈਏ, ਨਹੀਂ ਤਾਂ ਅਸੀਂ ਆਪਦੀ ਧਰਤੀ ਦੀ ਕੁੱਖ ਆਪ ਹੀ ਬੰਜਰ ਕਰੀ ਜਾਂਦੇ ਹਾਂ ਜੀ। ਤੇ ਵਟਸਐਪ ਆ ਵੀ ਦੱਸਿਓ ਆ ਕੀ ਖਬਰ ਹੈ ਲਾਂਘਾ ਕਰਤਾਰਪੁਰ ਨੂੰ ਲੈ ਕੇ।
ਦੇਖੋ ਸੁਖਨੈਬ ਜੀ, ਆਪਣੇ ਆਪ ਦੇ ਵਿੱਚ ਸੱਚੀ ਮੁੱਚੀ ਬਹੁਤ ਜ਼ਿਆਦਾ ਮਹੱਤਵਪੂਰਨ ਖਬਰ ਜਿਹੜੀ ਹੈ ਉਹ ਮੰਨੀ ਜਾਣੀ ਚਾਹੀਦੀ ਹੈ। ਅੱਜ ਪੰਜਾਬ ਵਾਲੇ ਪਾਸਿਓਂ 500 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਜਿਹੜਾ ਉਹ ਪਾਕਿਸਤਾਨ ਗਿਆ, ਕਿਉਂਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰੂ ਘਰ ਤੋਂ ਇੱਕ ਅੰਤਰਰਾਸ਼ਟਰੀ ਨਗਰ ਕੀਰਤਨ ਆਰੰਭ ਹੋਣਾ ਹੈ ਜੀ। ਅੰਤਰਰਾਸ਼ਟਰੀ ਨਗਰ ਕੀਰਤਨ ਤੋਂ ਭਾਵ ਕਿ ਉਹ ਨਨਕਾਣਾ ਸਾਹਿਬ ਤੋਂ ਆਰੰਭ ਹੋਣਾ ਹੈ, ਉਹਦੇ ਤੋਂ ਬਾਅਦ ਵਾਹਗਾ ਬਾਰਡਰ ਪਾਰ ਕਰਕੇ ਅੰਮ੍ਰਿਤਸਰ ਆਉਣਾ ਹੈ, ਫਿਰ ਭਾਰਤ ਦੇ ਕਈ ਸੂਬਿਆਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਸੁਲਤਾਨਪੁਰ ਲੋਧੀ ਆਊਗਾ, ਤੇ ਸੁਲਤਾਨਪੁਰ ਲੋਧੀ ਆ ਕੇ ਕਈ ਦਿਨਾਂ ਦੇ ਬਾਅਦ ਉਸ ਨਗਰ ਕੀਰਤਨ ਦੀ ਜਿਹੜੀ ਉਹ ਸਮਾਪਤੀ ਹੋਣੀ ਹੈ। ਅੱਜ ਪੰਥ ਦੇ ਬੜੇ ਵੱਡੇ ਵੱਡੇ ਬੰਦੇ ਜਥੇਦਾਰ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਇਹ ਸਾਰੇ ਬੰਦੇ ਉਧਰਲੇ ਪਾਸੇ ਗਏ। ਜਦੋਂ ਸਾਰੇ ਬੰਦੇ ਉਧਰਲੇ ਪਾਸੇ ਗਏ ਤਾਂ ਇਹਦਾ ਮਤਲਬ ਹੈ ਕਿ ਭਾਈ ਅੱਜ ਕੀ ਕੁਝ ਕੰਮ ਵੱਡਾ ਹੈ। ਦੇਖੋ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਹੀ ਇਹ ਸਾਰੀਆਂ ਗਤੀਵਿਧੀਆਂ। ਦੋਵੇਂ ਮੁਲਕਾਂ ਦੀਆਂ ਸਰਕਾਰਾਂ ਥੋੜੀ ਜਿਹੀ ਹਲੀਮੀ ਦੇ ਵਿੱਚ ਰਹਿਣ, ਥੋੜੀਆਂ ਜਿਹੀਆਂ ਨਰਮ ਰਹਿਣ, ਤਾਂ ਮੈਨੂੰ ਲੱਗਦਾ ਕਿ ਮੌਕਾ ਇਤਿਹਾਸਕ ਬਣ ਸਕਦਾ ਤੇ ਅਸੀਂ ਇਸ ਮੌਕੇ ਨੂੰ ਇਤਿਹਾਸਕ ਬਣਾਉਣ ਦੇ ਵੱਲ ਲਗਾਤਾਰ ਵੱਧ ਰਹੇ ਹਾਂ। ਹੁਣ ਪਾਕਿਸਤਾਨ ਨੇ ਇੱਕ ਸੁਨੇਹਾ ਵੀ ਭੇਜ ਦਿੱਤਾ। ਸੁਨੇਹਾ ਉਹਨਾਂ ਨੇ ਇਹ ਭੇਜਿਆ ਕਿ ਭਾਈ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਆਪਾਂ ਦੋਵੇਂ ਮੁਲਕ ਕਰਤਾਰਪੁਰ ਦੇ ਲਾਂਘੇ ਦੇ ਲਈ ਆਪੋ ਆਪਣੇ ਪਾਸੇ ਜਿਹੜੀਆਂ ਉਸਾਰੀਆਂ ਕਰ ਰਹੇ ਹਾਂ ਉਹਦੇ ਵਿੱਚੋਂ ਅਸੀਂ ਆਪਦੇ ਪਾਸੇ ਦੀ ਉਸਾਰੀ ਦੀ ਤੁਹਾਨੂੰ ਤਫਸੀਲ ਦੇ ਦਿੰਦੇ ਹਾਂ। ਹੁਣ ਉਹਨਾਂ ਨੇ ਦੱਸਿਆ, ਉਹ ਕਹਿੰਦੇ ਜੀ ਦੇਖੋ ਦੱਸਿਆ ਕੀ ਨੇ, ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਉਹ ਕੰਪਨੀ ਕੰਮ ਕਰ ਰਹੀ ਹੈ ਡਿਵੈਲਪਮੈਂਟ ਆਫ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਤੇ। ਉਹ ਕਹਿੰਦੇ ਜੀ ਰਾਵੀ ਦਰਿਆ ਤੇ ਜਿਹੜਾ ਪੁਲ 0 point ਤੋਂ ਸ਼ੁਕਰਗੜ੍ਹ ਰੋਡ ਤੱਕ ਸੜਕ, ਦਰਸ਼ਨੀ ਡਿਓੜੀ, ਲੰਗਰ ਭਵਨ, ਮੁਸਾਫਰਖਾਨਾ, ਪ੍ਰਸ਼ਾਸਨਿਕ ਬਲਾਕ ਤੇ ਪਖਾਨੇ, ਇਹ 9 ਚੀਜ਼ਾਂ ਦਾ ਕੰਮ 85% ਤੱਕ ਮੁਕੰਮਲ ਹੋ ਗਿਆ। ਸੀਵਰੇਜ, ਪਾਣੀ ਦੀ ਸਪਲਾਈ, ਨਿਕਾਸੀ, ਗੈਸ ਦੀਆਂ ਲਾਈਨਾਂ ਤੇ ਬਿਜਲੀ ਦੀਆਂ ਤਾਰਾਂ, ਇਹਨਾਂ ਸਾਰਿਆਂ ਦੀ ਫਿਟਿੰਗ ਦਾ ਕੰਮ ਜਿਹੜਾ ਉਹ ਲਗਾਤਾਰ ਚੱਲ ਰਿਹਾ, ਇਹ ਵੀ ਵੇਲੇ ਸਿਰ ਮੁਕੰਮਲ ਹੋ ਜਾਣਾ। ਨਾਲ ਦੀ ਨਾਲ ਉਹ ਕਹਿੰਦੇ ਕਿ ਐਤਕੀ ਸੰਗਤ ਦੀ ਰਿਹਾਇਸ਼ ਦੇ ਲਈ ਆਰਜ਼ੀ ਤੌਰ ਤੇ 6 ਬਲਾਕ ਅਸੀਂ ਬਣਾ ਰਹੇ ਹਾਂ। ਇਮੀਗ੍ਰੇਸ਼ਨ ਜਾਂਚ ਜਿਹੜੀ ਸ਼ਰਧਾਲੂਆਂ ਦੀ ਹੋਣੀ ਆ ਉਹਦੇ ਲਈ 100 ਕਾਊਂਟਰ ਅੱਡ ਲਾਏ ਜਾਣੇ ਆ। ਇਹਦੇ ਤੋਂ ਇਲਾਵਾ ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਤੱਕ 1 ਕਿਲੋਮੀਟਰ ਲੰਬਾ ਪੁਲ ਤੇ 4.5 ਕਿਲੋਮੀਟਰ ਲੰਬੀ ਸੜਕ ਬਣਾਉਣ ਦਾ ਕੰਮ ਉਹ ਕਹਿੰਦੇ ਕਿ ਤਕਰੀਬਨ ਮੁਕੰਮਲ ਹੈ। ਇਸ ਕਰਕੇ ਸ਼ਰਧਾਲੂਆਂ ਨੂੰ ਇਧਰਲੇ ਪਾਸਿਓਂ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਊਗਾ। ਇਹਦੇ ਤੋਂ ਇਲਾਵਾ ਉਹ ਕਹਿੰਦੇ ਗੁਰਦੁਆਰਾ ਸਾਹਿਬ ਤੇ ਭਾਰਤੀ ਬਾਰਡਰ ਟਰਮੀਨਲ ਦੇ ਨਜ਼ਦੀਕ ਅਸੀਂ 2 ਵੱਖੋ ਵੱਖਰੇ ਪਾਰਕਿੰਗ ਸਟੈਂਡ ਉਸਾਰ ਰਹੇ ਹਾਂ, ਉਸਾਰੀ ਉਹਨਾਂ ਦੀ ਵੀ ਤਕਰੀਬਨ ਮੁਕੰਮਲ ਹੋਗੀ। ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਕਿ ਸਿੱਖ ਸੰਗਤ ਦੀਆਂ ਕੁਝ ਧਾਰਮਿਕ ਭਾਵਨਾਵਾਂ ਨੇ ਪੈਦਲ ਆਉਣ ਦੀਆਂ, ਉਹਦੇ ਲਈ ਕਹਿੰਦੇ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਤੇ ਯਾਤਰੀਆਂ ਦੇ ਪੈਦਲ ਗੁਰਦੁਆਰਾ ਸਾਹਿਬ ਤੱਕ ਜਾਣ ਦੇ ਲਈ ਇੱਕ ਵੱਖਰੀ ਸੜਕ ਵੀ ਅਸੀਂ ਬਣਾ ਰਹੇ ਹਾਂ ਤਾਂ ਜੋ ਸ਼ਰਧਾਲੂ ਆਪਣੀ ਜਿਹੜੀ ਭਾਵਨਾ ਦੇ ਨਾਲ ਘਰ ਤੋਂ ਆਉਣਗੇ ਉਸੇ ਭਾਵਨਾ ਦੇ ਨਾਲ ਜਿਹੜੇ ਉਹ ਅੱਗੇ ਜਾਣ। ਤੇ ਪਾਕਿਸਤਾਨ ਨੇ ਆਪਣੇ ਵਾਲੇ ਪਾਸੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ ਸੰਬੰਧਿਤ ਜੋ ਕੁਝ ਉੱਥੇ ਚੱਲ ਰਿਹਾ ਉਸ ਸਾਰੀ ਚੀਜ਼ ਦੀ ਜਾਣਕਾਰੀ ਜਿਹੜੀ ਹੈ ਉਹ ਭਾਰਤ ਦੇ ਨਾਲ ਸਾਂਝੀ ਕਰ ਦਿੱਤੀ ਹੈ। ਚੰਗੀ ਗੱਲ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਕਮਿਊਨੀਕੇਸ਼ਨ ਬਣਿਆ ਹੋਇਆ, ਦੋਵਾਂ ਦੇਸ਼ਾਂ ਦੇ ਵਿੱਚ ਸੰਚਾਰ ਜਿਹੜਾ ਉਹ ਲਗਾਤਾਰ ਚੱਲ ਰਿਹਾ। ਪਰ ਨਾਲ ਦੀ ਨਾਲ ਹੁਣ ਸਾਨੂੰ ਭਾਰਤ ਵਾਲੇ ਪਾਸੇ ਵੀ ਥੋੜੀ ਬਹੁਤ ਨਜ਼ਰ ਮਾਰਨੀ ਚਾਹੀਦੀ ਹੈ ਕਿ ਸਾਡਾ ਇਹ ਕੰਮਕਾਰ ਜਿਹੜਾ ਉਹ ਕਿੰਨਾ ਕੁ ਨੇਪਰੇ ਚੜਿਆ, ਸਾਡਾ ਇਹ ਕੰਮਕਾਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਪਾਕਿਸਤਾਨ ਤੋਂ ਪਛੜੂ ਤਾਂ ਨਹੀਂ। ਉਮੀਦ ਕਰਨੀ ਚਾਹੀਦੀ ਹੈ ਕਿ ਅੱਜ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਇਹ ਜਿਹੜੀ ਸਥਿਤੀ ਬਣੀ ਹੈ ਆਉਣ ਵਾਲੇ ਸਮੇਂ 'ਚ ਇਕੱਲੀ ਧਾਰਮਿਕ ਪੱਖ ਤੋਂ ਨਹੀਂ, ਸਮਾਜਿਕ ਪੱਖ ਤੋਂ ਨਹੀਂ, ਵਿੱਤੀ ਪੱਖ ਤੋਂ, ਵਪਾਰਕ ਪੱਖ ਤੋਂ, ਬੌਧਿਕ ਪੱਖ ਤੋਂ, ਦੋਸਤਾਨੇ ਦੇ ਪੱਖ ਤੋਂ, ਹਰ ਪਾਸਿਆਂ ਤੋਂ ਜੇ ਕੰਮ ਮਜ਼ਬੂਤੀ ਵਾਲੇ ਪਾਸੇ ਨੂੰ ਜਾਵੇ ਤਾਂ ਚੰਗਾ। ਬਾਕੀ ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਖੁੱਲਿਆ ਤੇ ਉਸ ਲਾਂਘੇ ਦੇ ਖੁੱਲਣ ਤੋਂ ਬਾਅਦ ਐਤਕੀ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਸਾਰਾ ਕੁਝ ਆਪਣਾ ਨਿਬੇੜ ਕੇ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਤੇ ਫਿਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਰਾਹੀਂ ਉਸ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਦੇ ਵਿੱਚ ਸੰਗਤ ਕਾਮਯਾਬ ਹੋਏਗੀ ਜੀ। ਬਾਟ ਸਾਹਿਬ ਮੌਸਮ ਕਿਹੋ ਜਿਹਾ ਜੀ ਆਲੇ ਦੁਆਲੇ ਦਾ? ਸੁਖਨੈਬ ਜੀ ਦੇਖੋ ਮੌਸਮ ਜਿਹੜਾ ਉਹ ਆਪਣੇ ਆਪ ਦੇ ਵਿੱਚ ਕੱਲ ਨਾਲੋਂ ਕਾਫੀ ਬਦਲ ਗਿਆ। ਬਦਲ ਇਸ ਕਰਕੇ ਹਿਮਾਚਲ ਦੀ ਸਲਾਹ ਨਹੀਂ ਅਸੀਂ ਕਿਸੇ ਨੂੰ ਦਿੰਦੇ, ਇਹ ਵੀ ਦੱਸ ਦਿਓ ਕਿ ਹੁਣ ਕੋਈ ਵੀ ਸਾਡਾ ਸਰੋਤਾ
ਜਿਹੜਾ ਹਿਮਾਚਲ ਜਾਣਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਨਾ ਜਾਵੇ, ਲੈਂਡ ਸਲਾਈਡਿੰਗ ਦੀਆਂ ਖਬਰਾਂ ਆ ਰਹੀਆਂ। NH ਜਿਹੜਾ ਜਾਂਦਾ ਇਧਰੋਂ ਸ਼ਿਮਲਾ ਨੂੰ ਚੰਡੀਗੜ੍ਹ ਤੋਂ, ਉਹ ਅੱਜ 4-5 ਘੰਟੇ ਬੰਦ ਵੀ ਰਿਹਾ। ਬਿਲਕੁਲ ਸੁਖਨੈਬ ਜੀ, ਮੈਨੂੰ ਤਾਂ ਲੱਗਦਾ ਕਿ ਹੁਣ ਭਾਰਤ ਦੇ ਵਿੱਚ 18-19 ਸੂਬੇ ਨੇ ਜਿੱਥੇ ਬਹੁਤ ਮੀਂਹ ਦਾ ਅਲਰਟ ਜਾਰੀ ਕੀਤਾ। ਕੋਈ ਵੀ ਸਾਡਾ ਸਰੋਤਾ ਨੂੰ ਦਾ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸੱਜਣ ਮਿੱਤਰ ਜੇ ਪਹਾੜੀ ਖੇਤਰਾਂ ਦੇ ਵੱਲ ਨੂੰ ਤੁਰਦਾ ਤਾਂ ਨਾ ਤੁਰੋ, ਬਹੁਤੀ ਲੋੜ ਨਹੀਂ ਤਾਂ ਸਫ਼ਰ ਦੂਰ ਦਾ ਕਰੋ ਹੀ ਨਾ, ਕਿਉਂਕਿ ਮੁੰਬਈ ਦੇ ਨੇੜੇ ਇੱਕ ਟ੍ਰੇਨ ਜਿਹੜੀ ਆ ਪਾਣੀ ਭਰ ਗਿਆ ਸੀ, ਤੇ ਉੱਥੋਂ ਕਿੱਦਾਂ ਯਾਤਰੀ ਕੱਢਣੇ ਪਏ ਸੀ ਆਪਾਂ ਸਾਰਿਆਂ ਨੂੰ ਪਤਾ। ਇਸ ਕਰਕੇ ਜ਼ਰੂਰੀ ਆ ਤਾਂ ਜ਼ਰੂਰ ਜਾਓ, ਕਿਉਂਕਿ ਜ਼ਿੰਦਗੀ ਕਦੇ ਰੁਕਦੀ ਨਹੀਂ ਤਾਂ ਪਹਾੜੀ ਖੇਤਰਾਂ ਦੇ ਵੱਲ ਜਾਣ ਤੋਂ ਅਵੋਇਡ ਕਰਨਾ ਚਾਹੀਦਾ। ਅੱਜ ਦੁਆਬੇ ਤੇ ਮਾਝੇ ਦੇ ਵਿੱਚ ਵੀ ਹਲਕਾ ਹਲਕਾ ਮੀਂਹ ਪੈ ਗਿਆ, ਪਰ ਜਿਸ ਤਰੀਕੇ ਦੇ ਰਾਜਵੇਂ ਮੀਂਹ ਦੀ ਉਡੀਕ ਸੀ ਉਹਨੂੰ ਅਸੀਂ ਅਜੇ ਵੀ ਉਡੀਕ ਹੀ ਰਹੇ ਹਾਂ ਜੀ। ਬਹੁਤ ਮਿਹਰਬਾਨੀ ਬਾਟ ਸਾਹਿਬ, ਛੇਤੀ ਭੇਜਦੇ ਹਾਂ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸੁਖਨੈਬ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਸ਼ੁਭ ਇਸ਼ਾਵਾਂ। ਮਿਹਰਬਾਨੀ ਜੀ। ਸੋ ਬ੍ਰੇਕ ਤੋਂ ਬਾਅਦ ਅਗਲੀ ਸ਼ਖਸੀਅਤ ਦੇ ਨਾਲ ਗੱਲਬਾਤ ਨੂੰ ਜਾਰੀ ਰੱਖਾਂਗੇ। ਸੁਣਦੇ ਰਹੋ ਰੇਡੀਓ ਚੰਨ ਪ੍ਰਦੇਸ਼ੀ।